ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ ਟੂ ਦ ਸ਼ੋਅ। ਜਿੱਦਾਂ ਤੁਹਾਨੂੰ ਪਤਾ ਅੱਜ ਅਸੀਂ ਇਮੀਗ੍ਰੇਸ਼ਨ ਦੀ ਗੱਲਾਂ ਨਹੀਂ ਕਰੀ ਦੀਆਂ, ਅੱਜ ਅਸੀਂ ਗੱਲਾਂ ਕਰੀ ਦੀਆਂ ਕਮਿਊਨਿਟੀ ਦੀਆਂ ਜਾਂ ਕੁਛ ਇੱਦਾਂ ਦੇ ਗੈਸਟ ਨਾਲ ਗੱਲਾਂ ਕਰੀ ਦੀਆਂ, ਸ਼ਖਸੀਅਤ ਨਾਲ ਕਰੀ ਦੀਆਂ, ਜੇ ਸਾਨੂੰ ਵੀ ਨੌਲੇਜ ਦੇ ਸਕਦੇ, ਤੁਹਾਨੂੰ ਵੀ ਨੌਲੇਜ ਦੇ ਸਕਦੇ ਆ, ਕੋਈ ਇਸ਼ੂਜ਼ ਜੋ ਕਿ ਸਾਡੇ ਫਾਇਦੇ ਦੀ ਹੋਣ। ਜਿੱਦਾਂ ਤੁਹਾਨੂੰ ਪਤਾ ਹੈ ਕਿ ਸਾਨੂੰ ਦਰਅਸਲ ਸ਼ੌਕ ਕਈ ਆ ਪੂਰੇ ਨਹੀਂ ਹੋਏ ਜ਼ਿੰਦਗੀ 'ਚ, ਐਕਟਿੰਗ ਦਾ ਅਤੇ ਗਾਇਕੀ ਦਾ, ਉਹ ਅਸੀਂ ਮਾੜਾ ਮੋਟਾ ਬਾਥਰੂਮ 'ਚ ਹੀ ਪੂਰੇ ਕਰ ਲਈਦੇ ਆ ਸਵੇਰ ਨੂੰ ਜਦੋਂ ਨਹਾਈਦਾ ਆ ਜਾਂ ਕਿਤੇ ਜਿਮ 'ਚ ਸ਼ਾਵਰ ਲਈਦਾ। ਪਰ ਕੁਛ ਲੋਕ ਇੱਦਾਂ ਦੇ ਆ ਜੋ ਕਿ ਆਪਣੇ ਸਾਰੇ ਸ਼ੌਕ ਪੂਰੇ ਕਰਦੇ ਆ ਅਤੇ ਉਹਨਾਂ ਨੂੰ ਇੱਕ ਪ੍ਰੋਫੈਸ਼ਨ ਬਣਾ ਲੈਂਦੇ ਆ। ਸੋ ਸਾਡੇ ਪੱਲੇ ਇਮੀਗ੍ਰੇਸ਼ਨ ਪੈ ਗਿਆ, ਪਰ ਗਾਇਕੀ ਪੈ ਗਈ ਸਾਡੇ ਗੈਸਟ ਦੇ ਪੱਲੇ ਜੋ ਕਿ ਅੱਜ ਸਪੈਸ਼ਲੀ ਇੰਡੀਆ ਤੋਂ ਆਇਆ, ਤੁਹਾਡੇ ਲਈ ਤਾਂ ਇੱਥੇ ਰਹੂਗੇ ਕੁਛ ਦਿਨ ਤੁਹਾਡੀ ਸੇਵਾ ਦੇ ਵਿੱਚ। ਸਾਡੇ ਦਿਲੋਂ ਅਜ਼ੀਜ਼ ਸਭ ਤੋਂ ਫੇਵਰੇਟ ਕਲਾਕਾਰ ਨਛੱਤਰ ਗਿੱਲ ਭਾਅ ਜੀ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਦੱਸੋ ਕਦੋਂ ਆਏ ਤੁਸੀਂ? ਮੈਨੂੰ ਹੋ ਗਏ ਜੀ 4-5 ਦਿਨ। ਤਾਂ ਕਿੰਨਾ ਚਿਰ ਰਹੋਗੇ? ਮੈਂ ਹੈਗਾ ਇੱਥੇ ਜੇ 20-25 ਦਿਨ। ਰਾਈਟ, ਓਕੇ। ਇੱਥੇ ਤੁਸੀਂ ਕਰਨ ਕੀ ਆਏ? ਜ਼ਿਆਦਾ ਕਿ ਤੁਸੀਂ ਟੂਰ ਕਰਨ ਆਏ, ਸ਼ੋਅ ਕਰਨ ਆਏ ਜਾਂ ਵੋਕਲਸ ਦੇਣ ਆਏ ਆ? ਮੈਂ ਕਾਫੀ ਦੇਰ ਬਾਅਦ ਆਇਆ ਹੁਣ ਜੀ ਇੱਥੇ, ਵਰਕ ਪਰਮਿਟ ਤੇ ਮੈਂ ਸ਼ੋਅ ਕਰਨ ਆਇਆ। ਦੱਸ ਦਿੱਤਾ ਪਹਿਲਾਂ ਲੋਕਾਂ ਨੂੰ ਸ਼ਿਕਾਇਤਾਂ ਕਰਨਾ ਚੱਕਰ ਗਿਆ, ਮੇਰੇ ਕੋਲ ਵੀਜ਼ਾ ਤੇ ਦੂਸਰਾ ਵੀ ਹੈਗਾ 18 ਤੱਕ। ਅੱਛਾ, ਦੇਖੋ ਵੀਜ਼ਾ ਕਈ ਆ। ਲੇਕਿਨ ਮੈਂ ਜਦੋਂ ਵੀ ਇੱਥੇ ਕੰਮ ਕਰਨਾ ਹੁੰਦਾ ਤੇ ਮੈਂ ਵਰਕ ਵੀਜ਼ਾ ਜ਼ਰੂਰ ਲੈ ਕੇ ਆਉਣਾ। ਸੋ ਮੈਂ 1 ਸਾਲ ਦਾ ਵਰਕ ਵੀਜ਼ਾ ਲਿਆ ਤੇ ਹੁਣ ਵਿਆਹ ਦੇ ਸ਼ੋਅਜ਼ ਹੈਗੇ, ਕਾਫੀ ਕਲੱਬ ਸ਼ੋਅਜ਼ ਹੈਗੇ ਆ, ਸੋ ਕਰ ਰਹੇ ਹਾਂ। ਤੁਹਾਡੇ ਇੱਥੇ ਜਿਹੜਾ ਮਿਊਜ਼ਿਕ ਆ, ਤੁਹਾਡੇ ਜ਼ਿਆਦਾ ਪਸੰਦ ਹੈਗਾ, ਤੁਹਾਡੀ ਚਾਹ ਹੈਗੀ ਹੈ ਕਿ ਇੱਥੇ ਦੇ ਪ੍ਰੋਡਿਊਸਰ ਨਾਲ ਹੋਰ ਤੁਸੀਂ? ਮੈਂ ਬਿਲਕੁਲ, ਮੈਂ ਪਹਿਲਾਂ ਵੀ ਕੀਤੀ ਇੱਕ ਐਲਬਮ ਸੁਖਸ਼ੰਦਰ ਛਿੰਦਾ ਜੀ ਨੇ ਕੀਤੀ ਸੀ। ਅਮਨ ਹੋਰ ਬਹੁਤ ਅੱਛਾ ਹੈ। ਅੱਛਾ, ਡਾਕਟਰ ਜੂਸ ਬਹੁਤ ਅੱਛਾ ਕਰਦੀ ਮਿਊਜ਼ਿਕ। ਹਾਂਜੀ, ਸਹੀ ਗਿਣਵੇਂ ਚੁਣਵੇਂ ਬੰਦੇ, ਬੜਾ ਬੜਾ ਅੱਛਾ ਕੰਮ ਕਰ ਰਹੇ ਤੇ ਮੈਂ ਜ਼ਰੂਰ ਕਰੂੰਗਾ ਇਹਨਾਂ ਨਾਲ ਕੰਮ। ਜਦੋਂ ਤੁਹਾਡਾ ਰੀਸੈਂਟਲੀ ਮੈਂ PTC ਤੇ ਦੇਖਿਆ ਸੀ ਕਿ ਤੁਸੀਂ ਆਪਣਾ ਪਰਫਾਰਮੈਂਸ ਕੀਤਾ, ਸਾਰੇ ਲੋਕਾਂ ਨੇ ਇਹੀ ਕਿਹਾ ਸੀ ਯਾਰ ਭਾਅ ਜੀ ਨੇ ਭਾਰ ਘਟਾ ਲਿਆ, ਖਾਣਾ ਪੀਣਾ ਬੜਾ ਕੰਟਰੋਲ ਕੀਤਾ ਤੇ ਬਸ ਜਿਮ ਕਰਦਾ ਰਹਿੰਦਾ। ਤੇ ਹੁਣ ਕੀ ਡਿਫਰੈਂਟ ਆ ਜੋ 2-3 ਸਾਲ ਪਹਿਲਾਂ ਨਹੀਂ ਸੀ ਉਸ ਵੇਲੇ ਤੁਹਾਡੀ ਰੂਟੀਨ ਚ? ਪਹਿਲਾਂ ਸੀਗਾ ਕਿ ਖਾਣਾ ਜ਼ਿਆਦਾ ਖਾਂਦੇ ਸੀ ਕਈ ਵਾਰੀ, ਨਾ ਚੇਂਜ ਕਰਨ ਦਾ ਕਾਰਨ ਮੈਂ ਫਿਲਮ ਕੀਤੀ ਹੈ ਹੁਣੇ, ਨਾ ਮੂਵੀ ਕੀਤੀ ਹੈ jugaari.com, ਜੁਲਾਈ ਚ ਹੋ ਜਾਏਗੀ ਰਿਲੀਜ਼। ਤੇ ਪਹਿਲਾਂ ਤਾਂ ਵੀਡੀਓ ਕਰਦੇ ਹਾਂ ਛੋਟੇ ਪਰਦੇ ਤੇ, TV ਤੇ ਚੱਲਣਾ ਹੁੰਦਾ ਕਿ ਚੱਲ ਕੋਈ ਗੱਲ ਨੀ, ਹਨਾ ਬਹੁਤਾ ਮੋਟਾ ਨੀ ਉਹ ਚ ਨਜ਼ਰ ਆਉਂਦਾ। ਲੇਕਿਨ ਮੈਂ ਫਿਲਮਾਂ ਕੀਤੀਆਂ ਸੀਗੀਆਂ, ਇੱਕ ਮੈਂ ਕੀਤੀ ਸੀਗੀ ਕਬੱਡੀ ਬਣ ਸਕਣ, ਉਹ ਚ ਛੋਟਾ ਜਿਹਾ ਰੋਲ ਸੀਗਾ, ਇੱਕ ਕੰਟਰੋਲ ਭਾਜੀ ਕੰਟਰੋਲ ਕੀਤੀ ਸੀਗੀ, ਉਹਦੇ ਚ ਮੇਰਾ ਸੀਗਾ UK ਵਾਲੇ ਘੁੰਮਣ ਸਾਹਿਬ ਦਾ ਰੋਲ, ਹਨਾ। ਉਹ ਜਦੋਂ ਵੱਡੇ ਪਰਦੇ ਦੇਖਦੇ ਉਹਦੇ ਚ, ਹਨਾ ਆਪਣਾ ਜਿਹੜਾ ਕੈਮਰਾਮੈਨ ਉਹਨੂੰ ਤਾਂ ਕਹਿ ਦਿੰਦੇ ਆ ਤੂੰ ਮਿਡ ਸ਼ਾਟ ਲੈ ਲੈ, ਕਲੋਜ਼ ਨਹੀਂ ਲੈਣੇ, ਮੂੰਹ ਵੱਡਾ ਨਾ ਆਵੇ। ਹੁਣ ਫਿਲਮ ਦਾ ਕੰਮ ਜਿਹੜਾ ਉਹ ਅਲੱਗ ਹੈ, ਵੱਡੇ ਪਰਦੇ ਤੇ ਨਜ਼ਰ ਆਉਂਦਾ ਸੀ ਤੇ ਬਹੁਤ ਮੋਟਾ ਨਜ਼ਰ ਆਉਂਦਾ ਸੀ, ਥੋੜੇ ਬੱਬਰੂ ਜਿਹਾ ਮਹਿਸੂਸ ਕਰ ਰਹੇ ਸੀ, ਖਾਂਦੇ ਪੀਂਦੇ ਘਰ ਦਾ ਨਜ਼ਰ ਆਉਂਦਾ। ਹਾਂਜੀ ਹਾਂਜੀ। ਸੋ ਯਾਰ ਫਿਰ ਉਹ ਥੋੜਾ ਜਿਹਾ ਦੇਖ ਕੇ ਮੈਂ ਕਿਹਾ ਯਾਰ ਘਟਾਉਣਾ ਚਾਹੀਦਾ, ਸੋ ਮੈਂ ਬੜਾ ਬਹੁਤ ਵਰਕ ਕਰ ਰਿਹਾ ਮੇਰੇ ਦਾ, ਮੈਂ 5 ਦਿਨ ਹੋ ਗਿਆ ਇੱਥੇ ਆਏ ਨੂੰ, ਮਤਲਬ ਮੇਰੇ ਨਾਲ ਬੰਦਾ ਜਿਹੜਾ ਉਹ ਕਹਿੰਦਾ ਯਾਰ ਮਸਾਨੂੰ ਤੇ ਖਾ ਲੈਣ ਦਿਆ ਕਰ, ਤੁਸੀਂ ਉਹਨਾਂ ਦਾ ਵੀ ਰੋਟੀ ਰੋਜੀ ਬੰਦ ਕੀਤੀ।
ਇਹ ਮਤਲਬ ਥੋੜ੍ਹੇ ਆਪਣੇ ਆਪ ਨੂੰ ਡਿਸਿਪਲਿਨ ਤੁਹਾਨੂੰ ਕਰਨਾ ਪਿਆ ਕਾਫ਼ੀ, ਕਿਉਂਕਿ ਤੁਹਾਡਾ ਮਾਹੌਲ ਹੀ ਇੱਦਾਂ ਦਾ ਕਿ ਤੁਸੀਂ ਰੋਜ਼ ਬੰਦਿਆਂ ਨੂੰ ਪੀਂਦੇ ਆ, ਪੀਨੇ ਮਿਲਦੇ ਆ ਜੋ ਖਾਂਦੇ ਪੀਂਦੇ ਆ ਸਾਡੇ ਵਰਗੇ, ਜੋ ਕਿ ਜੋ ਕਹਿੰਦਾ ਭਾਜੀ ਬਹਿ ਜਾਓ ਇੱਥੇ ਤੁਸੀਂ ਸਾਡੇ ਨਾਲ ਬੈਠੋ, ਤਾਂ ਤੁਹਾਡਾ ਮਾਹੌਲ ਹੀ ਇੱਦਾਂ ਦਾ, ਰੂਟੀਨ ਬਣਾਇਆ ਤਾਂ ਕਿ ਹਰ 2 ਘੰਟੇ ਬਾਅਦ ਖਾਣਾ ਕੁਛ ਨਾ ਕੁਛ, ਔਰ ਖਾਣਾ ਥੋੜ੍ਹਾ ਥੋੜ੍ਹਾ ਵਰਕ ਕਰਦੇ ਰਹਿਣਾ ਬਸ, ਮੈਂ ਜਿੱਥੇ ਮੈਨੂੰ ਜਦੋਂ ਟਾਈਮ ਮਿਲ ਜਾਂਦਾ ਮੈਂ ਟੱਪੀ ਜਾਂਦਾ ਅਤੇ ਮਰੀ ਜਾਂਦਾ। ਰਾਈਟ, ਅਤੇ ਇਹ ਜ਼ਿਆਦਾ ਤੁਸੀਂ ਫਿਲਮਾਂ ਕਰਕੇ? ਹਾਂਜੀ, ਹੁਣ ਅਸਲ 'ਚ ਹਰ ਸਿੰਗਰ ਜਿਹੜਾ ਪੰਜਾਬੀ ਮੂਵੀਜ਼ ਕਰ ਰਿਹਾ, ਕੋਈ ਜ਼ਰੂਰੀ ਨਹੀਂ ਮੈਂ ਇੱਧਰ ਨੂੰ ਜਾਣਾ, ਲੇਕਿਨ ਮੈਨੂੰ ਉੱਦਾਂ ਹੀ ਹੁਣ ਚੰਗਾ ਲੱਗਦਾ ਕਿ ਜਦੋਂ ਘੱਟ ਜਾਂਦਾ ਨਾ ਵਜ਼ਨ ਅਤੇ ਤੁਹਾਡੀ ਫੁਰਤੀ ਵੱਧ ਜਾਂਦੀ ਹੈ ਪ੍ਰੋਗਰਾਮ 'ਤੇ ਵੀ, ਸ਼ੋਜ਼ 'ਤੇ ਵੀ, ਪਰਫੋਰਮੈਂਸ 'ਚ ਬੜਾ ਥੋੜ੍ਹਾ, ਕਿਉਂਕਿ ਪਹਿਲੇ ਜ਼ਮਾਨੇ 'ਚ ਹੁੰਦਾ ਸੀਗਾ ਕਿ ਜਿਹਦਾ ਵੱਡਾ ਢਿੱਡ ਨਾ ਹੋਵੇ ਨਾ ਉਹਨੂੰ ਸਿੰਗਰ ਨਹੀਂ ਸੀ ਮੰਨਦੇ। ਅੱਛਾ, ਉਦੋਂ ਮੋਟੇ ਹੁੰਦੇ ਸੀ ਸਿੰਗਰ ਸਾਰੇ, ਹੁਣ ਦੇਖੋ ਵੀ ਆਵਾਜ਼ ਬਹੁਤ, ਹਰ ਬੰਦਾ ਹੁਣ ਆਪਣੇ ਆਪ ਨੂੰ ਮੇਨਟੇਨ ਕਰਨ 'ਤੇ ਲੱਗਿਆ ਹੋਇਆ। ਤੁਸੀਂ ਜਾਂਦੇ ਰਹਿੰਦੇ ਬੰਬੇ ਦੇ ਫਿਲਮਾਂ ਵਾਲੇ, ਉਹ ਬੜੇ ਪਤਲੇ ਆ ਦੇਖਣ ਨੂੰ, ਲੇਕਿਨ ਫਿਰ ਵੀ ਇਹ ਕੈਮਰਾ ਐਸਾ ਹੁੰਦਾ ਇਹ ਤਾਂ ਤੁਹਾਡੀ ਜੋ ਜਿੰਨੇ ਤੁਸੀਂ ਹੈਗੇ ਉਸ ਤੋਂ ਹਮੇਸ਼ਾ ਡੇਢਾ ਦਿਖਾਉਂਦਾ। ਭਾਅ ਜੀ ਮੈਂ ਤੁਹਾਨੂੰ ਨਾਲ ਬਿਲਕੁਲ ਐਗਰੀ ਹਾਂ, ਤੁਸੀਂ ਬੰਬੇ ਦੀ ਗੱਲ ਕੀਤੀ, ਜਦੋਂ ਜਾਈਦਾ ਇੰਨੀ ਸ਼ਰਮ ਆਉਂਦੀ ਹੈ ਨਾ ਕਿ ਬੰਦਾ ਆਪ ਹੀ ਸੋਚਦਾ ਕਿ ਯਾਰ ਮੈਂ ਹੀ ਇਕੱਲਾ ਮੋਟਾ ਹਾਂ, ਬਾਕੀ ਸਾਰੇ ਫਿੱਟ ਆ। ਜੇ ਤੁਸੀਂ ਮੋਟਿਆਂ 'ਚ ਰਹਿੰਦੇ ਫਿਰ ਤਾਂ ਆਪਣੇ ਆਪ ਨੂੰ ਲੱਗਦਾ ਕਿ ਤੁਸੀਂ ਪਤਲੇ ਹੀ ਆ, ਲੇਕਿਨ ਜਦੋਂ ਬਾਕੀ ਪਤਲੇ ਹੁੰਦੇ ਫਿਰ ਬੰਦੇ ਨੂੰ ਹੁੰਦਾ। ਅਤੇ ਇੱਕ ਤੁਹਾਡੀ ਗੱਲ ਆ ਵੀ ਹੁੰਦੀ ਕਿ ਜਦੋਂ ਤੁਸੀਂ ਪਰਦੇ ਪਿੱਛੇ ਬਹਿ ਜਾਂਦੇ ਆ ਜਾਂ ਸਕਰੀਨ 'ਤੇ ਆ ਜਾਂਦੇ ਆ, ਜੀ ਜੀ, ਸਾਰਿਆਂ ਨੇ ਵਾਈਡ ਸਕਰੀਨਾਂ ਰੱਖੀਆਂ 45-45-50 ਇੰਚ, ਉਹ 'ਚ ਤਾਂ ਸ਼ੁਰਿਆ ਰਾਏ ਵੀ ਮੋਟੀ ਲੱਗਦੀ ਅਸੀਂ ਤਾਂ ਲੱਗਣਾ ਹੀ ਆ। ਸੋ ਉਹਦੇ 'ਚ ਇਟਸ ਈਵਨ ਮੋਰ ਐਸੈਂਸ਼ੀਅਲ ਕਿ ਕਈ ਵਾਰੀ ਲੋਕ ਜਦੋਂ ਮਿਲਦੇ ਕਹਿੰਦੇ ਭਾਅ ਜੀ ਤੂੰ ਇੰਨਾ ਮੋਟਾ ਨਹੀਂ ਜਿੰਨਾ ਟੀ ਵੀ 'ਤੇ ਲੱਗਦਾ, ਤਾਂ ਮੈਂ ਕਿਹਾ ਉਹ ਤੁਹਾਡੀ ਸਕਰੀਨਾਂ ਚੋੜੀਆਂ ਤੁਹਾਨੂੰ ਬਣਾ ਦਿੰਦੀ ਆ ਕਿ ਉਹਦੇ 'ਚ ਤਾਂ ਵਿਚਾਰੀ ਹੁਣ ਐਸ਼ਵਰਿਆ ਵੀ ਟੁੰਨ ਟੁੰਨ ਲੱਗਦੀ ਆ, ਅਸੀਂ ਤਾਂ ਲੱਗਣਾ ਹੀ ਆ। ਬਟ ਥੋੜ੍ਹਾ ਸ਼ਾਮ ਦਾ ਮਿੱਤਰਚਾਰਾ ਘਟਾਤਾ ਨਾ, ਆ ਵੀ ਬਹੁਤ ਜ਼ਰੂਰੀ ਹੈ। ਬਟ ਯਾ ਆਈ ਕੈਨ ਅੰਡਰਸਟੈਂਡ, ਤੁਸੀਂ ਕਿੰਨੀਆਂ ਫਿਲਮਾਂ ਆ ਤੁਹਾਡੇ ਕੋਲ ਇਸ ਵੇਲੇ ਪਾਈਪਲਾਈਨ 'ਚ? ਮੈਂ ਇੱਕ ਫਿਲਮ ਤੇ ਹੁਣ ਰਿਲੀਜ਼ ਹੋਏਗੀ, ਹਾਂਜੀ, ਇੱਕ ਦੋ ਫਿਲਮਾਂ ਹੋਰ ਹੈਗੀਆਂ ਲਾਈਨ ਅਪ ਕੀਤੀਆਂ ਹੋਈਆਂ, ਫਿਰ ਮੇਰੀ ਆਪਣੀ ਐਲਬਮ ਜਿਹੜੀ ਰੈਡੀ ਆ ਉਹਦੇ ਵੀਡੀਓ ਕਰਨੇ ਆ, ਸੋ ਇਹ ਕਾਫੀ ਕੁਛ। ਫਿਲਮਾਂ 'ਚ ਤੁਹਾਨੂੰ ਮੇਨ ਰੋਲ ਦਿੱਤਾ ਗਿਆ? ਜੀ ਜੀ ਬਿਲਕੁਲ, ਮੈਂ ਤਾਂ ਹੀ ਤਾਂ ਘਟਾਇਆ, ਹੀਰੋ ਵਾਲਾ ਪ੍ਰੋਪਰ, ਨਹੀਂ ਤੇ ਚਾਚੇ ਦਾ ਰੋਲ ਮਿਲਣਾ ਸੀ। ਕੋਈ ਸਪੈਸ਼ਲ ਅਪੀਅਰੈਂਸ ਰੋਲ ਜਾਂ ਉਹਦਾ ਹੀਰੋ ਦਾ ਮੇਨ ਦਿੱਤਾ? ਹਾਂਜੀ ਹਾਂਜੀ, ਮੇਨ ਹੀ ਹੈ, ਯਾਨੀ ਲਵ ਯੂ ਵਾਲਾ? ਨਹੀਂ, ਲਵ ਯੂ ਵਾਲਾ ਨਹੀਂ ਹੈਗਾ, ਥੋੜਾ ਉਹਦਾ ਖੜਕੇ ਡਰ ਕੇ ਆ ਜਾਵੇ। ਉਹਦਾ ਫਿਲਮ ਦਾ ਨਾਮ ਹੀ ਹੈਗਾ jugaadi.com, ਜੁਗਾੜ ਲਾਉਂਦੇ ਆ ਕਿੱਦਾਂ ਕਿਸੇ ਤੋਂ ਪੈਸੇ ਕਿੱਦਾਂ ਕੱਢਣੇ, ਸਕੀਮੀ, ਕਾਮੇਡੀ ਟਾਈਪ ਹੈ। ਯੈਸ, ਓਕੇ, ਇਹ ਜੋ ਬਣ ਰਿਹਾ ਰਿਵਾਜ ਕਿ ਜੀ ਸਿੰਗਰ ਹੁਣ ਐਕਟਿੰਗ ਵੱਲ ਚੱਲ ਰਹੇ, ਇਹ ਅੱਛਾ ਹੈ ਜਾਂ ਤੁਹਾਡੇ ਖਿਆਲ ਨਾਲ ਬੁਰਾ ਹੈ? ਬਹੁਤ ਚੰਗਾ ਹੈ, ਇੱਕ ਤਾਂ ਤੁਹਾਨੂੰ ਵੱਡੇ ਪਰਦੇ 'ਤੇ ਲੋਕ ਦੇਖਦੇ ਆ, ਅਤੇ ਇੱਕ ਤਾਂ ਤੁਹਾਨੂੰ ਐਲਬਮ ਜਿਹੜੀ ਆ ਚਾਹੇ ਫਿਰ ਲੇਟ ਕਰੋ, ਕਿਉਂਕਿ ਇਹਦੇ 'ਚ ਜਦੋਂ ਤੁਹਾਡੀ ਆਪਣੀ ਫਿਲਮ ਹੈਗੀ ਉਹਦੇ 'ਚ ਗਾਣੇ ਤੁਹਾਡੇ 4-5 ਹੁੰਦੇ ਆ, ਆ ਜਾਂਦੇ, ਹੈ ਨਾ, ਉਹਦੀ ਵੀਡੀਓ ਵੀ ਸਭ ਦੀ ਹੋਣੀ ਹੈ, ਅਤੇ ਤੁਸੀਂ ਚੈਨਲ 'ਤੇ ਵੀ ਰਹਿੰਦੇ ਆ, ਹੈ ਨਾ, ਇੱਕ ਤਾਂ ਆਡੀਓ ਤੁਹਾਡੀ ਮਿਲ ਜਾਂਦੀ, ਇੱਕ ਤੁਹਾਡੀ ਜਿਹੜੇ ਸਿੰਗਰ ਕਰ ਰਹੇ ਫਿਲਮਾਂ ਉਹਨਾਂ ਦਾ ਇੱਕ ਆਪਣਾ ਦਾਇਰਾ ਹੁੰਦਾ, ਉਹਨਾਂ ਦੇ ਆਪਣੇ ਚਾਹੁਣ ਵਾਲੇ ਹੁੰਦੇ ਆ, ਸੋ ਉਹ ਦੇਖਣਾ ਚਾਹੁੰਦੇ ਆ ਕਿ ਇਹਨਾਂ ਨੇ ਕੀ ਕੀਤਾ ਗਾਣੇ 'ਚ, ਤਾਂ ਉਹ ਤੁਹਾਨੂੰ ਦੇਖਦੇ ਹੀ ਹਮੇਸ਼ਾ, ਉਹਨਾਂ ਨੂੰ ਹੁੰਦਾ ਕਿ ਕਰੇਜ਼ ਹੁੰਦਾ ਕਿ ਯਾਰ ਫਿਲਮ 'ਚ ਇਹਨਾਂ ਨੇ ਕੀ ਕੀਤਾ, ਕੀ ਥੀਮ ਲੈ ਕੇ ਆਏ ਆ, ਸੋ ਉਹਨਾਂ ਦੀ ਆਪਣੀ ਜਿਹੜੀ ਹੈਗੀ ਆਡੀਅੰਸ ਉਹ ਉਹਨਾਂ ਨੂੰ ਦੇਖਣ ਜਾਂਦੀ ਹੈ, ਪੈਸੇ ਥੋੜ੍ਹੇ ਪੂਰੇ ਹੋ ਜਾਂਦੇ ਛੇਤੀ। ਤੁਸੀਂ ਜੋ ਫਿਲਮ ਆ, ਤੁਸੀਂ ਇਹ ਵੀ ਸੋਚਿਆ ਕਿ ਕਦੇ ਤੁਸੀਂ ਆਪ ਵੀ ਪੈਸੇ ਖਰਚੋਗੇ ਫਿਲਮ ਬਣਾਓਗੇ ਆਪਣੇ ਪੱਲਿਓਂ? ਇਹ ਆਦਤ ਪਈ ਹੋਈ ਆ ਦੂਜਿਆਂ ਤੋਂ ਲੈਣ ਦੀ, ਆਪ ਖਰਚਣ ਦੀ ਹਲੇ ਪਈ। ਹੁਣ ਭੰਗਰ ਭਾਅ ਜੀ ਹੁਣ ਹੋ ਗਿਆ ਕਿ ਪਹਿਲਾਂ ਕੰਪਨੀ ਤੁਹਾਨੂੰ ਪੈਸੇ ਦਿੰਦੀਆਂ ਹੁੰਦੀਆਂ ਸੀ, ਹੈ ਨਾ, ਮੂੰਹ ਮੰਗੇ ਪੈਸੇ ਦਿੰਦੀਆਂ ਸੀਗੀਆਂ, ਉਦੋਂ ਪਹਿਲਾਂ ਕੈਸਟ ਬਣਦੀ ਸੀ, ਬਹੁਤ ਵਿਕਦੀ ਸੀ, ਉਸ ਤੋਂ ਬਾਅਦ ਫਿਰ CD ਬਣਨ ਲੱਗੇ, ਹੈ ਨਾ, ਅਤੇ ਜਿਹੜਾ ਹੁਣ ਬਿਲਕੁਲ CD ਦਾ ਵੀ ਖਤਮ ਹੋ ਗਿਆ, CD ਤਾਂ ਬਿਲਕੁਲ ਖਤਮ ਹੋ ਗਿਆ, ਹੁਣ ਤਾਂ ਤੁਹਾਨੂੰ ਕੋਲੋਂ ਹੀ ਪੈਸੇ ਲਾਉਣੇ ਪੈਂਦੇ ਆ ਆਡੀਓ 'ਤੇ ਵੀ ਅਤੇ ਵੀਡੀਓ 'ਤੇ ਵੀ। ਕੰਪਨੀ ਕਹਿੰਦੀ ਹੈ ਸਾਨੂੰ ਸਾਰਾ ਕੁਛ ਕਰਕੇ ਦੇ ਜਾਓ, ਅਸੀਂ ਚਲਾ ਦਿੰਦੇ ਹਾਂ, ਸੋ ਬਹੁਤ ਜ਼ਿਆਦਾ ਚੇਂਜ ਹੋ ਗਿਆ। ਭਾਅ ਜੀ ਅੱਜ ਕੱਲ੍ਹ ਜੇ ਕਿਸੇ ਨੇ ਸਿੰਗਰ ਬਣਨਾ ਹੋਵੇ ਕਿੰਨਾ ਕੁ ਬੜਾ ਰਿਸਕ ਆ, ਅਤੇ ਤੁਹਾਡੇ ਜ਼ਮਾਨੇ 'ਚ ਕਿੰਨਾ ਕੁ ਬੜਾ ਰਿਸਕ ਸੀ? ਨਹੀਂ, ਰਿਸਕ ਤਾਂ ਹਰ ਵਾਰੀ ਹੁੰਦਾ, ਉਦੋਂ ਵੀ ਖਰਚਾ ਬਹੁਤ ਹੁੰਦਾ ਸੀ, ਹੁਣ ਵੀ ਬਹੁਤ ਹੁੰਦਾ, ਅਤੇ
ਹੁਣ ਇਹ ਹੈ ਕਿ ਤੁਸੀਂ ਜਿਹਦੇ ਕੋਲ ਥੋੜ੍ਹੇ ਪੈਸੇ ਹੈਗੇ ਆ, ਕਿਉਂਕਿ ਪੂਰੀ ਐਲਬਮ 'ਤੇ ਪੈਸੇ ਬਹੁਤ ਲੱਗਦੇ ਆ, ਰਾਈਟ, ਹੈ ਨਾ? ਤੁਸੀਂ 8 ਜਾਂ 10 ਗਾਣੇ ਕਰ ਰਹੇ ਹੋ, ਉਹਦੇ 'ਚ 4-5 ਤੁਸੀਂ ਵੀਡੀਓ ਕਰਨੇ ਆ, ਇਹਨਾਂ 'ਚ 4-5 ਲੱਖ ਤੋਂ ਘੱਟ ਕੋਈ ਵੀਡੀਓ ਨਹੀਂ ਬਣਦਾ, 6 ਲੱਖ ਤੋਂ ਘੱਟ, ਹੈ ਨਾ? ਸੋ ਜਿਹੜਾ ਖਰਚਾ ਸਾਰਾ 50-60 ਲੱਖ ਰੁਪਈਆ ਕਿੱਥੋਂ ਇੱਕਦਮ ਕੱਢਣਾ? 60 ਲੱਖ ਰੁਪਈਆ ਇੱਕ ਐਲਬਮ ਦਾ ਲੱਗਦਾ, ਬਿਲਕੁਲ। ਅਤੇ ਜੇ ਤੁਸੀਂ ਸਮਝ ਲਓ ਹੁਣ ਇੱਕ ਟਰੈਕ ਕਰਨਾ, ਤਾਂ ਚਲੋ 1.5 ਲੱਖ 1.5 ਲੱਖ ਰੁਪਏ ਦਾ ਆਡੀਓ ਹੋ ਗਿਆ, ਫਿਰ ਤੁਸੀਂ 4-5 ਲੱਖ ਦੀ ਵੀਡੀਓ ਕਰਤੀ, 1-2 ਲੱਖ ਰੁਪਏ ਦੀ ਐਡ ਕਰਤੀ, ਇਹ ਤੁਹਾਡਾ 50 ਅਤੇ 10 'ਚ ਬੜਾ ਫਰਕ ਹੈ, ਉਹ ਹੈ ਨਾ, ਰਿਸਕ ਘੱਟ ਜਾਂਦਾ। ਅਤੇ ਉਹ ਬੰਦਾ ਜੇ ਉਹ ਚੱਲ ਗਿਆ, ਜੇ ਉਹ ਗਾਣਾ ਚੱਲ ਗਿਆ ਫਿਰ ਤਾਂ, ਕਿਉਂਕਿ ਨਵੇਂ ਵੀ ਟੈਲੈਂਟ ਬੜਾ ਆ ਰਿਹਾ ਸਾਹਮਣੇ, ਹੈ ਨਾ, ਉਹ ਜੇ ਤਾਂ ਚੱਲ ਗਿਆ ਫਿਰ ਤਾਂ ਚਲੋ ਪ੍ਰੋਗਰਾਮ ਅਗਲੇ ਨੂੰ ਆ ਜਾਂਦੇ, ਪੂਰੇ ਕਰ ਲੈਂਦੇ, ਨਹੀਂ ਤਾਂ ਕਹਿੰਦਾ ਕੋਈ ਗੱਲ ਨਹੀਂ 8-10 ਸਾਲ ਚੱਲ ਜਾਏਗਾ, ਉਹਦੇ ਸ਼ੌਂਕ 'ਤੇ ਪੂਰਾ ਕਰ ਹੀ ਲਿਆ। ਭਾਅ ਜੀ ਕਮਾਈਆਂ ਵੀ ਵਧੀਆਂ ਹੁੰਦੀਆਂ ਹੈਗੀਆਂ? ਕਮਾਈ ਘੱਟ ਗਈ। ਕਮਾਈ ਘੱਟ ਗਈ? ਬਿਲਕੁਲ ਘੱਟ ਗਈ। ਅੱਛਾ, ਤੁਸੀਂ ਜਦੋਂ ਪਹਿਲਾਂ ਸ਼ੋਅ ਕੀਤਾ ਸੀ ਆਪਣਾ, ਕਿੰਨੇ ਪੈਸੇ ਤੁਹਾਨੂੰ ਮਿਲੇ ਸੀ? ਤੁਹਾਡੇ ਤਾਂ ਜੇ ਇੱਕ ਪੇਡ ਸ਼ੋਅ, ਪੇਡ ਸ਼ੋਅ ਮੈਂ ਕੀਤਾ ਸੀ ਜਿਹੜਾ, ਜਦੋਂ ਮੇਰੀ ਇਹ ਐਲਬਮ ਆਈ ਹੈ 2002 'ਚ ਇਸ਼ਕ ਜਗਾਵੇ, ਹਾਂਜੀ, ਉਦੋਂ ਮੈਂ ਸਭ ਤੋਂ ਪਹਿਲਾਂ ਸ਼ੋਅ ਕੀਤਾ ਸੀ 25,000 'ਚ। 25,000 ਰੁਪਏ? ਠੀਕ ਆ। ਫਿਰ ਹੌਲੀ ਹੌਲੀ 28 ਕਰਤਾ, ਫਿਰ 30 ਕਰਤਾ, ਹਾਂ, ਫਿਰ 35 ਕਰਤਾ, ਠੀਕ ਆ, ਬਸ ਵੀ ਉਹਨੇ ਕੀ ਲੈਣੇ ਹੁਣ ਵੀ, ਉਹ ਤਾਂ ਲੱਖਾਂ 'ਚ ਗੱਲ ਹੁੰਦੀ, ਹੁਣ 1,000 ਕਿੱਥੋਂ? ਨਹੀਂ, ਹੁਣ ਅਸਲ 'ਚ ਖਰਚੇ ਵੀ ਵੱਧ ਗਏ ਤੁਹਾਡੇ, ਸਭ ਕੁਛ, ਸਾਊਂਡ ਅੱਗੇ 2,000 'ਚ ਲੈ ਕੇ ਜਾਂਦੇ ਸੀ, ਹੁਣ ਕਿੰਨੇ ਪੈਸੇ ਉਹਨੂੰ ਦੇਣੇ ਪੈਂਦੇ, ਮਿਊਜ਼ੀਸ਼ੀਅਨ ਅੱਗੇ 200-300 ਨੂੰ ਚਲੇ ਜਾਂਦਾ ਸੀ, ਹੁਣ ਉਹ ਬਹੁਤ ਪੈਸੇ ਲੈਣ ਲੱਗ ਗਏ, ਹੈ ਨਾ? ਤਾਂ ਤੁਹਾਡਾ ਡੀਜ਼ਲ ਹਰ ਵਕਤ ਥੋੜ੍ਹੇ ਦੇਰ ਤੋਂ ਤਾਂ ਘੱਟ ਗਿਆ ਸੀ, ਹੈ ਨਾ, 50 ਪੈਸੇ ਘਟਾ ਕੇ ਅਤੇ ਫਿਰ ਇਕੱਠਾ ਹੀ 2 ਰੁਪਈਏ ਵਧਾ ਦਿੰਦੇ, ਤੁਹਾਨੂੰ ਪਤਾ ਇੰਡੀਆ ਵਾਲੇ, ਹੈ ਨਾ? ਸੋ ਇਹ ਉਹ ਫਰਕ, ਅਤੇ ਖਰਚੇ ਜਿੰਨੇ ਵੱਧ ਗਏ ਉਨਾ। ਭਾਅ ਜੀ ਤੁਹਾਨੂੰ ਅਬਰੋਡ ਤੋਂ ਵੀ ਫੋਨ ਆਉਂਦੇ ਆ ਕਿ ਭਾਅ ਜੀ ਸਾਡੇ ਲਈ ਸ਼ੋਅ ਕਰੋ ਜਾਂ ਕੈਨੇਡਾ, ਉਹਨੂੰ ਤੁਸੀਂ ਕਿੱਦਾਂ ਹੈਂਡਲ ਕਰਦੇ? ਕਿਉਂ ਇੱਕ ਸ਼ੋਅ ਲਈ ਜਾਣਾ ਹੋਵੇ ਤੁਸੀਂ ਦਿਹਾੜੀ ਲਈ, ਫਰਜ਼ ਕਰੋ ਕੈਨੇਡਾ ਜਾਂ ਅਮਰੀਕਾ ਵਗੈਰਾ ਜਾਂ ਆਸਟ੍ਰੇਲੀਆ, ਉਹਦੇ ਲਈ ਤਾਂ ਖਰਚਾ ਕਾਫੀ ਹੁੰਦਾ, ਉਹਦੇ ਲਈ ਜ਼ਿਆਦਾ ਹੁੰਦਾ। ਫਿਰ ਮੈਂ ਤਾਂ ਵੈਸੇ ਕੋਸ਼ਿਸ਼ ਕਰਦਾ ਹੁੰਦਾ, ਅਗਲੇ ਨੂੰ ਕਹਿੰਦਾ ਹੁੰਦਾ ਕਿ 5 ਜਾਂ 7 ਸ਼ੋਅ ਰੱਖੋ, ਹਾਂਜੀ, ਕਿਉਂਕਿ ਤੁਸੀਂ ਟਿਕਟ ਵੀ ਖਰਚਣੀ ਆ, ਅਸੀਂ ਵੀ, ਜਿਵੇਂ ਹੁਣ ਮੰਨ ਲਓ ਇੱਕ ਸ਼ੋਅ ਲਈ ਕੈਨੇਡਾ ਜਾਣਾ ਅਤੇ ਪ੍ਰਾਈਸ ਤਾਂ ਡਬਲ ਹੀ ਮੰਗਾਂਗੇ ਨਾ, ਕਿਉਂਕਿ ਸਾਡੇ 2 ਦਿਨ ਜਾਣ 2 ਦਿਨ ਆਉਣ, ਇੱਕ ਦਿਨ ਹਫ਼ਤਾ ਤੇ ਤੁਹਾਡਾ ਗਿਆ, ਟਿਕਟ ਵੀ ਮੰਗੂਗੇ, ਉਹਦਾ ਖਰਚਾ ਵੱਧ ਜਾਂਦਾ। ਅਤੇ ਵੈਸੇ ਤਾਂ ਪ੍ਰਮੋਟਰ ਨੂੰ ਇਹੀ ਕਹੀਦਾ ਕਿ ਤੁਸੀਂ 4-5 ਸ਼ੋਅ ਰੱਖੋ ਘੱਟ ਤੋਂ ਘੱਟ, ਤਾਂ ਕਿ ਤੁਹਾਡੇ ਖਰਚੇ ਵੀ ਪੂਰੇ ਹੋਣ, ਸਾਡੇ ਵੀ ਪੂਰੇ ਹੋਣ। ਬਾਕੀ ਮੁਲਕਾਂ ਤੋਂ ਯੂਕੇ ਦਾ ਕੀ ਕੰਪੈਰੀਸਨ ਆ? ਤੁਸੀਂ ਦੇਖਿਆ ਹੋਊਗਾ ਕਿ ਯੂਕੇ 'ਚ ਇੱਥੇ ਭੰਗੜਾ ਮਿਊਜ਼ਿਕ ਨੂੰ ਜ਼ਿਆਦਾ ਇੰਡਸਟਰੀ ਚੱਲ ਰਹੀ ਹੈ। ਬਿਲਕੁਲ, ਮੈਂ ਕਈ ਮੁਲਕਾਂ, ਹੁਣ ਕੈਨੇਡਾ ਜਾ ਕੇ ਆਇਆ, ਮੈਂ ਅਮਰੀਕਾ ਜਾ ਕੇ ਆਇਆ, ਆਸਟ੍ਰੇਲੀਆ ਜਾ ਕੇ, ਉਹ ਗੱਲ ਨਹੀਂ ਜੋ ਯੂਕੇ ਵਾਲੀ ਗੱਲ ਆ। ਬਿਲਕੁਲ, ਮਤਲਬ ਵਿਆਹਾਂ 'ਤੇ ਜਿੱਦਾਂ ਲਾਈਵ ਬੈਂਡ ਵਗੈਰਾ ਜਾਂ ਜਿੱਦਾਂ ਮਿਊਜ਼ੀਸ਼ੀਅਨਾਂ ਦੀ ਕੁਆਲਿਟੀ, ਮੇਰਾ ਖਿਆਲ ਸ਼ਾਇਦ ਉੱਥੇ ਇੰਨੇ ਚਿਰ ਹੋ ਨਹੀਂ ਗਿਆ ਬੰਦਿਆਂ ਨੂੰ, ਇੰਨਾ ਚਿਰ ਰਹਿੰਦਿਆਂ ਨੂੰ, ਜੇ ਕੁਛ ਲੋਕਾਂ ਨੂੰ ਇਹ ਪਤਾ ਵੀ ਨਹੀਂ ਕਿ ਅਸੀਂ 69 ਗਿੱਲ ਨੂੰ ਬੁੱਕ ਕਰ ਸਕਦੇ ਹਾਂ ਜਾਂ ਕਿਸੇ ਨੂੰ ਬੁੱਕ ਕਰ ਸਕਦੇ। ਜੋ ਮੈਂ ਉੱਥੇ ਕੈਨੇਡਾ ਗਿਆ ਸੀ ਅਤੇ ਅਸੀਂ ਕਿਹਾ ਸੀ ਯਾਰ ਤੁਸੀਂ ਵਿਆਹ 'ਤੇ ਗਏ, ਮੈਂ ਕਿਹਾ ਤੁਸੀਂ ਡੀ ਜੇ ਰੱਖਿਆ, ਤੁਸੀਂ ਕੋਈ ਲਾਈਵ ਸਿੰਗਰ ਨਹੀਂ ਕਿਤੇ? ਕਹਿੰਦੇ ਯੂ ਕੈਨ ਡੂ ਦੈਟ, ਯੂ ਕੈਨ ਬੁੱਕ ਲਾਈਵ ਸਿੰਗਰ। ਮੈਂ ਕਿਹਾ ਕੁਛ ਯੂ ਕੈਨ, ਤੁਸੀਂ ਫੋਨ ਕਰਕੇ ਪੁੱਛੋ, ਬਟ ਆਈ ਥਿੰਕ ਹਲੇ ਉਹ ਥੋੜ੍ਹੀ ਪ੍ਰਭਾਵ ਬਣਿਆ ਨਹੀਂ, ਹੈ ਨਾ? ਨਹੀਂ, ਇੱਕ ਤਾਂ ਉੱਥੇ ਇਕੱਲਿਆ ਸ਼ੋਅਜ਼ ਹੀ ਕਰਨ ਜਾਂਦੇ, ਵਿਆਹਾਂ ਦੇ ਸ਼ੋਅ ਉੱਥੇ ਘੱਟ ਹੁੰਦੇ ਆ, ਰਾਈਟ, ਉਹ ਡੀ ਜੇ ਕਰ ਲੈਂਦੇ ਉੱਥੇ। ਪੰਜਾਬ ਤੋਂ ਜੇ ਸਿੰਗਰ ਬੁਲਾਉਣਾ ਹੋਵੇ ਖਰਚਾ ਬਹੁਤ ਹੋ ਜਾਂਦਾ, ਰਾਈਟ, ਉਹਦੇ ਲਈ ਤੁਸੀਂ ਵਰਕ ਪਰਮਿਟ ਲੈਣਾ, ਇੱਥੇ ਜਦੋਂ ਯੂਕੇ ਲਈ ਆਉਂਦੇ ਤੁਹਾਨੂੰ ਸਾਲ ਦਾ ਵਰਕ ਪਰਮਿਟ ਮਿਲ ਜਾਂਦਾ, ਤੁਹਾਨੂੰ 6 ਮਹੀਨੇ ਦਾ ਮਿਲ ਜਾਂਦਾ, 3 ਮਹੀਨੇ ਦਾ ਮਿਲ ਜਾਂਦਾ। ਇੱਕ ਸਭ ਤੋਂ ਵੱਡਾ ਡਿਫਰੈਂਸ ਇਹ ਹੈ, ਇੱਥੇ ਬੰਦਾ 10 ਘੰਟੇ 'ਚ ਘਰੋਂ ਆ ਪਹੁੰਚਦਾ, ਨੇੜੇ ਹੈ, ਠੀਕ ਹੈ, ਅੰਮ੍ਰਿਤਸਰ ਤੋਂ ਫਲਾਈਟ ਫੜੋ ਸਿੱਧੀ ਬਰਮਿੰਘਮ ਆ ਗਈ, 10 ਘੰਟੇ 'ਚ ਤਾਂ ਤੁਸੀਂ, ਤੁਹਾਡਾ ਮੂਹਰੇ ਤੁਹਾਡਾ ਮਿੱਤਰ ਆਇਆ ਹੁੰਦਾ ਉੱਥੇ, ਤੁਹਾਨੂੰ ਘਰ ਦਾ ਚੜਾ ਜਾਂਦਾ, 12-13 ਘੰਟੇ ਦਾ ਸਾਰਾ ਹੈ, ਠੀਕ ਹੈ। ਅਤੇ ਉੱਧਰ ਤੁਸੀਂ ਅੰਮ੍ਰਿਤਸਰ ਤੋਂ ਫਲਾਈਟ ਬਹੁਤ ਘੱਟ ਜਾਂਦੀ ਆ ਕੈਨੇਡਾ, ਤੁਸੀਂ ਪਹਿਲਾਂ ਤਾਂ 10 ਘੰਟੇ ਲਾ ਕੇ ਤੁਸੀਂ ਦਿੱਲੀ ਜਾਓ, ਦਿੱਲੀ ਜਾਓ, ਫਿਰ ਉੱਥੋਂ ਸਮਝ ਲਓ 24 ਘੰਟੇ ਦਾ, ਫਿਰ 12-15 ਘੰਟੇ ਦੀ ਫਿਰ ਫਲਾਈਟ, ਇੱਕ 10 ਘੰਟੇ ਦੀ, ਉਹ ਤੁਹਾਡੇ ਹਫ਼ਤਾ ਜਾਂਦਾ, ਹੈ ਨਾ? ਅਤੇ ਇੱਥੇ ਤਾਂ ਮਿਊਜ਼ਿਕ ਦਾ ਬੜਾ ਕਰੇਜ਼ ਹੈ, ਕਿਉਂਕਿ ਬਾਕੀ ਅਜੇ ਸਾਰਾ ਜਿਹੜਾ ਸਿਸਟਮ ਹੈ ਤਕਰੀਬਨ ਇੰਡੀਆ ਨਾਲ ਮੈਚ ਕਰਦਾ ਹੈ, ਰਾਈਟ, ਕਿਉਂਕਿ ਉਹ ਲੋਕ ਅਜੇ ਹੁਣੇ ਗਏ ਆ, ਕੈਨੇਡਾ ਵੀ ਅਮਰੀਕਾ ਵੀ, ਮਤਲਬ ਆਹ ਜਨਰੇਸ਼ਨ ਗਈ ਆ, ਇੱਥੇ ਤੁਸੀਂ 3 ਪੀੜ੍ਹੀਆਂ ਤੋਂ ਸਾਰੇ ਹੈਗੇ ਆ, ਹੈ ਨਾ? ਠੀਕ ਆ। ਸੋ ਇਹ
ਇੱਥੇ ਲੋਕ ਜ਼ਿਆਦਾ ਇੰਜੋਏ ਕਰਦੇ, ਇੰਜੋਏ ਉਹ ਵੀ ਬਹੁਤ ਕਰਦੇ ਆ, ਲੇਕਿਨ ਮਿਊਜ਼ਿਕ ਇੱਥੇ ਦਾ ਥੋੜ੍ਹਾ, ਇੱਥੇ ਮਿਊਜ਼ੀਸ਼ੀਅਨ ਵੀ ਬੜੇ ਕਮਾਲ ਦੇ ਆ ਸਾਰੇ, ਮੈਂ ਜਿੰਨੇ ਵੀ ਦੇਖੇ ਆ ਬਹੁਤ ਅੱਛੇ। ਕਿੰਨੀ ਕੁ ਕੁਆਲਿਟੀ ਤੁਹਾਨੂੰ ਲੱਗਦੀ ਹੈ ਮਿਊਜ਼ੀਸ਼ੀਅਨ ਦੇ? ਅੱਛੇ, ਲੈਵਲ ਹਾਈ ਹੈ? ਹਾਂ ਬਿਲਕੁਲ, ਬਹੁਤ ਅੱਛੇ। ਇੰਡੀਆ ਵਾਲੇ ਦਾ ਮੁਕਾਬਲਾ ਕਰਦੇ? ਇੰਡੀਆ ਵਾਲੇ ਆਪਣੀ ਜਗ੍ਹਾ ਅੱਛੇ ਆ, ਇੰਡੀਆ ਵਾਲੇ ਆਪਣੀ ਜਗ੍ਹਾ ਠੀਕ ਹੈ, ਇੱਥੇ ਵਾਲੇ ਵੀ ਬਹੁਤ ਅੱਛੇ ਆ, ਕਿਉਂਕਿ ਉੱਥੇ ਤਾਂ ਅਸੀਂ ਰਿਹਰਸਲ ਬਹੁਤ ਕਰਦੇ ਹਾਂ, ਰਿਹਰਸਲ ਕਰਕੇ ਸਾਰਾ, ਇੱਥੇ ਜੇ ਰਿਹਰਸਲ ਤੋਂ ਬਿਨਾਂ ਵੀ ਮਤਲਬ ਉਹਨੂੰ ਦੱਸ ਦਈਏ ਤਾਂ ਉਹ ਛੇਤੀ ਪਿਕ ਕਰ ਲੈਂਦੇ ਆ। ਤੁਹਾਨੂੰ ਇੱਦਾਂ ਲੱਗਦਾ ਕਿ ਬੱਚਿਆਂ ਦਾ ਇੱਥੇ ਦਿਲੋਂ ਲਗਾ ਹੈਗਾ ਮਿਊਜ਼ਿਕ ਦੇ? ਸਭ ਨੇ ਦੇਖੋ ਤੁਸੀਂ ਸਟੂਡੀਓ ਬਣਾਏ ਆ ਹਰ ਮਿਊਜ਼ੀਸ਼ੀਅਨ, ਮੈਂ ਇੱਥੇ ਅਜੇ ਉੱਥੇ ਘੱਟ ਹੈਗਾ ਰਿਵਾਜ, ਇੱਥੇ ਜਿਹੜਾ ਵੀ ਕੋਈ ਉੱਥੇ ਜਦੋਂ ਜਾਂਦੇ ਉੱਥੋਂ ਕੋਈ ਆਪਣੇ ਮੰਮੀ ਡੈਡੀ ਨੂੰ ਕਹਿੰਦੇ ਉੱਥੋਂ ਢੱਡ ਲੈ ਕੇ ਆਇਓ, ਉੱਥੋਂ ਤਬਲਾ ਲੈ ਕੇ ਆਇਓ, ਤੂੰਬੀ ਲੈ ਕੇ ਆਇਓ, ਢੋਲ ਲੈ ਕੇ ਆਇਓ। ਇੱਥੇ ਮੈਂ ਬਹੁਤ ਛੋਟੇ ਬੱਚਿਆਂ ਨੂੰ ਬਹੁਤ ਦੇਖਿਆ, ਉਹ ਬੜਾ ਢੋਲ ਬੜਾ ਅੱਛਾ ਪਲੇ ਕਰਦੇ ਆ, ਢੋਲਕ ਬੜੀ ਅੱਛੀ ਪਲੇ ਕਰਦੇ, ਤਬਲਾ ਆਵਾਜ਼ਾਂ ਮਤਲਬ ਛੋਟੀ ਉਮਰ ਤੋਂ ਸਿੱਖਣਾ ਸ਼ੁਰੂ ਕਰ ਦਿੰਦੇ। ਇੱਥੇ ਲੋਕਾਂ ਨੂੰ ਵੀ ਆਪਣੇ ਬੱਚਿਆਂ ਨੂੰ ਮਿਊਜ਼ਿਕ 'ਚ ਪਾਉਣ ਦਾ ਨਾ ਬਹੁਤ ਜ਼ਿਆਦਾ ਹੈਗਾ ਸ਼ੌਕ ਕਿ ਇਹਨਾਂ ਨੂੰ ਇਸ ਲਾਈਨ 'ਚ ਪਾਈਏ। ਭਾਅ ਜੀ ਤੁਸੀਂ ਕਦੋਂ ਕਿੰਨੀ ਕੁ ਉਮਰ ਦੇ ਸੀ ਜਦੋਂ ਤੁਸੀਂ ਮਿਊਜ਼ਿਕ 'ਚ ਪਾਏ? ਮੈਂ ਵੈਸੇ ਪ੍ਰੋਫੈਸ਼ਨਲੀ ਤਾਂ ਉਮਰ ਕਿਉਂ ਪੁੱਛ ਰਿਹਾ, ਉਮਰ ਨਹੀਂ ਪੁੱਛਾਂਗੇ, ਆਪਣੀ ਥੋੜ੍ਹੀ ਦੱਸ। ਮੈਂ ਪ੍ਰੋਫੈਸ਼ਨਲੀ ਇਸ ਲਾਈਨ 'ਚ 94 'ਚ ਆ ਗਿਆ ਸੀ, 94 ਦਾ ਪਹਿਲੀ ਐਲਬਮ ਕੀਤੀ ਸੀ। ਰਾਈਟ, ਤਾਂ ਪਰ ਪਹਿਲਾਂ ਵੀ ਤੁਸੀਂ ਕਿਉਂਕਿ ਤੁਹਾਡੀ ਫੈਮਿਲੀ ਧਾਰਮਿਕ ਬੈਕਗ੍ਰਾਉਂਡ ਤੋਂ, ਜੀ ਜੀ, ਤੁਹਾਡੇ ਫਾਦਰ ਸਾਹਿਬ ਬਹੁਤ ਮਸ਼ਹੂਰ ਰਹੇ, ਜੀ ਜੀ ਜੀ, ਹਾਂਜੀ, ਅਤੇ ਕੇ ਗਿਆਨੀ ਰਹੇ, ਅਤੇ ਉਹਦੇ ਵਿੱਚ ਧਾਰਮਿਕ ਵੱਲ ਤਾਂ ਤੁਸੀਂ ਪਹਿਲਾਂ ਛੋਟੀ ਉਮਰ ਤੋਂ ਹੀ? ਮੈਂ ਹਾਂਜੀ 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 ਸਿਖਾਤੇ ਹੋਣੇ, ਕਿਉਂਕਿ ਉਹ ਪਾਪਾ ਜੀ ਦੇ ਜਦੋਂ ਸਾਰੇ ਆਉਂਦੇ ਸੀਗੇ ਜਿਹੜੇ ਸਾਥੀ ਸੀਗੇ ਅਤੇ ਸੁਣਨ ਨੂੰ ਮਿਲਦਾ ਰਹਿੰਦਾ ਹੁੰਦਾ ਸੀਗਾ, ਹੈ ਨਾ, ਸਰੰਗੀ ਢੱਡ ਇਹ ਤਾਂ ਸਭ ਕਰਦੇ ਸੀਗਾ। ਤਾਂ ਮਿਊਜ਼ਿਕ ਉੱਥੋਂ ਤੁਸੀਂ ਪਹਿਲਾਂ, ਫਿਰ ਉੱਥੋਂ ਹੀ ਤੁਸੀਂ ਸਿੱਖਿਆ ਜਾਂ ਮਜਬੂਰੀ? ਡੈਡੀ ਕਹਿੰਦੇ ਸੁਣੀ ਨਾ, ਹੁਣ ਬਹਿ ਕੇ ਸੁਣੀ ਜਾਂ ਫਿਰ ਤੁਸੀਂ ਸੋਚ? ਨਹੀਂ ਇੱਦਾਂ ਦੀ ਕੋਈ ਗੱਲ ਨਹੀਂ, ਉਹਨਾਂ ਨੇ ਕਦੇ ਫੋਰਸ ਨਹੀਂ ਕੀਤਾ, ਕਿਉਂਕਿ ਮੈਂ ਕਾਲਜ ਟਾਈਮ ਤੱਕ ਤਾਂ ਮੈਂ ਬਿਲਕੁਲ ਮਿਊਜ਼ਿਕ ਸੁਣਦਾ ਹੁੰਦਾ ਸੀਗਾ, ਲੇਕਿਨ ਪ੍ਰੋਫੈਸ਼ਨਲੀ ਇਸ ਲਾਈਨ 'ਚ ਜਾਣ ਦਾ ਮੇਰਾ ਕੋਈ ਇਰਾਦਾ ਨਹੀਂ ਸੀਗਾ, ਹੈ ਨਾ। ਪਰ ਫਿਰ ਮੈਂ ਜਦੋਂ ਕਾਲਜ ਕੰਪਲੀਟ ਕੀਤਾ ਉਦੋਂ ਮੈਂ ਕਬੱਡੀ ਖੇਡਦਾ ਹੁੰਦਾ ਸੀਗਾ ਕਾਲਜ ਟਾਈਮ, ਨਾ ਮੈਨੂੰ ਹੈ ਨਹੀਂ ਸੀ ਕਿ ਮੈਂ ਪ੍ਰੋਫੈਸ਼ਨਲੀ ਇੱਧਰ ਜਾਣਾ, ਲੇਕਿਨ ਜਦੋਂ ਮੈਂ ਫਿਰ ਮੈਂ ਪ੍ਰੋਫੈਸ਼ਨਲੀ ਇਸ ਲਾਈਨ 'ਚ ਮੈਂ ਪਾਪਾ ਜੀ ਨੂੰ ਕਿਹਾ ਕਿ ਮੈਂ ਹੈ ਨਾ ਜਾਣਾ ਚਾਹੁੰਦਾ ਫਿਰ, ਕਿਉਂਕਿ ਸਰੰਗੀ ਵੀ ਆਉਂਦੇ ਸੀ, ਸਰੰਗੀ ਅਤੇ ਇੱਕ ਐਸਾ ਸਾਜ਼ ਹੈ ਤੁਹਾਨੂੰ ਪਤਾ, ਉਹਨੂੰ ਟਿਊਨ ਕਰਨ ਨੂੰ, ਉਹਨੂੰ ਸੁਰ ਕਰਨ ਨੂੰ ਬੜਾ ਟਾਈਮ ਲੱਗਦਾ, ਉਸ ਤੋਂ ਬਾਅਦ ਵਜਾਉਣੀ ਉਹ, ਹੈ ਨਾ, ਤੋ ਤਾਰ ਵਾਲੇ ਸਾਜ਼ ਹੈਗੇ ਵੀ ਬਹੁਤ ਔਖੇ ਆ ਸਾਰੇ, ਉਹਨਾਂ ਨੂੰ ਸੀਗਾ ਕਿ ਮਿਹਨਤ ਕਰਨੀ ਪੈਣੀ ਜੇ ਇਸ ਪਾਸੇ ਜਾਣਾ। ਰਾਈਟ, ਉਹਨਾਂ ਸਾਫ਼ ਤੁਹਾਨੂੰ ਕਿਹਾ? ਬਿਲਕੁਲ ਬਿਲਕੁਲ, ਕਿਉਂਕਿ ਇਹ ਤਾਂ ਰਸਤਾ ਬੜਾ ਬਹੁਤ ਔਖਾ ਰਹਾ ਹੈ ਮਿਊਜ਼ਿਕ ਦਾ। ਤੁਹਾਨੂੰ ਉਹਨਾਂ ਨੇ ਪਹਿਲਾਂ ਇਹ ਕਿਹਾ ਕਿ ਹਾਂ ਪਛਾਣਿਆ ਕਿ ਹਾਂ ਤੁਹਾਡੇ 'ਚ ਕੋਈ ਕਲਾ ਹੈ ਜੀ, ਜਾਂ ਉਹਨਾਂ ਨੇ ਇਹੀ ਕਿਹਾ ਕਿ ਤੂੰ ਰਹਿਣ ਦੇ ਤੇਰੇ ਬੱਸ ਦਾ ਕੰਮ? ਮੈਂ ਗਾਉਂਦਾ ਪਹਿਲਾਂ ਤੋਂ ਅੱਛਾ ਸੀਗਾ, ਮੈਂ ਸੁਣਦਾ ਬਹੁਤ ਅੱਛਾ ਸੀਗਾ, ਗੁਲਾਮ ਅਲੀ ਸਾਹਿਬ ਨੂੰ ਸੁਣਦਾ ਸੀਗਾ, ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਸੁਣਦਾ ਸੀਗਾ, ਹੁਸੈਨ ਬਖਸ਼ ਸਾਹਿਬ ਨੂੰ ਸੁਣਦਾ ਸੀਗਾ, ਮੈਂ ਚੰਗੇ ਸਰਦੂਲ ਭਾਅ ਜੀ ਨੂੰ ਸੁਣਦਾ ਸੀ, ਹੰਸ ਭਾਅ ਜੀ ਨੂੰ ਸੁਣਦਾ ਸੀ, ਜਿੰਨੇ ਚੰਗਾ ਗਾਉਣ ਵਾਲੇ ਚੱਪਲ ਸਾਹਿਬ ਨੂੰ ਸੁਣਦਾ ਸੀ। ਠੀਕ ਹੈ ਜੀ। ਲੇਕਿਨ ਇੱਕ ਵਾਰੀ ਕਾਲਜ ਜਦੋਂ ਫੈਸਟੀਵਲ ਸੀਗਾ, ਮੈਂ ਮੈਨੂੰ ਤਾਂ ਕੋਈ ਚਾਅ ਨਹੀਂ ਸੀ ਜਾਣ ਦਾ, ਮੈਂ ਵੈਸੇ ਆਡੀਸ਼ਨ ਦੇਣ ਚਲ ਗਿਆ, ਮੈਂ ਕਿਹਾ ਚਲੋ ਜਾਂਦੇ ਹਾਂ ਨਾ, ਅਤੇ ਪੱਗ ਬੰਨੀ ਸੀ ਮੈਂ, ਅਤੇ ਉਹ ਜਿਹੜੇ ਮਿਊਜ਼ਿਕ ਦੇ ਟੀਚਰ ਸੀਗੇ ਉਹਨਾਂ ਨੂੰ ਲੱਗਿਆ ਕਿ ਹੁਣ ਮਿਰਜ਼ਾ ਸ਼ੁਰੂ ਕਰੂਗਾ ਕੰਮ 'ਤੇ ਹੱਥ ਰੱਖ, ਮੈਂ ਫਿਰ ਹੈ ਨਾ ਗੁਲਾਮ ਅਲੀ ਸਾਹਿਬ ਦਾ ਇੱਕ ਸੀਗੀ ਗਜ਼ਲ ਉਹਨਾਂ ਨੂੰ ਸੁਣਾਈ, ਅਤੇ ਉਹਨਾਂ ਨੇ ਮੈਨੂੰ ਸਿਲੈਕਟ ਕਰ ਲਿਆ, ਕਿਉਂਕਿ ਮੈਂ ਪਹਿਲਾਂ ਤੋਂ ਚੰਗਾ ਮਿਊਜ਼ਿਕ ਸੁਣਦਾ ਸੀਗਾ ਨਾ, ਸੋ ਹੀ ਫਿਰ ਮੈਂ ਪ੍ਰੋਫੈਸ਼ਨਲ ਇਸ ਲਾਈਨ 'ਚ ਆਉਣ ਤੋਂ ਪਹਿਲਾਂ ਮੈਨੂੰ ਜਿੰਨਾ ਕੁ ਮੈਂ ਸਿੱਖਣਾ। ਕਿੰਨਾ ਕੁ ਸਿੱਖਿਆ ਤੁਸੀਂ? ਸਿੱਖਿਆ ਮੈਂ ਬਹੁਤ ਘੱਟ, 6 ਮਹੀਨੇ ਸਿੱਖਿਆ, ਬਟ ਮੇਰੇ ਉਸਤਾਦ ਜੀ ਪੰਡਿਤ ਰਾਮ ਚੰਦ ਜੀ, ਮੈਂ ਜਦੋਂ ਉਹਨਾਂ ਕੋਲ ਜਾਂਦਾ ਹੁੰਦਾ ਸੀਗਾ ਸਿੱਖਣ, ਅਤੇ ਮੈਨੂੰ ਜੋ ਉਹ ਦੱਸ ਦਿੰਦੇ ਸੀ, ਜਿਹੜਾ ਲੈਸਨ ਮੈਨੂੰ ਦੇ ਦਿੰਦੇ ਸੀਗੇ ਨਾ, ਉਹ ਮੈਂ ਦੂਜੇ ਦਿਨ ਜਾ ਕੇ ਸੁਣਾ ਦਿੰਦਾ ਸੀਗਾ, ਮੈਂ ਦੁਬਾਰਾ ਪੁੱਛਿਆ ਨਹੀਂ ਸੀ। ਇੱਕ ਉਹਦਾ ਕਾਰਨ ਇਹ ਵੀ ਸੀਗਾ ਕਿ ਅਸੀਂ ਸਰਦਾਰ ਫੈਮਿਲੀ 'ਚੋਂ, ਅਤੇ ਸਿਗਰਟ ਤੋਂ ਅਸੀਂ ਧੂੰਆਂ ਵੀ ਬਰਦਾਸ਼ਤ ਨਹੀਂ ਕਰ ਸਕਦੇ,
ਤੇ ਮੇਰੇ ਉਸਤਾਦ ਜੀ ਬਹੁਤ ਸਿਗਰਟ ਬਹੁਤ ਪੀਂਦੇ ਸੀਗੇ, ਸ਼ਰਾਬ ਬਹੁਤ ਪੀਂਦੇ ਹੁੰਦੇ ਸੀਗੇ, ਠੀਕ ਹੈ। ਸੋ ਇਸ ਕਰਕੇ ਮੈਂ ਘਰ ਆ ਕੇ ਮਿਹਨਤ ਬਹੁਤ ਕਰਦਾ ਹੁੰਦਾ ਸੀਗਾ ਕਿ ਮੇਰੇ ਤੋਂ ਬਹੁਤੀ ਦੇਰ ਬੈਠਿਆ ਨਹੀਂ ਜਾਣਾ, ਬਟ ਉਸਤਾਦ ਜੀ ਵੀ ਕਮਾਲ ਕੰਮ ਖਰਾਬ ਨਾ ਹੋ ਜਾਵੇ, ਪਰ ਉਹਨਾਂ ਨੇ ਇੰਨਾ ਪਿਆਰ ਨਾਲ ਸਿਖਾਉਂਦੇ ਸੀਗੇ, ਕਹਿੰਦੇ ਤੂੰ ਮੇਰਾ ਐਸਾ ਸ਼ਿਗਰਦਾ ਜਿਹਨੇ ਮੇਰੇ ਤੋਂ ਆ ਕੇ ਜੋ ਮੈਂ ਤੈਨੂੰ ਦੱਸਦਾ ਆ ਕੇ ਮੈਨੂੰ ਦੂਜੇ ਦਿਨ ਸੁਣਾ ਦੇਣਾ। ਇੱਥੇ ਸਟੋਰੀਆਂ ਅਸੀਂ ਕਾਫੀ ਸੁਣੀ ਦੀਆਂ ਕਿ ਜੀ ਉਸਤਾਦ ਲਈ ਜੀ ਆਹ ਕਰਨਾ ਪਿਆ, ਮੈਨੂੰ ਲੱਤਾਂ ਕੁੱਟਣੀਆਂ ਪਈਆਂ, ਮੈਨੂੰ ਆਹ ਕਰਨਾ ਪਿਆ, ਤੁਹਾਨੂੰ ਵੀ ਕੁਛ ਇੱਦਾਂ ਦਾ? ਇੱਦਾਂ ਦਾ ਇੱਦਾਂ ਦਾ ਕੁਛ ਨਹੀਂ, ਮੈਨੂੰ ਬੜੇ ਬੜੇ ਪਿਆਰ ਨਾਲ ਸਿਖਾਇਆ। ਹਾਂ ਇੱਦਾਂ ਆ ਕਿ ਉਹਨਾਂ ਨੇ ਦਾਰੂ ਲੈ ਕੇ ਜਾਣੀ ਪੈਂਦੀ ਹੁੰਦੀ ਸੀ, ਹੈ ਨਾ, ਪੀੜ ਦੇ ਸ਼ੌਕੀਨ ਸੀਗੇ ਤੇ ਉਹਨਾਂ ਨੇ ਉਹ ਦਿਨ ਹੀ ਸ਼ੁਰੂ ਹੋ ਜਾਂਦੇ ਹੁੰਦੇ ਸੀਗੇ, ਪਰ ਉਹ ਮੈਨੂੰ ਸਿਖਾਇਆ ਉਹਨਾਂ ਨੇ ਕਮਾਲ। ਕੋਈ ਮੈਨੂੰ ਕੋਈ ਕਦੇ ਉਹਨਾਂ ਨੇ ਇਹ ਨਹੀਂ ਜਿਵੇਂ ਡਿਮਾਂਡਾਂ ਹੁੰਦੀਆਂ, ਕੋਈ ਇੱਦਾਂ ਅਸੀਂ ਪੈਰ ਮੇਰੇ ਕੁੱਟ ਜਾਂ ਪੈਸੇ ਲੈ ਕੇ ਕਦੇ। ਜਿਹੜੇ ਉਸਤਾਦ ਜ਼ਿਆਦਾ ਪੁਰਾਣੇ ਆ ਜੀ, ਜ਼ਿਆਦਾ ਧਾਰਮਿਕ ਲਾਈਨ ਤੋਂ ਹੀ ਆ, ਜਾਂ ਪੰਡਿਤ ਰਾਗੀ ਆ ਜੀ ਜੀ ਜੀ, ਇਹਦੀ ਕੋਈ ਵਜ੍ਹਾ ਹੁੰਦੀ ਹੈ ਕੀ ਤੁਸੀਂ ਸੋਚਦੇ ਕਿ ਉੱਥੇ ਸਿਖਾਲਣ ਵਾਲੇ ਹੋਰ ਕੋਈ ਫੀਲਡ ਵਿੱਚ ਨਹੀਂ ਜਾਂਦੇ, ਜਾਂ ਜਿਹੜੇ ਮਿਊਜ਼ੀਕਲ ਪੀਪਲ ਉਹ ਜ਼ਿਆਦਾ ਧਾਰਮਿਕ ਚੀਜ਼ਾਂ ਤੋਂ ਸ਼ੁਰੂ ਹੁੰਦੇ ਆ ਜੀ? ਇਹਦੀ ਬੰਦਿਸ਼ ਵੀ ਜਿੰਨੀਆਂ ਹੁੰਦੀਆਂ ਸਭ ਧਾਰਮਿਕ, ਕਿਉਂਕਿ ਮੇਰੇ ਉਸਤਾਦ ਜੀ ਬਾਲਮੀਕ ਸੀਗੇ ਉਹਦਾ, ਠੀਕ ਹੈ, ਉਹਨਾਂ ਨੂੰ ਪੰਡਿਤ ਕਹਿੰਦੇ ਹੁੰਦੇ ਸੀਗੇ, ਪੰਡਿਤ ਸੀ ਰਾਗ ਬਹੁਤ ਜਾਣਦੇ ਸੀ, ਤੇ ਉਹ ਬੰਦਿਸ਼ ਵੀ ਜਿੰਨੀਆਂ ਹੁੰਦੀਆਂ ਨਾ ਤਕਰੀਬਨ ਸਾਰੀਆਂ ਧਾਰਮਿਕ ਜਾਂ ਸ਼ਬਦ ਹੁੰਦੇ ਆ ਜਾਂ ਧਾਰਮਿਕ ਬੋਲ ਹੁੰਦੇ ਉਹਦੇ। ਸੋ ਮੈਨੂੰ ਲੱਗਦਾ ਕਿ ਮਿਹਨਤ ਵੀ ਬੜੀ ਕਰਦੇ, ਕਿਉਂਕਿ ਗੁਰਬਾਣੀ ਸਾਰੀ ਰਾਗਾਂ 'ਚ ਹੈ, ਰਾਈਟ, ਹੈ ਨਾ, ਗੁਰਬਾਣੀ ਰਾਗਾਂ 'ਚ ਕਰਕੇ ਧਾਰਮਿਕ ਤੋਂ ਹੀ ਸ਼ੁਰੂ ਹੁੰਦੇ ਸਾਰੇ। ਸੋ ਮੈਨੂੰ ਲੱਗਦਾ ਇਹ ਕਾਰਨ ਹੋਇਆ। ਤੁਹਾਡਾ ਜੋ ਸਟਾਈਲ ਆ, ਕਿਆ ਉਹ ਇੱਕ ਕਿਸਮ ਦਾ ਰਾਗਾ ਉੱਤੇ ਸੁਣ ਕੇ ਬੇਸਡ ਹੈ? ਮਤਲਬ ਕਈ ਵਾਰੀ ਤੁਸੀਂ ਬਹੁਤ ਅਗਰੈਸਿਵ ਹੋ ਜਾਂਦੇ ਆ ਜਦੋਂ ਅਸੀਂ ਵਾਰ ਸੱਦੇ ਹਾਂ, ਕਈ ਵਾਰੀ ਤੁਸੀਂ ਸੁਰ ਉੱਚਾ ਬੋਲ ਲੈ ਲੈਣਾ, ਕਈ ਵਾਰੀ ਤੁਸੀਂ ਸੌਫਟ ਗਾਣੇ ਜੀ ਗਾ ਲੈਂਦੇ ਆ ਜੀ ਜੀ, ਇਹ ਤੁਹਾਡਾ ਸਟਾਈਲ ਤੁਸੀਂ ਕਿਸ ਤਰ੍ਹਾਂ ਕਿੱਥੋਂ ਸ਼ੁਰੂ ਕੀਤਾ ਅਤੇ ਕਿੱਦਾਂ ਇਹਨੂੰ ਅਡੈਪਟ ਕੀਤਾ? ਇਹ ਮੈਨੂੰ ਉਸਤਾਦ ਜੀ ਦੀ ਕਿਰਪਾ ਕਹਿ ਸਕਦਾ, ਕਿਉਂਕਿ ਪਾਪਾ ਜੀ ਵੀ ਜਦੋਂ ਗਾਉਂਦੇ ਹੁੰਦੇ ਸੀਗੇ ਤਾਂ ਢੱਡ ਸਰੰਗੀ ਨਾਲ ਗਾਉਂਦੇ ਸੀ, ਵਾਰ ਗਾਉਂਦੇ ਸੀ, ਕਲੀ ਗਾਉਂਦੇ ਸੀ, ਜੋੜੇ ਦੀ ਕਲੀ ਗਾਉਂਦੇ ਸੀਗੇ, ਕਵਿਤ ਗਾਉਂਦੇ ਸੀਗੇ। ਸੋ ਇਹ ਪੰਜਾਬੀ ਗਾਇਕੀ ਜਿਹੜੀ ਹੈ ਉਹ ਸ਼ੁਰੂ ਤਾਂ ਇੱਥੋਂ ਹੀ ਹੁੰਦੀ ਹੈ ਕਿ ਕਿਉਂਕਿ ਉਹਨਾਂ ਨੇ ਸਭ ਤੋਂ ਪਹਿਲਾਂ ਜਦੋਂ ਅਲੰਕਾਰ ਕਰਨਾ ਹੁੰਦਾ ਸੀ, ਹਾਂਜੀ, ਹੈ ਨਾ, ਅਤੇ ਉਹ 3 ਮਿੰਟ ਦਾ ਅਲੰਕਾਰ ਹੁੰਦਾ, ਸਰੰਗੀ ਉਹਨਾਂ ਨੇ ਪਹਿਲੇ ਕਾਲੇ ਅਤੇ ਦੂਜੇ ਕਾਲੇ 'ਤੇ ਲਾ ਕੇ ਅਤੇ ਉਹ ਸਾ ਟੂ ਸਾ ਇੱਕ ਆਵਾਜ਼ ਮਾਰਨੀ ਪੈਂਦੀ ਹੁੰਦੀ ਜਿਹੜਾ ਆਗੂ ਗਾਉਂਦਾ ਹੁੰਦਾ ਨਾ, ਹਾਂਜੀ। ਸੋ ਉਹ ਤਾਂ ਕਮਾਲ ਦਾ ਸੀਗਾ ਗੱਲ ਉਹਨਾਂ ਦਾ, ਪਰ ਮੈਨੂੰ ਉਹਨਾਂ ਨੇ ਜਦੋਂ ਮੈਂ ਸ਼ੁਰੂ ਕੀਤਾ ਅਤੇ ਮੈਂ ਗਜ਼ਲ ਗਾਉਂਦਾ ਹੁੰਦਾ ਸੀਗਾ, ਮੈਨੂੰ ਉਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਸੀਗਾ ਕਿ ਤੇਰੀ ਜਿਹੜਾ ਤੇਰੀ ਪਿੱਚ ਆ ਤੇਰੀ ਨਾ ਉਹ ਬਹੁਤ ਹਾਈ ਚਾਹੀਦੀ ਹੈ ਤਾਂ ਜਾ ਕੇ ਕਲਵਾਨ ਹੋਏਗਾ, ਹੈ ਨਾ। ਫਿਰ ਮੈਂ ਬਹੁਤ ਜ਼ਿਆਦਾ ਮੈਂ ਕਵਾਲੀ ਲਾ ਕੇ ਗਾਉਂਦਾ ਰਹਿੰਦਾ ਹੁੰਦਾ ਸੀਗਾ, ਫਿਰ ਮੈਂ ਪਿੱਚ ਹਾਈ ਕੀਤੀ, ਉਸ ਤੋਂ ਬਾਅਦ ਫਿਰ ਜਾ ਕੇ ਇਸ ਪਾਸੇ ਆਇਆ। ਕਿਉਂਕਿ ਜਿੱਦਾਂ ਤੁਸੀਂ ਸੁਣ ਰਹੇ ਹਾਂ, ਜਦੋਂ ਤੁਸੀਂ ਹੰਸਰਾਜ ਨੂੰ ਸੁਣਿਆ, ਸਰਦੂਲ ਨੂੰ ਸੁਣਿਆ, ਉਹਨਾਂ ਦਾ ਸਟਾਈਲ ਕਾਫੀ ਡਿਫਰੈਂਟ ਹੈ। ਉਸਤਾਦ ਜੀ ਕਹਿੰਦੇ ਹੁੰਦੇ ਸੀਗੇ ਕਿ ਤੂੰ ਜੇ ਤੇ ਸੈਡ ਗਾ ਰਿਹਾ ਤੈਨੂੰ ਪਤਾ ਹੋਣਾ ਚਾਹੀਦਾ ਉਹਦਾ ਕੀ ਫੀਲ ਹੈ, ਬੋਲ ਜਿਹੜੇ ਆ ਨਾ ਉੱਦਾਂ ਦੀ ਉਹਦੀ ਕੰਪੋਜੀਸ਼ਨ ਹੋਣੀ ਚਾਹੀਦੀ ਹੈ, ਜੇ ਤੁਸੀਂ ਉਹਨੂੰ ਤੁਸੀਂ ਜਿਹੜਾ ਰੋਮਾਂਟਿਕ ਉਹਨੂੰ ਗਲੇ ਦਾ ਫੀਲ ਕਿਵੇਂ ਦੇਣਾ, ਕੋਈ ਜਿਹੜਾ ਡੂਇਟ ਗਾਣਾ ਉਹਨੂੰ ਛਾਤੀ ਦੀ ਆਵਾਜ਼ ਨਾਲ ਕਿਵੇਂ ਗਾਉਣਾ, ਜਿਹੜਾ ਭੰਗੜੇ ਦਾ ਗਾਣਾ ਉਹਨੂੰ ਛਾਤੀ ਦੀ ਆਵਾਜ਼ ਨਾਲ ਕਿਵੇਂ ਗਾਉਣਾ, ਜੇ ਤੁਸੀਂ ਸੈਡ ਮੂਡ ਦਾ ਗਾਣਾ ਗਾ ਰਹੇ ਹੋ ਤਾਂ ਕਿੱਦਾਂ ਕਿਵੇਂ ਫੀਲ ਹੋਣਾ ਚਾਹੀਦਾ ਤਾਂ ਕਿ ਐਂ ਲੱਗੇ ਕਿ ਇਹ ਸਭ ਨਾਲ ਬੀਤਿਆ। ਸੋ ਇਹ ਉਸਤਾਦ ਦੱਸਦੇ ਆ ਤਾਂ ਫਿਰ ਹੌਲੀ ਹੌਲੀ, ਪਰ ਜਿੰਨੀ ਤੁਸੀਂ ਮਿਹਨਤ ਕਰਦੇ ਜਾਂਦੇ ਹੋ ਨਾ, ਹਾਂਜੀ, ਜਿੰਨੀ ਤੁਸੀਂ ਮਿਹਨਤ ਕਰਦੇ ਜਾਂਦੇ ਹੋ ਉਹਨਾਂ ਤੁਹਾਡਾ ਪਰਪੱਕ ਹੁੰਦਾ ਜਾਂਦਾ। ਤੁਹਾਨੂੰ ਜੋ ਕਿ ਗਾਣੇ ਤੁਸੀਂ ਗਾਏ ਆ ਸਾਰੇ ਇਸ ਚੀਜ਼ ਨੂੰ ਮੰਨਦੇ ਆ ਕਿ ਤੁਹਾਡੇ ਗਾਣੇ ਸਾਫ਼ ਸੁਥਰੇ ਆ ਜੀ, ਹੁਣ ਪਿੱਛੇ ਜਿਹਾ ਇੱਕ ਦੌਰ ਜਿਹਾ ਚੱਲਿਆ ਸੀ ਕਿ ਕਾਫ਼ੀ ਥੋੜ੍ਹੇ ਜਿਹਨੂੰ ਗਾਣੇ ਨਹੀਂ ਲੋਕ ਪਸੰਦ ਕਰਦੇ, ਅਸ਼ਲੀਲ ਗਾਣੇ ਜਿਹਨੂੰ ਕਹਿੰਦੇ ਕਿ ਉਹ ਆ ਗਏ, ਵੀਡੀਓਆਂ ਵੀ ਲੋਕ ਪਸੰਦ ਕਰ, ਪਰ ਤੁਹਾਡੇ ਤਕਰੀਬਨ ਕਲੀਨ ਕੱਟ ਹੀ ਰਹੇ ਮੇਰੇ। ਹਾਂਜੀ, ਮੇਰੀ ਟੀਮ ਬੜੀ ਚੰਗੀ ਰਹੀ ਹੈ ਹਮੇਸ਼ਾ, ਗੀਤਕਾਰ ਜਿਹੜੇ ਸੀਗੇ ਮੇਰੇ ਨਾਲ ਜੁੜੇ ਆ ਉਹ ਸਭ ਬਹੁਤ ਅੱਛਾ ਲਿਖਦੇ ਆ, ਸੋ ਅਸੀਂ ਕੋਸ਼ਿਸ਼ ਕਰਦੇ ਹੁੰਦੇ ਕਿ ਪਰਿਵਾਰ 'ਚ ਬਹਿ ਕੇ ਸੁਣਿਆ ਜਾਵੇ, ਔਰ ਵੀਡੀਓ 'ਚ ਵੀ ਬਹੁਤ ਜ਼ਿਆਦਾ ਕੋਸ਼ਿਸ਼ ਕਰਦੇ ਹਾਂ ਕਿ ਜੇ ਪੰਜਾਬੀ ਸੱਭਿਆਚਾਰ ਦੀ ਗੱਲ ਹੋਈ ਹੈ ਤਾਂ ਉਦਾਂ ਦਾ ਪਹਿਰਾਵਾ ਹੋਣਾ ਚਾਹੀਦਾ।
ਪਰ ਆਮ ਤੌਰ ਤੇ ਸਾਡੇ ਜੋ ਕਿ ਪੰਜਾਬੀਆਂ 'ਚ ਕਾਫੀ ਭੇਟ ਚਾਲ ਹੁੰਦੀ ਹੈ, ਜੇ ਇੱਕ ਤੁਰਦਾ ਉੱਧਰ ਨੂੰ ਤਾਂ ਸਾਰੇ ਤੁਰ ਪੈਂਦੇ ਆ, ਮਤਲਬ ਜੇ ਇੱਕ ਨੇ ਰੈਪ ਪਾਉਣਾ ਗੀਤ 'ਚ ਸਾਰਿਆਂ ਨੇ ਪਾਉਣਾ। ਇਹ ਵੈਸੇ ਮੈਂ ਹਮੇਸ਼ਾ ਜਦੋਂ ਤੁਹਾਨੂੰ ਪਤਾ ਜਦੋਂ ਬਿਲਕੁਲ ਸੋਲੋ ਦਾ ਜ਼ਮਾਨਾ ਸੀ, ਮੈਂ ਡੂਇਟ ਉਦੋਂ ਮੈਂ ਉਸ ਐਲਬਮ 'ਚ ਕੀਤਾ ਸੀ ਪਿੱਛੋਂ ਆਵਾਜ਼ ਮਾਰੀ। ਹਾਂਜੀ ਜਦੋਂ ਜੂਇਟ ਦਾ ਜ਼ਮਾਨਾ ਸੀ, ਮੈਂ ਜਦੋਂ ਸਭ ਸੋਲੋ ਸਿੰਗਰ ਜਿਹੜੇ ਉਹ ਪੂਰੀ ਦੀ ਪੂਰੀ ਐਲਬਮ ਡੂਇਟ ਕਰਨ ਲੱਗ ਗਏ, ਮੈਂ ਬਾਅਦ ਮੈਂ ਬੰਦ ਕਰਤਾ। ਮੈਂ ਤੁਹਾਨੂੰ ਪੁੱਛਿਆ ਵੀ ਸੀ, ਮੈਂ ਤੁਹਾਨੂੰ ਕਿਹਾ, ਮੈਂ ਕਿਹਾ ਭਾਜੀ ਸਾਰੇ ਖੁਸ਼ਮੋਤਰ ਮਹਾਨ ਗਾਣੇ ਗਾ ਰਹੇ ਆ, ਤੁਸੀਂ ਤੁਸੀਂ ਜੁਇਟ ਕਿਆ ਕਰਦੇ ਨੀ, ਤੁਸੀਂ ਉਦੋਂ ਜੁਇਟ ਕੀਤਾ ਜਦੋਂ ਕੋਈ ਵੀ ਨੀ ਜੁਇਟ ਕਰਦਾ ਸੀ, ਇਹ ਗੱਲ ਕੀ ਹੋ ਗਈ? ਮੈਨੂੰ ਅਲੱਗ ਚੱਲਣ ਦੀ ਆਦਤ ਸਰ, ਮਤਲਬ ਕਿ ਉਸ ਵੇਲੇ ਤੁਹਾਡਾ ਜੋ ਜੁਇਟ ਗੀਤ ਸੀ ਪਿੱਛੇ ਆਵਾਜ਼, ਜੀ ਜੀ ਜੀ, ਉਹ ਤਾਂ ਬਹੁਤ ਸ਼ੁਰੂਆਤ ਹੀ ਕਹਿ ਸਕਦੇ, ਬਿਲਕੁਲ ਮੇਰੀ ਪਹਿਲੀ ਐਲਬਮ ਸੀਗੀ ਉਹ, ਸਮਝ ਲਓ ਜਿਹੜੀ ਹਿੱਟ ਹੋਈ ਹੈ। ਹਾਂਜੀ, ਉਹਦੇ 'ਚ ਮੈਂ ਵਰਾਇਟੀ ਲਈ ਕੀਤਾ ਸੀਗਾ ਉਹ ਗਾਣਾ, ਉਹਦਾ ਕੰਪੋਜ਼ਿਸ਼ਨ ਦਾ ਸਟਾਈਲ ਜਿਹੜਾ ਸੀਗਾ ਉਸ ਜਿਸ 27 ਦੀ ਕੰਪੋਜ਼ਿਸ਼ਨ ਵੀ ਸੇਮ ਸੀਗੀ, ਅੰਤਰੇ ਦੀ ਕੰਪੋਜ਼ਿਸ਼ਨ ਵੀ ਸੇਮ ਸੀਗੀ, ਔਰ ਉਹਦਾ ਸਕੇਲ ਜਿਹੜਾ ਮੇਲ ਸਿੰਗਰ ਦੇ ਹਿਸਾਬ ਨਾਲ ਰੱਖਿਆ ਗਿਆ ਸੀ, ਫੀਮੇਲ ਅੱਧਾ ਸੁਰ ਨੀਵਾਂ ਪੈਂਦਾ ਸੀਗਾ ਉਹ, ਲੇਕਿਨ ਉਹ ਮੇਰੇ ਹਿਸਾਬ ਨਾਲ ਸਕੇਲ ਰੱਖਿਆ ਗਿਆ ਸੀ, ਔਰ ਆਵਾਜ਼ ਐਸੀ ਮੈਚ ਕੀਤੀ ਜਸਪਿੰਦਰ ਜੀ ਦੀ ਅਤੇ ਮੇਰੀ, ਅਤੇ ਉਹ ਕਮਾਲ ਨਾ, ਬਾਕੀ ਹਿਸਟਰੀ ਆ। ਚਲੋ ਜੀ, ਹੁਣ ਅਸੀਂ ਵੀ ਥੋੜ੍ਹੀ ਆਵਾਜ਼ਾਂ ਮੈਚ ਕਰ ਲਈਏ ਤਾਂ ਰੈਸਟ ਦੇ ਲਈਏ, ਅਤੇ ਤੁਹਾਨੂੰ ਮੈਂ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ, ਵੈਲਕਮ ਟੂ ਦੀ ਸ਼ੋਅ। ਗੱਲ ਸਾਡੀ ਹੋ ਰਹੀ ਹੈ ਨਛੱਤਰ ਗਿੱਲ ਭਾਅ ਜੀ ਹੁਣਾਂ ਨਾਲ, ਜੋ ਕਿ ਤੁਹਾਨੂੰ ਪਤਾ ਆ ਕਿ ਨੋਟ ਓਨਲੀ ਬਹੁਤ ਅੱਛੇ ਪੰਜਾਬੀ ਸਿੰਗਰ ਆ, ਪਰ ਬਹੁਤ ਅੱਛੇ ਧਾਰਮਿਕ ਕਲਾਕਾਰ ਵੀ ਹੈਗੇ ਆ ਆਪਣੀ ਜਗ੍ਹਾ 'ਚ, ਜਿਨ੍ਹਾਂ ਬਾਰੇ ਅਸੀਂ ਗੱਲ ਕਰ ਚੁੱਕੇ ਹਾਂ। ਭਾਅ ਜੀ, ਤੁਸੀਂ ਥੋੜ੍ਹਾ ਬ੍ਰੇਕ ਕੀਤਾ ਸੀਗਾ ਇਸ ਸਾਲ, ਕਿਉਂਕਿ ਤੁਹਾਡੇ ਨਾਲ ਕੁਛ ਥੋੜ੍ਹਾ ਹਾਦਸਾ ਜਿਹਾ ਹੋਇਆ ਸੀਗਾ, ਜਿਹਦੇ ਬਾਰੇ ਮੈਂ ਜ਼ਿਆਦਾ ਨਹੀਂ ਗੱਲ ਕਰਨਾ ਚਾਹੁੰਦਾ, ਕਿਉਂਕਿ ਜੋ ਆਪਣੀ ਮਾੜੇ ਦਿਨ ਜਾਂ ਕੋਈ ਦੁੱਖ ਦੀ ਘੜੀ ਕੋਈ ਬੰਦਾ ਨਹੀਂ ਕਰਨਾ ਚਾਹੁੰਦਾ, ਪਰ ਜਦੋਂ ਉਹ ਖਬਰ ਫੈਲੀ, ਜਿਹਨਾਂ ਨੂੰ ਹੁਣ ਸਾਨੂੰ ਤਾਂ ਪਤਾ ਸੀ ਕਿ ਭਾਅ ਜੀ ਦਾ ਸੁਭਾਅ ਕਿੱਦਾਂ ਕਿੱਦਾਂ ਠੀਕ ਆ, ਪਰ ਉਹ ਗੱਲ ਕੀ ਸੀ ਥੋੜ੍ਹੀ ਜਿਹੀ, ਉਹ ਕੀ ਸੀ, ਕਿਸ ਦੀ ਸ਼ਰਾਰਤ ਸੀ? ਬਸ ਇਹ ਕਹਿੰਦੇ ਟੰਗਾਂ ਖਿੱਚਣ ਵਾਲੇ ਬੜੇ ਹੁੰਦੇ ਆ, ਹੈ ਨਾ, ਕਿਉਂਕਿ ਨਛੱਤਰ ਗਿੱਲ ਹਿੱਟ ਤੋਂ ਹਿੱਟ ਦੇ ਰਿਹਾ ਸੀਗਾ, ਐਲਬਮ ਹਿੱਟ ਦੇ ਰਿਹਾ ਸੀਗਾ, ਹੈ ਨਾ, ਅਤੇ ਕਈ ਬੰਦੇ ਗਾ ਕੇ ਅੱਗੇ ਨਹੀਂ ਲੰਘ ਸਕਦੇ, ਉਹਨਾਂ ਨੂੰ ਹੁੰਦਾ ਕਿ ਇਹਨੂੰ ਕਿਸੇ ਤਰ੍ਹਾਂ ਫਸਾਇਆ ਜਾਵੇ, ਇਹਨੂੰ ਫਸਾਇਆ, ਹੈ ਨਾ, ਔਰ ਦੇਖੋ ਤੇ ਸੱਚਾ ਸੀਗਾ, ਸੱਚਾ ਸੀਗਾ ਅਤੇ ਨਹੀਂ ਤਾਂ ਇਸ ਇੱਦਾਂ ਦੇ ਜਿਹੜੇ ਕੇਸ ਆ ਉਹਦੇ ਚੱਜ ਜ਼ਮਾਨਤ ਵੀ ਨਹੀਂ ਹੁੰਦੀ। ਸਹੀ ਗੱਲ, ਹੈ ਨਾ, ਅਤੇ ਪਰਮਾਤਮਾ ਨੇ ਐਸੀ ਕਿਰਪਾ ਕੀਤੀ, ਕਿਉਂਕਿ ਮੈਂ ਰੱਬ ਨੂੰ ਬੜਾ ਮੰਨਣ ਵਾਲਾ ਬੰਦਾ, ਹੈ ਨਾ, ਮੈਂ ਕਹਿੰਦਾ ਜੋ ਜੋ ਹੁੰਦਾ, ਕਿਉਂਕਿ ਮੈਂ 98 'ਚ ਮੈਂ ਮਿਊਜ਼ਿਕ ਛੱਡ ਕੇ ਮੈਂ ਬਾਹਰ ਬਾਹਰ ਚੱਲਿਆ ਸੀਗਾ, ਹੈ ਨਾ, 98 'ਚ, ਦੈਟਸ ਰਾਈਟ, ਹੈ ਨਾ, ਪਤਾ ਸਭ, ਅਤੇ ਬਾਈ ਚਾਂਸ ਮੈਂ ਨਹੀਂ ਪਹੁੰਚ ਸਕਿਆ ਇਟਲੀ, ਹੈ ਨਾ, ਫਿਰ ਵਾਪਸ ਚਲ ਗਿਆ, ਕਿਉਂਕਿ ਨਛੱਤਰ ਗਿੱਲ ਨੇ ਹਿੱਟ ਹੋਣਾ ਸੀ, 2002 'ਚ ਮੇਰੀ ਐਲਬਮ ਆਉਣੀ ਸੀ। ਮੇਰੇ ਵੀਰ, ਤੇਰੇ ਕਿਸਮਤ ਵਿੱਚ ਪੀਜ਼ੇ ਲਿਖੇ ਹੁੰਦੇ ਸੀ, ਹੈ ਨਾ, ਮੈਂ ਕਹਿੰਦਾ ਹੁੰਦਾ ਕਿ ਅਸੀਂ ਹੁਣ ਜਿੱਦਾਂ ਟਿਕਟਾਂ ਲੈ ਕੇ ਜਾਂ ਵਿਆਹਾਂ ਦੇ ਸ਼ੋਆਂ 'ਚ ਸਾਨੂੰ ਦੇਖਣ ਪਹੁੰਚਦੇ ਆ ਲੋਕ, ਮੇਲਿਆਂ 'ਚ ਸਾਨੂੰ ਦੇਖਣ ਪਹੁੰਚਦੇ, ਇੱਦਾਂ ਕਿਸੇ ਦੇ ਅਸੀਂ ਪਹੁੰਚਿਆ ਕਰਨਾ ਸੀ, ਫੋਨ ਕਰਿਆ ਸੀ ਕਿ ਨਛੱਤਰ ਭਾਜੀ ਪੇਪਰ ਸਰ, ਪਰਮਾਤਮਾ ਜੋ ਕਰਦਾ ਉਹ ਚੰਗਾ ਕਰਦਾ, ਕੋਈ ਗੱਲ ਨਹੀਂ, ਉਹ ਟਾਈਮ ਲੰਘ ਗਿਆ, ਮੈਨੂੰ ਉਸੇ ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਉਸੇ ਕੋਰਟ ਨੇ ਬਰੀ ਕੀਤਾ ਕਿ ਤੇਰੇ 'ਤੇ ਕੋਈ ਸਭ ਇਲਜ਼ਾਮ ਝੂਠੇ ਸੀਗੇ, ਹੈ ਨਾ, ਸੋ ਮੈਂ ਨਿਕਲਿਆ ਉਸ 'ਚੋਂ, ਨਹੀਂ ਤਾਂ ਅੱਜ ਤੱਕ ਕਈਆਂ 'ਤੇ ਉਹ ਹੋਇਆ ਅਤੇ ਸਭ ਅੰਦਰ ਬੈਠੇ। ਉਹ ਵਾਕਏ ਨੇ ਤੁਹਾਡੇ ਲਾਈਫ 'ਤੇ ਕਿੰਨਾ ਅਸਰ ਕੀਤਾ ਜਾਂ ਐਕਸਪੀਰੀਅੰਸ? ਬਹੁਤ ਜ਼ਿਆਦਾ, ਮੇਰੇ ਆਪਣੇ ਹੀ ਹੈਗੇ ਸੀ ਜਿਹਨਾਂ ਨੇ ਕੀਤਾ ਸੀ, ਮੈਂ ਇਕੱਲੇ ਇਕੱਲੇ ਉਂਗਲਾਂ 'ਤੇ ਗਿਣੇ ਹੋਏ ਆ, ਮੈਂ ਪਰ ਨਾਮ ਉਹਨਾਂ ਨੂੰ ਦੱਸਿਆ, ਉਹਨਾਂ ਦੱਸਿਆ ਨਹੀਂ ਕਿ ਮੈਨੂੰ ਪਤਾ ਸਾਰਾ ਕਿਹਨੇ ਕੀ ਕਰਵਾਇਆ ਸੀ, ਲੇਕਿਨ ਪਰਮਾਤਮਾ ਰਾਜ਼ੀ ਰੱਖੇ ਉਹਨਾਂ ਨੂੰ, ਹਮੇਸ਼ਾ ਪਿੱਛੇ ਹੀ ਰਹਿਣਗੇ। ਭਾਅ ਜੀ, ਤੁਸੀਂ ਜੋ ਹੈਗੇ ਤੁਸੀਂ ਪਰਮਾਤਮਾ 'ਚ ਬਹੁਤ ਬਿਲੀਵ ਕਰਦੇ ਹੋ ਜੀ, ਕਿਉਂਕਿ ਉਸ ਵੇਲੇ ਮੈਂ ਇੱਕ ਚੀਜ਼ ਦੇਖੀ, ਮੈਂ ਕਿਹਾ ਦੇਖ ਭਾਅ ਜੀ ਨੇ ਜੱਟਾਂ ਵਾਲਾ ਸਟੈਂਡ ਲਿਆ ਕਿ ਜੇ ਮੈਂ ਕੁਛ ਕੀਤਾ ਹੀ ਨਹੀਂ, ਬਿਲਕੁਲ ਕੁਛ ਹੋਣਾ ਨਹੀਂ, ਬਿਲਕੁਲ ਰੱਬ 'ਚ ਬਿਲੀਵ ਕਰਦਾ, ਬਿਲਕੁਲ ਰੱਬ ਬੇਗੁਨਾਹ ਨੂੰ ਸਜ਼ਾ ਨਹੀਂ ਦੇ ਸਕਦਾ, ਬਿਲਕੁਲ ਬਿਲਕੁਲ। ਸੋ ਉਹੀ ਗੱਲ ਹੋਈ ਆ, ਅਤੇ ਤੁਹਾਡੇ ਜੋ ਤੁਹਾਨੂੰ ਕੀ ਲੱਗਦਾ ਕਿ ਲੋਕਾਂ ਦੀ, ਕਿਉਂਕਿ
ਕੋਈ ਵੀ ਨਗਰ ਕੀਰਤਨ ਸੁਣ ਲਓ, ਤੁਹਾਡੇ ਧਾਰਮਿਕ ਗੀਤ ਵੱਜਦੇ ਆ, ਚਾਹੇ ਅਰਦਾਸ ਕਰਾਂ ਤੁਸੀਂ ਸਾਡੇ ਵਿਆਹਾਂ 'ਚ ਜਿੰਨੇ ਵੀ ਸ਼ੋਅ ਹੁੰਦੇ ਆ ਅਸੀਂ ਵੀ ਇੱਥੋਂ ਸ਼ੁਰੂ ਕਰਦੇ ਹਾਂ, ਲੇਕਿਨ ਜਿਹੜੇ ਉੱਥੇ ਵੈਡਿੰਗ ਸ਼ੋਅ ਜਿਹਨਾਂ 'ਚ ਡੀਜੇ ਵੀ ਪਹੁੰਚਦਾ ਉਹ ਭੰਗੜਾ ਗਿੱਧਾ ਗਰੁੱਪ ਵੀ ਪਹੁੰਚਦਾ, ਪਰਮਾਤਮਾ ਨੇ ਐਸੀ ਕਿਰਪਾ ਕੀਤੀ ਕਿ ਪਿਛਲੇ ਜਦੋਂ ਤੋਂ ਇਹ ਗਾਣਾ ਆਇਆ ਵਾ ਧਾਰਮਿਕ 2009 'ਚ ਗਾਣਾ ਅਸੀਂ ਲਾਂਚ ਕੀਤਾ ਸੀ, 15 ਹੋ ਗਿਆ, 6 ਸਾਲ ਤੋਂ ਲਗਾਤਾਰ ਤੋਂ ਸ਼ੁਰੂਆਤ 'ਚ ਗਾਣਾ ਵੱਜਦਾ ਅਰਦਾਸ ਕਰਾਂ ਅਰਦਾਸ ਕਰਾਂ। ਤੁਹਾਨੂੰ ਕੀ ਲੱਗਦਾ ਕਿ ਲੋਕਾਂ ਦੀ ਦੁਆਵਾਂ ਨੇ ਤੁਹਾਡੇ ਤੇ? ਬਿਲਕੁਲ ਬਿਲਕੁਲ ਦੁਆਵਾਂ ਹੀ ਆ। ਮੈਂ ਗੱਲ ਕਰਾਂ ਇੱਥੇ ਮਾਣਕ ਸਾਹਿਬ ਦੇ ਸਾਹਿਬਜ਼ਾਦੇ ਦੀ, ਯੁੱਧਵੀਰ ਦੀ, ਉਹਨੂੰ ਵੀ ਡਾਕਟਰਾਂ ਨੇ ਬਿਲਕੁਲ ਜਵਾਬ ਦੇ ਦਿੱਤਾ ਸੀਗਾ, ਲੇਕਿਨ ਪਰਮਾਤਮਾ ਨੇ ਉਹਦੇ ਤੇ ਦੁਆਵਾਂ ਸੱਭਦੀਆਂ ਸੀਗੀਆਂ, ਉਹਦੇ ਲਈ ਸਭ ਅਰਦਾਸਾਂ ਕਰਦੇ ਸੀਗੇ, ਔਰ ਉਹ ਬੰਦਾ ਮੁੜ ਕੇ ਹੁਣ ਫਿਰ ਪ੍ਰੋਗਰਾਮ ਕਰਨ ਲੱਗ ਗਿਆ। ਉਹਦਾ ਡਾਕਟਰ ਮਤਲਬ ਉਹਨੂੰ ਬਿਲਕੁਲ ਆਸ ਨਹੀਂ ਸੀ ਕਿ ਬੰਦਾ ਬੋਲ ਵੀ ਸਕਦਾ, ਉਸ ਵੇਲੇ ਤਾਂ ਇਹੀ ਕਹਿੰਦੇ ਸੀ ਜੀ ਕੋਈ ਆਸ ਹੈ ਨਹੀਂ, ਬਿਲਕੁਲ ਕਿ ਦਿਨ ਗਿਣ ਰਹੇ ਆ। ਹਾਂ ਹਾਂ, ਤੇ ਉਹ ਮੁੜ ਕੇ ਗਾਉਣ ਵੀ ਲੱਗ ਗਿਆ, ਹੈ ਨਾ। ਸੋ ਦੁਆਵਾਂ ਜਿਹੜੀਆਂ ਉਹ ਬਚਾ ਲੈਂਦੇ ਆ, ਪਰਮਾਤਮਾ ਨੂੰ ਪਤਾ ਕਿਹੜਾ ਬੰਦਾ ਸੱਚਾ। ਇਹ ਲੋਕ ਹੁਣ ਸਾਡੇ ਪੰਜਾਬੀ ਵਿੱਚ ਤੁਹਾਨੂੰ ਲੱਗਦਾ ਕਿ ਕਮੀ ਹੈਗੀ ਕਿ ਇੱਕ ਦੂਜੇ ਨੂੰ ਅਸੀਂ ਦੇਖ ਕੇ ਖੁਸ਼ ਨਹੀਂ ਹੈ? ਬਹੁਤ ਜ਼ਿਆਦਾ, ਅੱਧੇ ਤਾਂ ਕੰਮ ਹੀ ਨਹੀਂ ਕਰਕੇ ਰਾਜੀ, ਉਹ ਕਹਿੰਦੇ ਰਾਤੋਂ ਰਾਤ ਸਾਡੇ ਕੋਲ ਇੰਨੇ ਕੁ ਪੈਸੇ ਆ ਜਾਣ ਤੇ ਆਡੀ ਗੱਡੀ ਲੈ ਲਈਏ, BMW ਲੈ ਲਈਏ, ਤੇ ਵੱਡਾ ਸਾਰਾ ਘਰ ਆ ਜਾਏ, ਹੈ ਨਾ, ਤੇ ਇਹ ਮਿਹਨਤ ਨਹੀਂ ਕਰਨੀ। ਔਰ ਠੀਕ ਹੈ, ਤੁਸੀਂ ਜੋ ਹੈਗੇ ਆ, ਹੁਣ ਕਈ ਲੋਕ ਸੋਚਦੇ ਕਿ ਨਹੀਂ ਭਾਜੀ ਦੇ ਕੰਮ ਤੇ ਅਸਰ ਪਿਆ ਹੋਊਗਾ ਜਾਂ ਨਹੀਂ, ਪਰ ਮੇਰੇ ਖਿਆਲ ਨਾਲ ਮੈਂ ਸਭ ਤੋਂ ਜ਼ਿਆਦਾ ਤੁਸੀਂ ਬਿਜ਼ੀ ਆ, ਸਭ ਤੋਂ ਜ਼ਿਆਦਾ ਪ੍ਰੋਗਰਾਮ ਕੀਤੇ, ਤੁਸੀਂ ਸਭ ਤੋਂ ਜ਼ਿਆਦਾ ਬਿਜ਼ੀ ਆ, ਸਭ ਤੋਂ ਜ਼ਿਆਦਾ ਬੜੀ ਵਾਰ ਜ਼ਿਕਰ ਪੈ ਰਹੀ ਆ, ਕਿਉਂਕਿ ਤੁਹਾਡੇ ਜਿਹੜੇ ਆਪਣੇ ਆ ਨਾ, ਉਹਨਾਂ ਨੇ ਤੁਹਾਨੂੰ ਪ੍ਰੋਗਰਾਮ ਆਪਣਿਆਂ ਦੇ ਤੇ ਕਰਦੇ ਸੀਗੇ, ਲੇਕਿਨ ਹੋਰ ਵੀ ਬੁਕਿੰਗ ਮੈਨੂੰ ਬੜੀ ਸੀਗੀ ਇਸ ਵਾਰ, ਬਹੁਤ ਕਿਰਪਾ ਸੀਗੀ। ਹੁਣ ਤੁਹਾਨੂੰ ਕਿੱਦਾਂ ਮਹਿਸੂਸ ਕਰ ਰਿਹਾ ਕਿ ਤੁਹਾਨੂੰ ਲੋਕਾਂ ਤੋਂ ਬਹੁਤ ਜ਼ਿਆਦਾ ਸਪੋਰਟ ਮਿਲਦਾ, ਪਿਆਰ ਮਿਲਦਾ ਆ ਜੀ, ਜਾਂ ਤੁਹਾਨੂੰ ਇੱਦਾਂ ਲੱਗਦਾ, ਜਾਂ ਤੁਸੀਂ ਹੁਣ, ਮੈਂ ਇੱਕ ਚੀਜ਼ ਕਹਿੰਦਾ ਹੁੰਦਾ ਕਿ ਤੁਹਾਨੂੰ ਕੁਛ ਤੁਸੀਂ ਫੀਲ ਕਰਦੇ ਕਿ ਹਾਂ ਮੈਨੂੰ ਕੁਛ ਸਬਕ ਮਿਲਿਆ ਕਿ ਮੈਂ ਲੋਕਾਂ 'ਤੇ ਥੋੜ੍ਹੇ ਘੱਟ ਵਿਸ਼ਵਾਸ ਕਰਾਂ ਆਪਣੇ ਸਰਕਲ ਵਾਲੇ ਬੰਦੇ 'ਤੇ, ਜਾਂ ਹੁਣ ਤੁਸੀਂ ਥੋੜ੍ਹੇ ਆਪਣੇ ਆਪ, ਮੈਂ ਬੜਾ ਸਭ ਸਰਕਲ ਘਟਾਤਾ, ਮੈਂ ਆਪਣਿਆਂ ਤੋਂ ਬਹੁਤ ਦੁਖੀ ਹੋਇਆ, ਹੈ ਨਾ, ਮੈਨੂੰ ਆਪਣਿਆਂ ਨੇ ਬਹੁਤ ਬਹੁਤ ਤੰਗ ਕੀਤਾ, ਸੋ ਮੈਂ ਦੂਰ ਹੀ ਰਹਿੰਦਾ ਹੁਣ ਸਭ ਤੋਂ ਇਹਨਾਂ ਤੋਂ, ਅਤੇ ਕੰਮ 'ਤੇ ਕੋਈ ਅਸਰ ਨਹੀਂ, ਪਰਮਾਤਮਾ ਦੀ ਬੜੀ ਕਿਰਪਾ, ਬਸ ਨਛੱਤਰ ਗਿੱਲ ਆਪਣੇ ਆਪ 'ਚ ਹੀ ਰਹਿੰਦਾ ਹੁਣ। ਤੇ ਮਤਲਬ ਕਿ ਇੱਕ ਚੀਜ਼ ਤੁਹਾਨੂੰ ਮਿਲ ਗਈ ਇਸ ਚੀਜ਼ ਤੋਂ, ਅਕਲ ਕਾਫੀ ਮਿਲੀ ਹੈ, ਬਹੁਤ ਜ਼ਿਆਦਾ। ਰਾਈਟ ਭਾਅ ਜੀ, ਹੁਣ ਤੁਸੀਂ ਦੇਖੋ ਕਿ ਅਸੀਂ ਜਾਣਦੇ ਹਾਂ ਕਿ ਰੈਪ ਦੀ ਗੱਲ ਕਰਦੇ ਹਾਂ ਜੀ, ਰਾਈਟ, ਹਰ ਗੀਤ 'ਚ ਕੋਈ ਨਾ ਕੋਈ ਹੁਣ ਰੈਪ ਪਾਉਂਦਾ, ਭਾਵੇਂ ਉਹਦਾ ਗਾਣਾ ਚੱਲਦਾ ਨਹੀਂ ਚੱਲਦਾ, ਭਾਵੇਂ ਉਹ ਟੌਪ ਦੇ ਆਰਟਿਸਟ ਹੈਗੇ ਜੀ 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 ਜੀ, ਉਹ ਪਾਉਂਦੇ ਆ, ਤੁਸੀਂ ਹਜੇ ਤੱਕ ਕੋਈ ਰੈਪ ਦੇ ਵਾਲਾ ਕੋਈ ਧਿਆਨ ਨਹੀਂ ਦਿੱਤਾ, ਤੁਸੀਂ ਇਹਨੂੰ ਇਸੈਂਸ਼ੀਅਲ ਸਮਝਦੇ ਆ ਜਾਂ ਇਹਨੂੰ ਨਹੀਂ ਸਮਝਦੇ ਆ? ਤੇ ਪਿਛਲੇ ਮੇਰੇ ਗੈਸਟ ਜੋ ਕਿੱਟੂ ਸਾਹਿਬ ਸੀ, ਤੇਜਵੰਤ ਕਿੱਟੂ, ਉਹਨਾਂ ਨੂੰ ਵੀ ਮੈਂ ਪੁੱਛਿਆ ਸੀ ਰੈਪ ਬਾਰੇ, ਤਾਂ ਕਹਿੰਦੇ ਸੀ ਜੀ ਮੈਂ ਵੀ ਰੈਪ ਦੇ ਖਿਲਾਫ ਆ, ਕਿਉਂ? ਮੈਂ ਸੋਚਦਾ ਜਿਹੜਾ ਗਾ ਕੇ ਨਹੀਂ ਤੁਹਾਨੂੰ ਕੁਛ ਸੁਣਾ ਸਕਦਾ ਉਹ ਗੱਲ ਕਰਕੇ ਫਿਰ ਦੱਸਦਾ। ਬਿਲਕੁਲ, ਤੁਹਾਡਾ ਕੀ ਟੇਕ ਆ ਆਨ ਦਾ ਰੈਪ? ਦੇਖੋ, ਮਿਊਜ਼ਿਕ ਜਿਹੜਾ ਹਮੇਸ਼ਾ ਚੇਂਜ ਹੁੰਦਾ ਰਹਿੰਦਾ, ਮਿਊਜ਼ਿਕ ਦਾ ਸਟਾਈਲ ਚੇਂਜ ਹੁੰਦਾ ਰਹਿੰਦਾ, ਪਹਿਲਾਂ ਲਾਈਵ ਦਾ ਕੰਮ ਜ਼ਿਆਦਾ ਹੁੰਦਾ ਸੀਗਾ, ਤਬਲਾ ਢੋਲਕ ਕੀਬੋਰਡ ਔਰ ਫਲੂਟ ਤੰਬੀ, ਇਹ ਤਾਂ ਹੁਣ ਵੀ ਚੀਜ਼ਾਂ ਆਉਣੀਆਂ, ਲੇਕਿਨ ਹੁਣ ਕੀਬੋਰਡ 'ਚੋਂ ਸਾਰਾ ਕੱਢ ਲੈਂਦੇ ਆ, ਹੈ ਨਾ। ਸੋ ਮਿਊਜ਼ਿਕ ਦਾ ਸਟਾਈਲ ਚੇਂਜ ਹੁੰਦਾ ਰਹਿੰਦਾ, ਕਿੱਕ ਬੇਸ ਦਾ ਸਟਾਈਲ ਆ ਗਿਆ, ਗਿਟਾਰ ਦਾ ਸਟਾਈਲ ਆ ਗਿਆ, ਢੋਲ ਦਾ ਘੱਟ ਗਿਆ ਸੀਗਾ ਵਿਚਾਲੇ ਜੇ, ਹੁਣ ਫਿਰ ਦੁਬਾਰਾ ਤੁਹਾਡੇ ਇੰਗਲੈਂਡ ਵਾਲੇ ਬਹੁਤ ਜ਼ਿਆਦਾ ਯੂਜ਼ ਕਰਦੇ ਆ ਜਿਹੜੇ ਲਾਈਵ ਹੈਗਾ, ਲਾਈਵ, ਹੈ ਨਾ। ਸੋ ਮੇਰੇ ਖਿਆਲ 'ਚ ਜਿਹੜੀ ਵੀ ਮਿਊਜ਼ਿਕ 'ਚ ਚੀਜ਼ ਜੇ ਤਾਂ ਚੰਗੀ ਲੱਗਦੀ ਹੈ ਫਿਰ ਤਾਂ ਉਹਨੂੰ ਜ਼ਰੂਰ ਕਰ ਲੈਣਾ ਚਾਹੀਦਾ, ਹਾਂਜੀ, ਕੋਈ ਗੱਲ ਨਹੀਂ। ਲੇਕਿਨ ਜੇ ਉਹ ਤੁਹਾਨੂੰ ਡਿਸਟਰਬ ਕਰਦੀ ਹੈ, ਤੁਹਾਡੇ ਗਾਣੇ ਨੂੰ ਡਿਸਟਰਬ ਕਰਦੀ ਹੈ, ਹਾਂ, ਫਿਰ ਮੇਰੇ ਖਿਆਲ 'ਚ ਉਹਦਾ ਕੋਈ ਫਾਇਦਾ ਨਹੀਂ। ਤੁਸੀਂ ਭਾਅ ਜੀ ਬੜਾ ਕੋਲੈਬਰੇਟ ਕਿਉਂ ਨਹੀਂ ਕੀਤਾ ਜੋ ਕਿ ਸਟਾਰ ਸੀਗੇ ਐਟ ਦ ਟਾਈਮ? ਹੁਣ ਅਸੀਂ ਫੀਮੇਲ ਜੁਐਟ ਦੀ ਗੱਲ ਕਰਦੇ ਹਾਂ, ਤੁਸੀਂ ਤੁਹਾਡਾ ਕਿਉਂ ਨਿਰਣੇ ਸੀਗਾ ਕਿ ਮੈਂ ਨਹੀਂ ਕਰਨਾ ਇਹ ਚੀਜ਼, 'ਤੇ
ਜਦੋਂ ਕਿ ਸਾਰਿਆਂ ਲੋਕਾਂ ਲਈ ਉਹ ਚੀਜ਼ ਚੱਲ ਰਹੀ ਸੀਗੀ ਜੀ ਤੇ ਕੁਛ ਲੋਕ ਤੁਹਾਡਾ 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 ਸੁਭਾਅ ਇੱਦਾਂ ਕਿਉਂਕਿ ਜੇ ਇੱਕ ਵਾਰੀ ਗੱਲ ਕਹਿਤੀ ਕਹਿਤੀ ਸੁਭਾਅ ਹੈ ਇਹ ਤੁਹਾਡਾ ਤੁਸੀਂ ਸੋਚ ਸਮਝ ਕੇ ਕਰਦੇ ਹੋ ਕੀ ਹੈ ਜਾਂ ਤੁਸੀਂ ਨਹੀਂ ਮੈਂ ਉਸੇ ਵੇਲੇ ਫੈਸਲਾ ਕਰਕੇ ਯਾਰ ਇਹ ਨਹੀਂ ਮੈਂ ਕਰਨਾ ਹੀ ਨਹੀਂ ਦੇਖੋ ਮੈਂ ਆਪਣੇ ਆਪਣੇ ਗਾਉਣ 'ਤੇ ਜ਼ਿਆਦਾ ਤਰਜੀਹ ਦਿੰਦਾ ਮੈਂ ਸੋਲੋ ਸਿੰਗਰ ਹਾਂ ਮੈਂ ਸੋਲੋ ਹੀ ਕਰਦਾ ਸਾਰਾ ਕੁਛ ਨੋ ਡਾਊਟ ਬੜੇ ਅੱਛੇ ਅੱਛੇ ਪ੍ਰੋਡਿਊਸਰ ਹੈਗੇ ਬੜੇ ਅੱਛੇ ਅੱਛੇ ਮਿਊਜ਼ਿਕ ਡਾਇਰੈਕਟਰ ਹੈਗੇ ਲੇਕਿਨ ਕਿਤੇ ਤੁਹਾਡੀ ਕਈ ਵਾਰੀ ਤੁਹਾਨੂੰ ਹੁੰਦਾ ਉੱਥੇ ਭਾਗ ਵੀ ਜੁੜੇ ਹੁੰਦੇ ਤੁਹਾਡੀ ਸੰਤੁਸ਼ਟੀ ਵੀ ਹੁੰਦੀ ਉੱਥੋਂ ਜਿਵੇਂ ਮੈਂ ਗੁਰਮੀਤ ਭਾਜੀ ਨਾਲ ਕੰਮ ਕਰਕੇ ਬੜਾ ਸੰਤੁਸ਼ਟ ਹਾਂ ਹੈ ਨਾ ਮੈਂ ਸਾਰੀਆਂ ਤੁਹਾਡੇ ਗੀਤ ਉਹ ਹਿੱਟ ਬਹੁਤ ਹੋਏ ਹਾਂ ਸਾਰੀਆਂ ਐਲਬਮ ਜਿਹੜੀਆਂ ਉਹ ਉਹਨਾਂ ਨੂੰ ਪਤਾ ਕਿ ਇਸ ਬੰਦੇ ਨੇ ਕਿੱਦਾਂ ਦੀ ਕੰਪੋਜੀਸ਼ਨ ਲੈ ਕੇ ਆਉਣੀ ਹੈ ਮੈਂ ਉਹਦਾ ਕੀ ਮੈਨੂੰ ਟ੍ਰੀਟਮੈਂਟ ਤੁਹਾਡੇ ਪਛਾਣਦੇ ਆ ਬਿਲਕੁਲ ਉਹਨਾਂ ਨੂੰ ਪਤਾ ਕਿ ਇਹਦੀ ਰੇਂਜ ਕੀ ਹੈ ਸਾਰਾ ਕੁਝ ਕੀ ਹੈ ਨਵੇਂ ਬੰਦੇ ਨਾਲ ਜਦੋਂ ਕੰਮ ਕਰਦੇ ਉਹਨੂੰ ਤੁਹਾਡਾ ਸਟਾਈਲ ਨਹੀਂ ਪਤਾ ਹੁੰਦਾ ਜਾਂ ਮੈਂ ਸੁਖਚਿੰਦਰ ਸ਼ਿੰਦਾ ਜੀ ਨੇ ਇੱਕ ਐਲਬਮ ਕੀਤੀ ਸੀਗੀ ਉਹ ਵੀ ਬੜੀ ਅੱਛੀ ਸੀ ਬਹੁਤ ਅੱਛਾ ਉਹਨਾਂ ਨੇ ਬਹੁਤ ਵਧੀਆ ਉਹਦੇ 'ਚ ਮਿਊਜ਼ਿਕ ਕੀਤਾ ਸੀਗਾ ਪੌਪਸੀ ਯਾਰ ਸਾਡਾ ਪੌਪਸੀ ਨੇ ਵੀ ਇੱਕ ਗਾਣਾ ਕੀਤਾ ਸੀ ਉਹਨਾਂ ਦਾ ਮੈਸੇਜ ਵੀ ਆਇਆ ਕਹਿੰਦਾ ਬਹੁਤ ਵਧੀਆ ਗਾਇਕ ਹੈ ਹਾਂ ਤੇ ਹੋਰ ਬਹੁਤ ਸਾਰੇ ਮੁੰਡੇ ਇੱਥੋਂ ਹੈਗੇ ਆ ਡੀਐਨਏ ਉਮੀਦ ਹੈ ਮੈਨੂੰ ਚੱਲੂਗੀ ਭਾਈ ਕਈ ਲੋਕ ਸਿਰਫ ਇੱਕ ਚੀਜ਼ ਵੱਲ ਧਿਆਨ ਦਿੰਦੇ ਆ ਮਤਲਬ ਜੇ ਭੰਗੜੇ ਦੇ ਹੀ ਗਾਣੇ ਗਾਉਣੇ ਆ ਜਾਂ ਫਾਸਟ ਟਰੈਕ ਹੀ ਗਾਉਣੇ ਆ ਪਰ ਤੁਹਾਡੇ ਸੈਡ ਸੌਂਗ ਵੀ ਜਿੰਨੇ ਆ ਤਕਰੀਬਨ ਸਾਰੇ ਹਿੱਟ ਹੋਏ ਆ ਮੈਨੂੰ ਚੇਤਾ ਕਈ ਵਾਰੀ ਫੰਕਸ਼ਨਾਂ ਤੇ ਤੁਹਾਨੂੰ ਦੇਖਿਆ ਤੇ ਲੋਕ ਉੱਥੇ ਮਾਹੌਲ ਹੋਊਗਾ ਭੰਗੜੇ ਦਾ ਪਰ ਲੋਕ ਉੱਠ ਕੇ ਜਾਊਗੇ ਕਿ ਭਾਜੀ ਸੈਡ ਸੌਂਗ ਸੁਣਾ ਸੈਡ ਸੌਂਗ ਸੁਣਾ ਬਿਲਕੁਲ ਮੈਂ ਕਿਹਾ ਭਾਜੀ ਨੂੰ ਕਿਤੇ ਅਫਸੋਸ ਤੇ ਨਾ ਕਹਿ ਦੇ ਭਾਜੀ ਭੰਗੜੇ ਵਾਲਾ ਮਤਲਬ ਕਿ ਤੁਹਾਨੂੰ ਤੁਸੀਂ ਇੱਦਾਂ ਦਾ ਇੱਕ ਕਲਾਕਾਰ ਹੈ ਜਿਹਦੇ ਸੈਡ ਸੌਂਗ ਵੀ ਹਿੱਟ ਆ ਤੁਹਾਡੇ ਫਾਸਟ ਸੌਂਗ ਵੀ ਜੀ 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 ਤੁਹਾਡੇ ਭੰਗੜੇ ਸੌਂਗ ਵੀ ਹਿੱਟ ਤੁਸੀਂ ਇਸ ਚੀਜ਼ ਨੂੰ ਕਿੱਦਾਂ ਇਹਨੂੰ ਬੈਲੈਂਸ ਵਿੱਚ ਰੱਖਦੇ ਆ ਕਿ ਜੀ ਹੁਣ ਸੈਡ ਸੌਂਗ ਗਾਉਣ ਦਾ ਟਾਈਮ ਆ ਗਿਆ ਹੁਣ ਅਸੀਂ ਭੰਗੜੇ ਇਹ ਹੁਣ ਇਹ 2-4 ਮਹੀਨੇ ਭੰਗੜੇ ਤੇ ਜ਼ੋਰ ਲਾਉਣਾ ਆਹ ਸਿਆਲ ਨੂੰ ਅਸੀਂ ਸੈਡ ਸੌਂਗ ਗਾਉਂਦੇ ਆ ਜਾਂ ਫਿਰ ਜਿੱਦਾਂ ਹੀ ਗੀਤ ਆਉਂਦੇ ਉੱਦਾਂ ਹੀ ਤੁਸੀਂ ਕਰੀ ਜਾਂਦੇ ਨਹੀਂ ਮੈਂ ਪੂਰੀ ਐਲਬਮ ਤਿਆਰ ਕਰਦਾ ਹੁੰਦਾ ਉਹਦੇ 'ਚ ਦੋ ਦੋ ਸੈਡ ਹੁੰਦੇ ਆ ਦੋ ਰੋਮਾਂਟਿਕ ਹੁੰਦੇ ਆ ਦੋ ਭੰਗੜੇ ਵਾਲੇ ਹੁੰਦੇ ਆ ਸੋ ਸੈਡ ਸੌਂਗ ਤਾਂ ਜ਼ਰੂਰ ਗਾਉਂਦੇ ਮੈਂ ਹਾਂ ਕਿਉਂਕਿ ਮੇਰਾ ਲੋਕਾਂ ਨੇ ਸੈਡ ਸਭ ਤੋਂ ਜ਼ਿਆਦਾ ਪਸੰਦ ਕੀਤੇ ਇਹ ਨਹੀਂ ਕਿ ਦੂਜੇ ਨਹੀਂ ਕੀਤੇ ਦੂਜੇ ਵੀ ਪਿੱਛੋਂ ਆਵਾਜ਼ ਮਾਰੀ ਕਿੱਡਾ ਚੱਲਿਆ ਸੀ ਹਾਂਜੀ ਤੇਰੇ ਤੇ ਆਸ਼ਕ ਹੋ ਜਾਂਦਾ ਸ਼ੀਸ਼ਾ ਬੋਲਦਾ ਹਾਂਜੀ ਅੱਖ ਨਾਲ ਅੱਖ ਕਹਿਣ ਦੇ ਕਿੰਨੇ ਗਾਣੇ ਆ ਮਹਿੰਗਾ ਪਿਆ ਕੈਨੇਡਾ ਹੈ ਨਾ ਬਹੁਤ ਸਾਰੇ ਗਾਣੇ ਬੱਲੀਏ ਡਰਾਈਵਰਾਂ ਦਾ ਦਿਨ ਦਾ ਜੀ ਟੀ ਰੋਡ ਉੱਤੇ ਲੱਗਦਾ ਮੈਂ ਸਾਰੀ ਤਰ੍ਹਾਂ ਦੇ ਗਾਣੇ ਜਿਹੜੇ ਆ ਮੈਂ ਗਾਉਂਦਾ ਰਹਿੰਦਾ ਤਾਂ ਕਿ ਮੇਰੇ ਤੇ ਇੱਕ ਠੱਪਾ ਨਾ ਲੱਗ ਜਾਵੇ ਇਕੱਲਾ ਸੈਡ ਹੀ ਗਾਉਂਦਾ ਜਾਂ ਇਕੱਲਾ ਫਾਸਟ ਹੀ ਗਾਉਂਦਾ ਮੇਰੇ ਉਸਤਾਦ ਜੀ ਦੀ ਇਹ ਸਭ ਦੇਣ ਹੈ ਕਿ ਮੈਂ ਸੰਗਤ ਉੱਦਾਂ ਦੇ ਬੰਦਿਆਂ ਨੇ ਕੀਤੀ ਜਿਹੜੇ ਸਾਰੇ ਟਾਈਪ ਦਾ ਗਾਣਾ ਗਾਉਂਦੇ ਸੀ ਭਾਜੀ ਤੁਸੀਂ ਲਾਈਵ ਪਰਫੋਰਮ ਬਹੁਤ ਅੱਛਾ ਕਰਦੇ ਆ ਜੀ ਪਰ ਤੁਸੀਂ ਕਿਹਨੂੰ ਪਸੰਦ ਕਰਦੇ ਆ ਲਾਈਵ ਪਰਫੋਰਮ ਨੂੰ ਜੇ ਤੁਹਾਨੂੰ ਕਹੋ ਕਿ ਭਾਜੀ ਕਿ ਸਟੇਜ ਆ ਅਸੀਂ 5 ਕਲਾਕਾਰ ਚੁਣਨੇ ਆ ਤੇ ਨਛੱਤਰ ਗਿੱਲ ਨੇ ਬਹਿ ਕੇ ਸੁਣਨਾ 5 ਕਲਾਕਾਰਾਂ ਨੂੰ ਕਿਹੜੇ 5 ਕਲਾਕਾਰਾਂ ਨੂੰ ਚੁਣੋਗੇ ਤੁਸੀਂ ਬੜਾ ਔਖਾ ਕੁਐਸਚਨ ਸੌਖਾ ਪੁੱਛਣਾ ਸੀ ਮੈਂ ਵੈਸੇ ਤੇ ਮੈਂ ਸਾਰਿਆਂ ਨੂੰ ਸੁਣਦਾ ਸਭ ਨੂੰ ਮੈਂ ਦੇਖਦਾ ਜੇ ਮੈਨੂੰ ਸੁਣਨ ਦਾ ਮੌਕਾ ਮਿਲੇ ਮੈਂ ਗੁਲਾਮ ਅਲੀ ਸਾਹਿਬ ਨੂੰ ਸੁਣਨਾ ਚਾਹੁੰਦਾ ਮੈਂ ਸਰਦੂਲ ਭਾਜੀ ਨੂੰ ਸੁਣਨਾ ਚਾਹੁੰਦਾ ਹੰਸ ਭਾਜੀ ਨੂੰ ਸੁਣਨਾ ਚਾਹੁੰਦਾ ਹੈ ਨਾ ਅਤੇ ਜੇ ਪਰਫੋਰਮੈਂਸ ਦੀ ਦੂਜੀ ਦੀ ਗੱਲ ਕਰੀਏ ਤਾਂ ਮੈਨੂੰ ਹੁੰਦਾ ਕਿ ਮੈਂ ਜੈਜ਼ੀ ਸਾਡਾ ਭਰਾ ਉਹਦੀ ਪਰਫੋਰਮੈਂਸ ਬੜੀ ਅੱਛੀ ਹੁੰਦੀ ਹੈ ਦਿਲਜੀਤ ਬਹੁਤ ਅੱਛਾ ਉਹਦੀ ਪਰਫੋਰਮੈਂਸ ਬੜੀ ਅੱਛੀ ਹੁੰਦੀ ਹਰ ਬੰਦੇ ਦਾ ਆਪਣਾ ਸਟਾਈਲ ਹੈ ਵੈਸੇ ਤਾਂ ਸਾਰੇ ਬੰਦਿਆਂ ਦਾ ਆਪਣਾ ਸਟਾਈਲ ਹੈ ਲੇਕਿਨ ਜਿਹੜੇ ਬਹੁਤ ਐਨਰਜਿਕ ਐਨਰਜੀ ਨਾਲ ਕਰਦੇ ਆ ਨਾ ਪਰਫੋਰਮੈਂਸ ਕਿਉਂਕਿ ਵਿਆਹ ਦੀ ਪਰਫੋਰਮੈਂਸ ਅਤੇ ਮੇਲੇ ਦੀ ਪਰਫੋਰਮੈਂਸ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਤੁਸੀਂ ਜਦੋਂ ਵਿਆਹ 'ਤੇ ਜਾਣਾ ਤਾਂ ਉਦੋਂ ਤੁਹਾਨੂੰ ਬੜੀ ਐਨਰਜੀ ਨਾਲ ਨੱਚ ਕੇ ਗਾਉਣਾ ਪੈਂਦਾ ਨਾ 2-2.5 ਘੰਟੇ 3 ਘੰਟੇ ਸਾਡੇ ਤੇ ਉੱਥੇ ਇੰਡੀਆ 'ਚ ਤੇ 3.5-4 ਘੰਟੇ ਸਾਹ ਲਾ ਦਿੰਦੇ ਇੱਥੇ ਤੇ ਮੈਂ ਕਹਿੰਦਾ ਰੋਟੀ ਲਿਖਾ 1.5 ਘੰਟਾ ਨਹੀਂ ਗਾਉਣਾ ਪੈਂਦਾ ਇੰਗਲੈਂਡ 'ਚ ਮੈਂ ਕੈਨੇਡਾ ਚਲ ਗਿਆ ਪਹਿਲੀ ਵਾਰੀ 2003 ਦੀ ਗੱਲ ਹੈ ਤੇ ਉਹ ਸਾਡੇ ਨਾਲ ਸਿੰਗਰ ਗਏ ਸੀਗੇ ਥੋੜਾ ਉਹਨਾਂ ਦਾ ਸਕੇਲ ਨੀਵਾਂ ਸੀਗਾ
ਤੇ ਬਡਾਲੀ ਸਾਹਿਬ ਨਾਲ ਗਿਆ ਸੀ ਬਡਾਲੀ ਬ੍ਰਦਰ ਦਾ ਨਾ, ਅਤੇ ਉਹਨਾਂ ਨੇ ਕਿਹਾ ਕਿ ਜੀ ਭਾਅ ਜੀ ਦਾ ਉਹਦਾ ਬ੍ਰਦਰ ਕਹਿੰਦਾ ਕਹਿੰਦਾ ਭਾਅ ਜੀ ਦਾ ਪ੍ਰੋਗਰਾਮ ਸੀਗਾ ਇਹਨਾਂ ਦਾ, ਇਹਨਾਂ ਨੇ 4 ਘੰਟੇ ਗਾਇਆ ਉੱਥੇ ਨਾ, ਗਜ਼ਲ ਦਾ ਪ੍ਰੋਗਰਾਮ ਸੀ, 4 ਘੰਟੇ ਲਗਾਤਾਰ ਗਾਉਂਦੇ ਰਹੇ। ਉਹ ਕਹਿੰਦੇ ਪੁੱਤਰ ਰੁਕ ਜਾ, ਜੇ ਜੇ ਸੁਰ 'ਤੇ ਤੇਰਾ ਬ੍ਰਦਰ ਗਾਉਂਦਾ ਸਾਡਾ ਨਛੱਤਰ 7 ਦਿਨ ਲਗਾਤਾਰ ਗਾਈ ਜਾਵੇ, ਹੈ ਨਾ। ਸੋ ਇਹ ਸਕੇਲ ਬੜਾ ਉੱਚਾ ਰੱਖ ਕੇ ਐਨਰਜੀ ਬੜੀ ਪੰਜਾਬੀ ਜਿਹੜੀ ਗਾਇਕੀ ਉਹ 'ਚ ਬੜੀ ਐਨਰਜੀ ਦਿਖਾਉਣੀ ਪੈਂਦੀ। ਮੇਲੇ ਲਈ ਅਲੱਗ ਹੁੰਦਾ ਥੋੜ੍ਹਾ, ਮੇਲੇ 'ਚ ਲੋਕ ਜਿਹੜੇ ਉਹ ਸਾਰੀ ਤਰ੍ਹਾਂ ਦਾ ਸੁਣਨਾ ਚਾਹੁੰਦੇ ਆ। ਕੁਛ ਟਾਈਮਿੰਗ ਦਾ, ਜੇ ਤੁਸੀਂ ਦੁਪਹਿਰ ਨੂੰ ਗਾ ਰਹੇ ਹੋ ਤਾਂ ਲੋਕ ਰੋਮਾਂਟਿਕ ਸਾਈਡ ਜ਼ਿਆਦਾ ਸੁਣਨਾ ਚਾਹੁੰਦੇ ਆ। ਅੱਛਾ, ਜੇ ਤੁਸੀਂ ਹਾਂ, ਜੇ ਤੁਸੀਂ ਸ਼ਾਮ ਨੂੰ ਹੋ ਗਿਆ ਫਿਰ ਸ਼ਾਮ ਨੂੰ ਤੁਹਾਨੂੰ ਪਤਾ ਉੱਥੇ ਗਲਾਸੀ ਲੱਗ ਜਾਂਦੀ, ਉੱਥੇ ਜਿਹੜਾ ਡਰਾਈਵ ਕਰਨ ਦਾ ਪੰਗਾ ਕੋਈ, ਉੱਥੇ ਕਿਸੇ ਨੇ ਪੁਆਇੰਟ ਨਹੀਂ ਕੱਟਣੇ, ਤੁਹਾਡੀ ਲਾਇਸੈਂਸ ਕਿਸੇ ਨੇ ਨਹੀਂ ਕੱਟਣਾ ਉੱਥੇ। ਉੱਥੇ ਹਰ ਬੰਦਾ ਪੀ ਕੇ ਗੱਡੀ ਚਲਾਉਣੀ ਜ਼ਿਆਦਾ ਫੈਸ਼ਨ ਵਾਲੀ ਵਾਲੀ ਗੱਲ, ਫਿਰ ਰਾਤ ਨੂੰ ਅਗਲੇ ਦਿਨ ਪੀ ਕੇ ਨੱਚਣਾ ਹੁੰਦਾ, ਕਹਿੰਦਾ ਹੁਣ ਫਿਰ ਭੰਗੜੇ ਵਾਲੇ ਚਾਹੀਦੇ। ਸਰ ਇਹਦੇ ਵਿੱਚ ਮਾਹੌਲ 'ਤੇ ਡਿਪੈਂਡ ਕਰਦਾ, ਬਿਲਕੁਲ ਬਿਲਕੁਲ। ਤੁਸੀਂ ਬਾਲੀਵੁੱਡ ਤਾਂ ਤੁਹਾਨੂੰ ਪਤਾ, ਤੁਸੀਂ ਮੈਨੂੰ ਇੱਕ ਵਾਰੀ ਦੱਸਿਆ ਸੀਗਾ ਕਿ ਤੁਸੀਂ ਆਡੀਸ਼ਨ ਵੀ ਗਏ, ਤੁਹਾਡਾ ਸੈਂਪਲ ਵੀ ਇੱਕ ਗਿਆ ਸੀਗਾ ਸਿੰਗ ਇਜ਼ ਕਿੰਗ ਫਿਲਮ ਦਾ। ਜੀ 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 ਕਰਦਾ ਵੀ, ਜੀ ਕਰਦਾ ਕਿ ਤੁਸੀਂ ਆਵਾਜ਼ 'ਚ ਦਿੱਤਾ ਸੀਗਾ। ਪਰ ਬਾਲੀਵੁੱਡ 'ਚ ਜੇ ਹੁਣ ਤੁਸੀਂ ਦੇਖੋ ਕਿ ਮੀਕਾ ਸਿੰਘ, ਹਨੀ ਸਿੰਘ ਹੁਣ ਕਾਫੀ ਅੱਛਾ ਉਹਨਾਂ ਦੀ ਚੜ੍ਹਾਈ ਹੈਗੀ ਇਸ ਵੇਲੇ ਅਤੇ ਕਾਫੀ ਬਾਲੀਵੁੱਡ 'ਤੇ ਹੋਲਡ ਕੀਤਾ ਹੈ, ਤੁਸੀਂ ਕੀ ਲੱਗਦਾ ਕਿ ਬਾਲੀਵੁੱਡ ਵਿੱਚ ਕਾਮਯਾਬ ਹੋਣ ਲਈ ਕੀ ਕੁਛ ਚਾਹੀਦਾ? ਤੇ ਕੁਛ ਅੱਛੇ ਸਿੰਗਰ ਪੰਜਾਬ ਦੇ ਜੋ ਹੈਗੇ ਆ ਉਹਨਾਂ ਨੂੰ ਬਾਲੀਵੁੱਡ 'ਚ ਨਹੀਂ ਪਸੰਦ ਕੀਤਾ, ਤੇ ਜਿਹੜੇ ਬਾਲੀਵੁੱਡ 'ਚ ਕਈ ਕਾਮਯਾਬ ਹੋਏ ਆ ਉਹਨਾਂ ਨੂੰ ਪੰਜਾਬ ਵਾਲਿਆਂ ਨੇ ਬੜਾ ਨੱਕ ਨਹੀਂ ਕੀਤਾ। ਉਹਦਾ ਚੱਕਰ ਇਹੀ ਹੈ ਕਿ ਜੇ ਤੁਸੀਂ ਬਾਲੀਵੁੱਡ 'ਚ ਜਾ ਕੇ ਸੈੱਟ ਹੋਣਾ ਨਾ, ਫਿਰ ਤੁਸੀਂ ਪੰਜਾਬ 'ਚ ਨਹੀਂ ਰਹਿ ਸਕਦੇ, ਰਾਈਟ। ਤੁਹਾਨੂੰ ਉੱਥੇ ਅਵੇਲੇਬਲ ਰਹਿਣਾ ਪੈਣਾ ਬੰਬੇ, ਕਿਉਂਕਿ ਉਹ ਕਈ ਵਾਰੀ ਖੜੇ ਪੈਰੋਂ ਹੁੰਦਾ ਕਿ ਗਾਣਾ ਆਹ ਸਿੰਗਰ ਅਵੇਲੇਬਲ ਹੈ ਤਾਂ ਕਰਵਾ ਲਓ। ਤੁਹਾਨੂੰ ਉੱਥੇ ਟਾਈਮ ਦੇਣਾ ਪੈਣਾ, ਰਾਈਟ। ਉਹਨਾਂ ਦਾ ਸਟਾਈਲ ਵੀ ਥੋੜ੍ਹਾ ਅਲੱਗ ਹੈ ਗਾਉਣ ਦਾ, ਇਹ ਬੰਦੇ ਉੱਥੇ ਟਾਈਮ ਦਿੰਦੇ ਆ। ਹੁਣ ਬਹੁਤ ਜ਼ਿਆਦਾ ਜਾ ਕੇ ਨਾ, ਠੀਕਾ ਜੀ ਹੋ ਗਏ, ਹੋਰ ਸਾਰੇ ਹੋ ਗਏ, ਤਾਂ ਰਹਿੰਦੇ ਚਲੋ ਉੱਥੇ। ਕੋਈ 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 ਗਾਣਾ ਜਿਹੜਾ ਇੱਥੇ ਆ ਕੇ ਉਹ ਆਪਣਾ ਅਸਿਸਟੈਂਟ ਭੇਜ ਦਿੰਦੇ, ਇੱਥੇ ਆ ਕੇ ਵੋਕਲ ਕਰ ਜਾਂਦੇ ਆ। ਜਿਵੇਂ ਮੈਂ ਉਹ ਗਾਣੇ ਲਈ ਮੈਂ ਬੰਬੇ ਗਿਆ ਸੀਗਾ, ਹੈ ਨਾ, ਉਹ ਜੀ ਕਰਦਾ ਵੀ ਜੀ ਕਰਦਾ 3-4 ਬੰਦਿਆਂ ਨੇ ਗਾਇਆ ਸੀਗਾ, ਤੇ ਉਹਨਾਂ ਨੂੰ ਉਹ ਤੇ ਸੀਡੀ ਤੇ ਮੇਰਾ ਨਾਮ ਛਪ ਕੇ ਵੀ ਆ ਗਿਆ ਸੀਗਾ, ਤੇ ਬਾਈ ਚਾਂਸ ਪਤਾ ਨਹੀਂ ਕੀ ਹੋਇਆ ਫਿਰ ਮੇਰੀ ਆਵਾਜ਼ 'ਚ ਆਇਆ ਨਹੀਂ। ਸੋ ਤੁਹਾਨੂੰ ਟਾਈਮ ਦੇਣਾ ਪੈਂਦਾ ਉੱਥੇ, ਤਾਂ ਜਾ ਕੇ ਉੱਥੇ ਫਿਰ ਤੁਸੀਂ ਸੈੱਟ ਹੋ ਜਾਂਦੇ ਆ। ਜੇ ਜਦੋਂ ਤੁਸੀਂ ਉੱਥੇ ਸੈੱਟ ਹੋ ਜਾਂਦੇ, ਫਿਰ ਪੰਜਾਬ ਦੀ ਬੁਕਿੰਗ ਜਿਹੜੀ ਆ ਉਹ ਤੁਸੀਂ ਕਈ ਵਾਰ ਉੱਥੇ ਵੋਕਲ ਕਰਨੀ ਹੁੰਦੀ ਹੈ, ਤਾਂ ਇੱਥੇ ਫਿਰ ਪ੍ਰੋਗਰਾਮ ਜਿਹੜਾ ਮਿਸ ਹੋ ਜਾਂਦਾ। ਮੈਂ ਕਈ ਦੇਖੇ, ਜਹਾਜ਼ ਵੀ ਨਹੀਂ ਟਾਈਮ ਨਾਲ ਚੱਲਦੇ ਤੁਹਾਨੂੰ ਪਤਾ ਉੱਥੇ। ਮੈਂ ਦੇਖਿਆ ਕਿ ਜਿਹੜੇ ਕਈ ਬੰਬੇ 'ਚ ਕਾਮਯਾਬ ਹੋਏ ਆ, ਰੱਖ ਲਓ ਤੁਸੀਂ ਸੁਖਵਿੰਦਰ ਸਿੰਘ ਜੀ, ਜੱਸੀ, ਜਸਵੀਰ ਜੱਸੀ ਤੇ ਮੀਕਾ ਸਿੰਘ ਜੀ, ਤੇ ਉਹ ਇੰਨੇ ਪੰਜਾਬ 'ਚ ਨਹੀਂ, ਪੰਜਾਬ ਵਾਲਿਆਂ ਨੇ ਪਸੰਦ ਨਹੀਂ ਕੀਤੇ, ਪੰਜਾਬ ਵਾਲਿਆਂ ਨੇ ਹੋਰ ਤਰ੍ਹਾਂ ਦੇ ਗਾਇਕ ਪਸੰਦ ਕੀਤੇ, ਉਹਦਾ ਥੋੜ੍ਹਾ ਬੰਬੇ ਵਾਲੇ ਉਹ ਗੱਲ ਨਹੀਂ ਪੈਂਦੀ, ਪਰ ਉਹ ਕੁਦਰਤੀ ਬੰਬੇ ਵਾਲਿਆਂ ਨੇ ਆਪਣੇ ਗੱਲ ਨੂੰ ਲਾ ਲਏ ਕਿ ਹਾਂਜੀ ਤੁਸੀਂ ਵਧੀਆ। ਜੀ, ਗਾਇਕੀ ਦਾ ਸਟਾਈਲ ਵੀ ਅਲੱਗ ਹੈ, ਬੰਬੇ ਦਾ ਫਿਲਮ 'ਚ ਗਾਉਣ ਦਾ ਸਟਾਈਲ ਅਲੱਗ ਹੈ, ਜਿਹੜੀ ਇੱਥੇ ਤੁਸੀਂ ਐਲਬਮ ਕਰਦੇ ਆ ਉਹਦਾ ਸਟਾਈਲ ਅਲੱਗ ਹੈ, ਦਿੱਲੀ ਦੀ ਆਡੀਅੰਸ ਦਾ ਸੁਣਨ ਦਾ ਸਟਾਈਲ ਅਲੱਗ ਹੈ, ਬੰਬੇ ਦੀ ਜਿਹੜੀ ਆਡੀਅੰਸ ਹੈ, ਇਹ ਜਿੰਨੇ ਸਿੰਗਰ ਬੰਬੇ ਜਾ ਕੇ ਸੈੱਟ ਹੈ ਜਾਂ ਜਿਹੜੇ ਦਿੱਲੀ ਹੈ, ਪੰਜਾਬ ਵਾਲੇ ਸਿੰਗਰਾਂ ਨੂੰ ਅੜ ਪਈ ਹੁੰਦੀ ਹੈ ਮੈਂ ਆਪਣਾ ਹੀ ਗਾਣਾ ਗਾਉਣਾ, ਕਿਸੇ ਦਾ ਗਾਉਣਾ ਨਹੀਂ। ਅੱਛਾ, ਠੀਕ ਹੈ। ਉੱਥੇ ਜਿਹੜੀ ਹੁਣ ਆਡੀਅੰਸ ਹੁੰਦੀ ਹੈ ਉਹ ਸਾਰੇ ਤਰ੍ਹਾਂ ਦਾ ਸੁਣਨਾ ਚਾਹੁੰਦੀ ਹੈ, ਉਹ ਮੀਕਾ ਜੀ ਤੋਂ ਜੱਸੀ ਦਾ ਗਾਣਾ ਵੀ ਡਿਮਾਂਡ ਕਰ ਦਿੰਦੇ ਆ, ਸਲਮਾਨ ਖਾਨ ਜੀ ਦਾ ਕਿ ਸ਼ਾਹਰੁਖ ਖਾਨ ਵਾਂਗ ਡਾਂਸ ਕਰਕੇ ਦੱਸ, ਬਿਲਕੁਲ ਬਿਲਕੁਲ, ਉਹਨਾਂ ਨੂੰ ਕਰਨਾ ਪੈਂਦਾ। ਹਾਂ, ਸੋ ਉਹ ਫਰਕ ਹੈਗਾ, ਉਹ ਸਾਰੀ ਤਰ੍ਹਾਂ ਦੇ ਸਭ ਸਿੰਗਰਾਂ ਦੇ ਕਈ ਵਾਰ ਸੁਣਨਾ ਚਾਹੁੰਦੇ ਆ, ਉਹ ਫਿਰ ਇੱਥੇ ਵਾਲਿਆਂ ਨੂੰ ਹੁੰਦਾ, ਪੰਜਾਬ ਵਾਲਿਆਂ ਨੂੰ ਹੁੰਦਾ ਕਿ ਮੇਰੇ ਗਾਣਿਆਂ ਦੀ ਤੁਸੀਂ ਫਰਮਾਇਸ਼ ਕਰੋ, ਬੜੀ ਹੱਦ ਕਿਤੇ ਜੇ ਬਹੁਤ ਜ਼ਿਆਦਾ ਫਰਮਾਇਸ਼ ਆਵੇ ਤਾਂ ਜਿਹੜੇ ਸਾਡੇ ਵੱਡੇ ਹੈਗੇ ਆ ਗਾਉਣ ਵਾਲੇ ਜਿਵੇਂ ਮਾਨਕ ਸਾਹਿਬ
ਹੈ ਨਾ, ਉਹਨਾਂ ਦਾ ਗਾਣਾ ਸੁਣਾ ਦੇਈਦਾ ਕਿਉਂਕਿ ਉਹਨਾਂ ਦੀ ਸਾਰੀ ਦੁਨੀਆ ਫੈਨ ਆ। ਬਾਕੀ ਜੇ ਸਾਡੇ ਜਿਹੜੇ ਬਰਾਬਰ ਦੇ ਸਿੰਗਰ ਆ ਜਾਂ ਸਾਡੇ ਤੋਂ ਥੋੜ੍ਹੇ ਪਹਿਲਾਂ ਜਾਂ ਸਾਡੇ ਤੋਂ ਬਾਅਦ ਆ, ਆੜ ਪੈ ਜਾਂਦੀ ਕਿ ਨਹੀਂ ਯਾਰ ਉਹਦਾ ਗਾਣਾ ਨਹੀਂ ਗਾਉਣਾ, ਉਹਦਾ ਗਾਣਾ ਨਹੀਂ ਗਾਉਣਾ। ਤੁਸੀਂ ਕੀ ਚਾਹੁੰਦੇ ਆਪਸ ਵਿੱਚ, ਤੁਸੀਂ ਚਾਹੁੰਦੇ ਕਿ ਮੈਂ ਤੁਸੀਂ ਵੀ ਬਾਲੀਵੁੱਡ 'ਚ ਗਾਣਾ ਕਰੋ ਜਾਂ ਤੁਹਾਨੂੰ ਬਾਹਲੀ ਇੰਨੀ ਖੁਆਹਿਸ਼ ਨਹੀਂ ਹੈਗੀ? ਨਹੀਂ, ਖੁਆਹਿਸ਼ ਤਾਂ ਹਮੇਸ਼ਾ ਹੁੰਦੀ ਹੈ ਬੰਦੇ ਨੂੰ ਕਿ ਬੰਦੇ ਦਾ ਵੱਡੇ ਪਰਦੇ 'ਤੇ ਗਾਣਾ ਵੱਜੇ, ਹੈ ਨਾ, ਕਿਉਂਕਿ ਉਹ ਸਾਰੀ ਦੁਨੀਆ ਸੁਣਦੀ ਹੈ ਉਹਨੂੰ। ਅਤੇ ਜਿਹੜੀ ਪੰਜਾਬੀ ਐਲਬਮ ਆ ਇਹਦਾ ਸੀਮਤ ਦਾਇਰਾ ਹੁੰਦਾ, ਜੇ ਇਕੱਲੇ ਪੰਜਾਬੀ ਸੁਣਦੇ ਉਹਨੂੰ ਸਾਰੀ ਸਾਰੀ ਗੁਜਰਾਤੀ ਵੀ ਸੁਣਦੇ ਆ, ਪੰਜਾਬੀ ਵੀ ਸੁਣਦੇ ਆ, ਆਂਧਰਾ ਦੇ ਵੀ ਸੁਣਦੇ ਆ। ਮੈਂ ਥੋੜ੍ਹੇ ਦਿਨ ਪਹਿਲਾਂ ਉੱਥੇ ਚਲ ਗਿਆ ਨੈਨੀਤਾਲ, ਹੈ ਨਾ, ਉਹਨਾਂ ਨੂੰ ਖੈਰ ਮੈਨੂੰ ਤਾਂ ਪਿੱਛੇ ਪਛਾਣਿਆ ਨਹੀਂ ਕਿਸੇ ਨੇ, ਲੇਕਿਨ ਉਹ ਜਿਹੜੇ ਗੱਡੀ 'ਚ ਸਾਨੂੰ ਘੁਮਾ ਰਹੇ ਸੀਗੇ ਉੱਥੇ ਜਿਹੜੇ ਲੋਕਲ, ਉਹ ਹਨੀ ਸਿੰਘ ਦੇ ਬੜੇ ਫੈਨ ਸੀਗੇ। ਅੱਛਾ, ਉਹਨੂੰ ਹਨੀ ਸਿੰਘ ਦੇ ਸਾਰੇ ਗਾਣੇ ਯਾਦ ਸੀਗੇ। ਸੋ ਇਹ ਫਿਰ ਇੰਟਰਨੈਸ਼ਨਲ ਬੰਦਾ ਜਿਹੜਾ ਨਾ ਬਾਲੀਵੁੱਡ 'ਚ ਜਾ ਕੇ ਪ੍ਰਸਿੱਧ ਹੋ ਜਾਂਦਾ, ਉਹਨੂੰ ਸਾਰੇ ਲੋਕ। ਭਾਅ ਜੀ, ਇੱਥੇ ਦੇ ਕਿਹੜੇ ਤੁਸੀਂ ਸਮਝਦੇ ਆ ਜੋ ਕਿ ਗਾਣੇ ਤੁਹਾਨੂੰ ਪਸੰਦ ਕੀਤੇ ਇੱਥੇ ਦੇ ਇੰਗਲੈਂਡ ਦੇ ਪ੍ਰੋਡਿਊਸ ਕੀਤੇ, ਕਿਉਂਕਿ ਇੰਗਲੈਂਡ ਦੇ ਗਾਣੇ ਅਤੇ ਇੰਡੀਆ ਦੇ ਗਾਣੇ 'ਚ ਬਹੁਤ ਫਰਕ ਹੈ? ਜੀ ਬਿਲਕੁਲ, ਬਹੁਤ ਫਰਕ ਹੈ। ਇੱਥੇ ਤੁਹਾਡੇ ਕਿਹੜੇ ਮਨਪਸੰਦ ਗਾਣੇ ਆ ਜੋ ਕਿ ਤੁਸੀਂ ਲਾਈਕ ਕੀਤੇ, ਜੋ ਕਿ ਤੁਸੀਂ ਸੁਣੇ ਸ਼ਾਇਦ ਪਿਛਲੇ 6 ਮਹੀਨੇ ਸਾਲ 'ਚ ਸੁਣਿਆ ਯਾਰ ਆਹ ਗਾਣਾ ਬਹੁਤ ਵਧੀਆ ਜਾਂ ਆਹ ਬੰਦੇ ਮੁੰਡੇ ਨੇ ਬਹੁਤ ਮਿਊਜ਼ਿਕ ਵਧੀਆ ਦਿੱਤਾ? ਹਾਂ, ਇੱਥੇ ਡਾਕਟਰ ਜੀ ਉਸਨੇ ਬੜੇ ਅੱਛੇ ਗਾਣੇ ਕੀਤੇ ਆ, ਰਾਈਟ, ਹੈ ਨਾ, ਛਿੰਦਾ ਭਾਜੀ ਆਲਵੇਜ਼ ਅੱਛਾ ਕਰਦੇ ਆ, ਅਤੇ ਅਮਨ ਹੇਰ ਬਹੁਤ ਅੱਛਾ ਕਰਦਾ, ਡੀ ਐਨ ਏ ਬੜਾ ਅੱਛਾ ਕਰਦਾ, ਅਤੇ ਉਹ ਮੁੰਡਾ ਪੀ ਵੀ ਐਨ ਕੋ ਵੀ ਉਹ ਵੀ ਬੜਾ ਅੱਛਾ, ਪੌਪਸੀ ਨੇ ਬੜੇ ਅੱਛੇ ਗਾਣੇ ਕੀਤੇ ਆ। ਸੋ ਸਾਰੇ ਚੰਗੇ ਉਂਗਲਾਂ 'ਤੇ, ਵੈਸੇ ਤਾਂ ਨਵੇਂ ਮੁੰਡੇ ਤਾਂ ਬਹੁਤ ਅੱਛਾ ਕਰਦੇ ਆ ਜਿਹਨਾਂ ਦਾ ਅਜੇ ਨਾਮ ਵੀ ਨਹੀਂ ਹੈਗਾ, ਹੈ ਨਾ, ਜਿਹਨਾਂ ਦਾ ਨਾਮ ਨਹੀਂ। ਉਹੀ ਗੱਲ ਕਿ ਜਦੋਂ ਅਸੀਂ ਹਿੱਟ ਨਹੀਂ ਸੀਗੇ ਉਦੋਂ ਜ਼ਿਆਦਾ ਗਾ ਕੇ ਆਉਂਦੇ ਹੁੰਦੇ ਸੀਗੇ। ਅੱਛਾ, ਹਾਂ, ਉਦੋਂ ਜ਼ਿਆਦਾ ਗਾਉਂਦੇ ਸੀ, ਅਤੇ ਜਦੋਂ ਹਿੱਟ ਹੋ ਗਿਆ ਉਸ ਤੋਂ ਬਾਅਦ ਹੋਇਆ ਕਿ ਚੱਲ ਹੁਣ ਠੀਕ ਆ। ਭਾਈ, ਜਿਹੜੇ ਨਵੇਂ ਮੁੰਡੇ ਇੱਥੇ ਪ੍ਰੋਗਰਾਮ ਰਹੇ ਉਹ ਜ਼ਿਆਦਾ ਜ਼ੋਰ ਲਾਉਂਦੇ ਆ ਕਿਉਂਕਿ ਉਹਨਾਂ ਨੇ ਅੱਗੇ ਆਉਣਾ ਅਜੇ। ਤੁਹਾਨੂੰ ਲੱਗਦਾ ਕਿ ਹੁਣ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਗਈ ਤੁਹਾਡੇ ਲਈ? ਸਿੰਗਰ ਬਹੁਤ ਜ਼ਿਆਦਾ ਹੋ ਗਏ, ਲੋਕਾਂ ਕੋਲ ਚੋਇਸ ਬਹੁਤ ਜ਼ਿਆਦਾ ਹੋ ਗਈ, ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ, ਹੈ ਨਾ। ਵੈਸੇ ਇੱਕ ਗੱਲ ਉੱਤੇ ਚੰਗਾ ਵੀ ਹੈ, ਤੁਹਾਨੂੰ ਆਪਣਾ ਪਤਾ ਲੱਗ ਜਾਂਦਾ ਕਿ ਤੁਸੀਂ ਕਿੱਥੇ ਕੁ ਖੜ੍ਹੇ ਹੋ, ਹੈ ਨਾ। ਲੋਕਾਂ ਨੂੰ ਵੀ ਅੱਗੇ ਐਲਬਮ ਲੈਣ ਜਾਣਾ ਪੈਂਦਾ ਹੁੰਦਾ ਸੀਗਾ ਦੁਕਾਨ 'ਤੇ, ਹਾਂਜੀ, ਸ਼ੋਪ 'ਤੇ, ਹੁਣ ਤਾਂ ਤੁਹਾਡੇ ਹੱਥ 'ਚ ਹੀ ਸਾਰਾ ਕੁਛ ਹੈ। ਮੈਂ ਤੁਹਾਨੂੰ ਇਹੀ ਪੁੱਛਣ ਲੱਗਾ ਸੀ ਕਿ ਜਿੱਦਾਂ ਹੁਣ ਅੱਗੇ ਮੈਂ ਨਛੱਤਰ ਗਿੱਲ ਜੀ ਦੀ ਆਵਾਜ਼ ਸੁਣਨਾ ਪੈਣਾ ਸੀ, ਮੈਨੂੰ ਕੈਸਟ ਲੈਣੀ ਪੈਣੀ ਸੀ ਮੇਲੇ ਦੀਆਂ ਰੌਣਕਾਂ, ਉਹਦੇ ਵਿੱਚੋਂ ਤਾਂ ਸੁਣਨਾ ਕੋਕੇ ਦੇ ਲਿਸ਼ਕਾਰੇ ਕੈਸਟ 'ਤੇ, ਹਾਂ, ਤਾਂ ਉਹ ਮੈਨੂੰ ਹੋਰ ਕਿਤੇ ਉਹ ਚੀਜ਼ ਨਹੀਂ ਮਿਲ, ਜਾਂ ਮੈਂ ਕਿਤੇ ਵੀਡੀਓ 'ਚ ਲੱਭੂਗਾ, ਮੇਰੇ ਕੋਲ ਵੀਡੀਓ ਤੋਂ ਹੀ ਪਈ ਆ, ਬਾਬਾ ਬਾਬਾ ਬਹੁਤ ਨੱਚਦਾ, ਹਾਂ, ਬਾਬਾ ਬਹੁਤ ਨੱਚਦਾ ਭਾਈ, ਆ ਕੁੜੀ ਕੁੜੀਆਂ ਬਹੁਤ ਮਾਰਦੀ ਆ ਕੋਕੇ ਦੇ ਲਿਸ਼ਕਾਰੇ, ਅਤੇ ਉਹ ਬਟ ਹੁਣ ਜੇ ਮੈਂ ਨਛੱਤਰ ਗਿੱਲ ਦਾ ਕੋਕੇ ਦੇ ਲਿਸ਼ਕਾਰੇ ਸੁਣਨਾ, ਮੈਂ ਆਪਣੇ ਫੋਨ 'ਤੇ ਬੈਠੇ ਬੈਠੇ ਯੂਟਿਊਬ 'ਤੇ ਜਾ ਕੇ ਬਿਲਕੁਲ ਮੈਂ ਕੋਕੇ ਦੇ ਲਿਸ਼ਕਾਰੇ ਸੁਣ ਸਕਦਾ, ਇਨਫੈਕਟ ਤੁਹਾਡੇ ਸਾਰੇ ਗੀਤ ਮੈਂ ਯੂਟਿਊਬ 'ਤੇ ਸੁਣ ਸਕਦਾ। ਇਹਦਾ ਫਾਇਦਾ ਵੀ ਬਹੁਤ ਜ਼ਿਆਦਾ, ਤੁਹਾਨੂੰ ਫਾਇਦਾ ਹੋਇਆ ਜਾਂ ਘਾਟਾ ਹੋਇਆ? ਮੈਂ ਉਹੀ ਦੱਸ ਰਿਹਾ ਕਿ ਨੁਕਸਾਨ ਹੋਇਆ ਕੰਪਨੀ ਨੂੰ ਬਹੁਤ ਜ਼ਿਆਦਾ, ਰਾਈਟ, ਕਿਉਂਕਿ ਅੱਗੇ ਜਿਹੜੀ ਵਿਕਦੀ ਸੀ ਚੀਜ਼ 'ਤੇ ਪੈਸੇ ਵਾਪਸ ਆਉਂਦੇ ਸੀਗੇ, ਉਹ ਫਿਰ ਖਰਚਦੇ ਸੀ ਉਹਦੇ 'ਤੇ, ਕਿਉਂਕਿ ਹੁਣ ਤਾਂ ਐਡ ਹੀ ਇੰਨੀ ਮਹਿੰਗੀ ਹੋ ਗਈ, ਵੀਡੀਓ ਅੱਗੇ ਤੋਂ ਵੀਡੀਓ ਅੱਗੇ 3-4 ਲੱਖ ਦਾ ਬਣਦਾ ਸੀ, ਹੁਣ 10 ਲੱਖ ਤੋਂ ਘੱਟ ਕੋਈ ਵੀ ਗੱਲ ਨਹੀਂ ਕਰਦਾ ਕਿਉਂਕਿ ਐਕਸਪੈਂਸਿਸ ਇੰਨੇ ਜ਼ਿਆਦਾ ਹੋ, ਹੈ ਨਾ। ਅਤੇ ਐਡ ਜਿਹੜੀ ਅੱਗੇ 300-400 ਰੁਪਈਆ ਇੱਕ ਪ੍ਰੋਮੋ ਦਾ ਲੱਗਦਾ ਸੀ, ਹੁਣ 2300-2400 ਰੁਪਈਆ ਲੱਗਦਾ, ਹੈ ਨਾ, ਉਹ ਤੁਹਾਡੇ ਪੈਸੇ 'ਤੇ ਜਿਹੜੇ ਆ ਉਹ ਜ਼ਿਆਦਾ ਲੱਗਣ ਲੱਗ ਗਏ। ਤਾਂ ਕਮਾਈ ਘੱਟ ਗਈ, ਕਮਾਈ ਤਾਂ ਹੈ ਹੀ ਨਹੀਂ ਹੁਣ, ਤੁਸੀਂ ਹਰ ਬੰਦਾ ਫਰੀ ਦੀ ਜਿਹੜੀ ਹੈਗੀ ਆ ਸਾਈਟ ਉਹਦੇ ਤੋਂ ਜਾ ਕੇ ਡਾਊਨਲੋਡ ਕਰਦੇ, ਉਹਦੇ ਤੋਂ ਜਾ ਕੇ ਗਾਣਾ ਲੈਣ ਦੀ ਕੋਸ਼ਿਸ਼ ਕਰਦਾ, ਕਮਾਈ ਤੁਹਾਨੂੰ ਸਿਰਫ ਲਾਈਵ ਸ਼ੋਜ਼ ਦੀ ਰਹੇਗੀ। ਤੁਹਾਨੂੰ ਕੀ ਲੱਗਦਾ? ਲੇਕਿਨ ਇਹਦਾ ਇੱਕ ਫਾਇਦਾ ਇਹ ਹੋਇਆ ਕਿਉਂਕਿ ਜ਼ਿਆਦਾ ਦੁਨੀਆਂ, ਹਾਂ, ਮੈਂ ਉਹੀ ਗੱਲ ਕਰਨ ਲੱਗਿਆ ਕਿ ਅੱਗੇ ਉਹਨੂੰ ਦੁਕਾਨ 'ਤੇ ਜਾਣਾ ਪੈਂਦਾ ਹੁੰਦਾ ਸੀਗਾ। ਮੈਂ ਸਭ ਤੋਂ ਪਹਿਲੀ ਐਲਬਮ ਜਿਹੜੀ ਕਿਤੇ ਰਿਲੀਜ਼ ਨਹੀਂ ਸੀ ਕੀਤੀ, ਸਿਰਫ ਇੰਡੀਆ 'ਚ ਕੀਤੀ ਸੀ, ਇਸ਼ਕ ਜਗਾਵੇ, ਜਿਹਦੇ 'ਚ ਪਿੱਛੋਂ ਵਾਜ ਮਾਰੀ ਗਾਣਾ ਸੀਗਾ,
ਉਹ ਇੰਡੀਆ ਤੋਂ ਜਿਹੜੇ ਫਿਰ ਆਪਣੇ ਇੱਥੇ ਬੰਦੇ ਇੰਗਲੈਂਡ ਤੋਂ ਜਾਂਦੇ ਸੀਗੇ ਜਾਂ ਕੈਨੇਡਾ ਤੋਂ ਆਉਂਦੇ ਸੀਗੇ ਉਹ ਦੁਕਾਨ ਤੋਂ ਜਦੋਂ ਵਿਆਹਾਂ ਦੇ ਉੱਥੇ ਹੁੰਦੇ ਸੀਜ਼ਨ ਚੱਲ ਜਾਂਦਾ ਅਤੇ ਇੱਧਰ ਸਿਆਲ ਨੂੰ ਸਾਰੇ ਬੰਦੇ ਜਾਂਦੇ ਉੱਧਰ ਉਹ ਖਰੀਦ ਕੇ ਲੈ ਕੇ ਆਉਂਦੇ ਹੁੰਦੇ ਸੀਗੇ ਹੈ ਨਾ। ਸੋ ਹੁਣ ਇਹ ਉਹ ਦੁਕਾਨ ਤੋਂ ਜਾ ਕੇ ਲੈਣੀ ਪੈਣੀ ਸੀ, ਹੁਣ ਇਹ ਹੋ ਗਿਆ ਤੁਹਾਡੇ ਹੱਥ 'ਚ ਹੀ ਆ, ਜਦੋਂ ਮਰਜ਼ੀ ਜਿੱਥੇ ਪੰਜਾਬੀ ਵੱਸਦਾ ਚਾਹੇ ਉਹ ਨਾਰਵੇ ਵੱਸਦਾ ਚਾਹੇ ਇੰਗਲੈਂਡ ਵੱਸਦਾ ਚਾਹੇ ਕੈਨੇਡਾ ਵੱਸਦਾ ਕਿਸੇ ਵੀ ਕਿਤੇ ਵੀ ਕੋਨੇ 'ਚ ਵੱਸਦਾ ਉਹਦੇ ਤੱਕ ਉਹ ਗਾਣਾ ਸਮਝ ਲਓ ਪਹੁੰਚ ਗਿਆ ਇੱਕ ਮਿੰਟ ਤੋਂ ਪਹਿਲਾਂ ਉੱਥੇ ਉਹਨੇ ਸੁਣ ਲੈਣਾ। ਸਭ ਸਿੱਧਾ ਡਾਇਲ ਕਰੇਗਾ, ਸਿੱਧਾ ਟਾਈਪ ਕਰੇਗਾ 76 ਗਿੱਲ ਜਾਂ ਜਿਹਦਾ ਵੀ ਉਹ ਫੈਨ ਹੈ ਉਹਨੂੰ ਟਾਈਪ ਕਰੇਗਾ ਗਾਣਾ ਉਹਦੇ ਹੱਥ 'ਚ। ਤੁਸੀਂ ਗੱਲ ਮੁਲਕਾਂ ਦੀ ਕੀਤੀ ਆ, ਕਿਹੜੇ ਕਿਹੜੇ ਤੁਸੀਂ ਅਜੀਬ ਮੁਲਕਾਂ 'ਚ ਗਏ ਜਿਹਨੂੰ ਤੁਸੀਂ ਸੋਚਿਆ ਸੀ ਮੈਂ ਯਾਰ ਇਸ ਮੁਲਕ ਦੇ ਤਾਂ ਕਦੇ ਦਰਸ਼ਨ ਹੀ ਨਹੀਂ ਹੋਣੇ ਸੀ, ਕਿੱਥੇ ਤੁਸੀਂ ਪਹੁੰਚੇ? ਇਟਲੀ ਦਾ ਤਾਂ ਤੁਹਾਡਾ ਕੰਮ ਬਣਿਆ ਨਹੀਂ। ਮੈਂ ਕੀਵ ਗਿਆ ਸੀ, ਮਾਸਕੋ 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 ਰਸ਼ੀਆ, ਉਦੋਂ ਸਾਰੇ ਉਹਦੇ ਬੜੇ ਗੋਰੇ ਚਿੱਟੇ ਹੋਏ ਸਾਰੇ ਟੋਟੇ ਉਦੋਂ ਹੋਏ ਸੀ ਰਸ਼ੀਆ ਦੇ, ਤੇ ਉਦੋਂ ਕਜ਼ਾਕਿਸਤਾਨ ਤੇ ਜ਼ਾਕਿਸਤਾਨ ਸਭ ਬਣ ਗਿਆ ਸੀ। ਉਜ਼ਬੇਕਿਸਤਾਨ ਮੈਂ ਕੀਵ ਜਾ ਕੇ ਰਿਹਾ ਸੀਗਾ। ਮੈਂ ਤੁਹਾਨੂੰ ਗੱਲ ਸੁਣਾਉਣਾ ਕਿ ਕੀਵ ਨੇ ਕਿਸੇ ਨੇ ਸੁਣੇ ਗੀਤ ਜਾਂ ਕਿੱਦਾਂ ਕੀ ਬੜੇ ਫਿਰ ਸੁਣਨੇ ਸੀਗੇ ਪੰਜਾਬੀ ਮਿਲੇ ਸਾਰੇ ਪੰਜਾਬੀ ਸੀਗੇ ਹੈ ਨਾ। ਤੇ ਮੈਂ ਮੇਰੇ ਇੱਕ ਯਾਦ ਆ ਗਈ ਗੱਲ, 2004 ਚ ਮੈਂ ਤੇ ਘੁੱਗੀ ਭਾਜੀ ਇੱਥੇ ਸ਼ੋਅ ਕਰਨ ਆਏ ਹੋਏ ਸੀ ਹੈ ਨਾ, 2004 ਦੀ ਗੱਲ ਹੈ। ਵਾਪਸ ਜਾਣ ਵੇਲੇ ਜਹਾਜ਼ ਕੁਦਰਤੀ ਚੈੱਕ ਸਲਵਾਕ ਦਾ ਜਾ ਕੇ ਖੜ ਗਿਆ ਉੱਥੇ, ਸਾਨੂੰ ਉੱਥੇ ਰੁਕਣਾ ਪਿਆ ਇੱਕ ਦਿਨ, ਇੱਕ ਦਿਨ ਲਈ ਜਹਾਜ਼ ਦੂਜੇ ਦਿਨ ਠੀਕ ਹੋਇਆ। ਤੇ ਅਸੀਂ ਸ਼ਾਮ ਨੂੰ ਘੁੰਮਣ ਨਿਕਲੇ, ਚਲੋ ਮਾੜਾ ਮੋਟਾ ਦੇਖ ਕੇ ਆਉਣਾ ਸਲਵਾਕ ਨੇ। ਮੈਂ ਘੁੱਗੀ ਭਾਜੀ ਨੂੰ ਕਹਾ, ਮੈਂ ਕਿਹਾ ਯਾਰ ਜਦੋਂ ਮੈਂ 98 ਚ ਆਉਣਾ ਸੀ ਨਾ ਤੇ ਯੂਰਪ ਲਈ ਇੱਕ ਐਂਟਰੀ ਇਹ ਸੀਗੀ ਕਿ ਜੇ ਤੁਸੀਂ ਸਲਵਾਕ ਪਹੁੰਚ ਗਏ ਸਮਝ ਲਓ ਤੁਸੀਂ ਯੂਰਪ ਚ, ਯੂਰਪ ਪਹੁੰਚ ਗਏ। ਇਹ ਸਭ ਡੌਂਕੀ ਵਾਲਿਆਂ ਨੂੰ ਸਭ ਨੂੰ ਪਤਾ, ਡੌਂਕੀ ਵਾਲਿਆਂ ਨੂੰ ਪਤਾ। ਪਹਿਲਾਂ ਤੁਹਾਨੂੰ ਮਾਸਕੋ ਉਤਾਰਨਾ ਸੀ, ਫਿਰ ਤੁਹਾਨੂੰ ਸਲਵਾਕ ਲੈ ਕੇ ਆਇਆ ਸੀ, ਉੱਥੋਂ ਆਸਟਰੀਆ ਜਾਣਾ ਸੀ, ਫਿਰ ਹੌਲੀ ਹੌਲੀ ਇੱਧਰ ਤੁਸੀਂ ਗੱਡੀ ਦਾ ਹੀ ਗਏ। ਮੈਂ ਤਾਂ ਅਸੀਂ ਜੀ ਪੂਰੀ ਫਿਲਮ ਬਣਾਈ ਇਹਦੇ ਬਾਰੇ ਰਾਹ ਬਾਰੇ, ਤਾਂ ਇਹਦੇ ਵਿੱਚ ਮੈਨੂੰ ਤਾਂ ਆਪ ਪਤਾ ਲੱਗਾ ਮੁੰਡੇ ਨਾਲ ਜਦੋਂ ਗੱਲ ਹੁੰਦੀ ਰਹਿੰਦੀ, ਕਹਿੰਦੇ ਭਾਜੀ ਮਾਸਕੋ ਉਤਰ ਕੇ ਫਿਰ ਡੌਂਕੀਆਂ ਲਾਉਣੀਆਂ ਪੈਣੀਆਂ। ਮਤਲਬ ਤੁਸੀਂ ਉਹ ਫਿਰ ਜਗ੍ਹਾ ਦੇਖੀ? ਜਗ੍ਹਾ ਦੇਖੀ ਮੈਂ ਘੁੱਗੀ ਭਾਜੀ ਨੂੰ ਕਿਹਾ, ਮੈਂ ਕਿਹਾ ਦੇਖੋ ਹੁਣ ਤੁਸੀਂ ਮਤਲਬ ਪਰਮਾਤਮਾ ਨੇ ਐਸੀ ਕਿਰਪਾ ਕੀਤੀ ਚੰਗੇ ਮੁਲਕਾਂ 'ਚ ਜਾਣ ਲੱਗ ਪਏ ਹਾਂ, ਅਤੇ ਨਹੀਂ ਤਾਂ ਜਦੋਂ ਸਰਵਾਗ ਉੱਥੇ ਖੜਨਾ ਪਿਆ ਅਤੇ ਜੇ 98 'ਚ ਸਰਵਾਗ ਪਹੁੰਚ ਜਾਂਦਾ ਤਾਂ ਸਾਡੇ ਮੇਰੇ ਦਿਲ ਨੂੰ ਹੋਰ ਤਰ੍ਹਾਂ ਦੀ ਖੁਸ਼ੀ ਹੋਣੀ ਸੀ। ਅਤੇ ਜਦੋਂ ਉਦੋਂ ਉੱਥੇ ਉਤਰਿਆ ਅਤੇ ਉਦੋਂ ਛੇਤੀ ਜਾਈਏ ਘਰ ਨੂੰ ਹੈ ਨਾ, ਅਤੇ ਜਹਾਜ਼ ਹੀ ਨਹੀਂ ਕਰੈਸ਼ ਹੋ ਗਿਆ। ਭਾਈ ਸਭ ਤੋਂ ਵਧੀਆ ਮੁਲਕ ਤੁਹਾਨੂੰ ਕਿਹੜਾ ਲੱਗਾ ਜਿੱਥੇ ਤੁਸੀਂ? ਭਾਈ ਜਿੱਥੇ ਜਾਈਏ ਉੱਥੇ ਦੇ ਕੋਲ ਵੀ ਗਾਈਏ। ਦੇਖੋ ਪੰਜਾਬ ਜਿਹੜਾ ਉਹ ਤਰੱਕੀ ਦੇ ਰਾਹ 'ਤੇ ਇਸੇ ਕਰਕੇ ਹੈ ਕਿ ਜਿਹੜੇ ਬੰਦੇ ਤੁਸੀਂ ਬਾਹਰ ਸਾਰੇ ਇੱਥੇ ਵੱਸਦੇ ਆ ਅਤੇ ਤੁਸੀਂ ਉੱਥੇ ਵਾਲਿਆਂ ਦਾ ਬਹੁਤ ਫਿਕਰ ਕਰਦੇ, ਬਹੁਤ ਜ਼ਿਆਦਾ ਫਿਕਰ ਕਰਦੇ, ਉਹਨਾਂ ਨੂੰ ਕਿਤੇ ਵੀ ਲੋੜ ਹੁੰਦੀ ਹੈ ਅਤੇ ਹੁਣ ਤਾਂ ਯੂਟਿਊਬ ਹੁਣ ਤਾਂ ਯੂਟਿਊਬ 'ਤੇ ਸਾਰੇ ਤੁਸੀਂ ਉਹਦੇ ਨੈੱਟ 'ਤੇ ਫੇਸਬੁੱਕ 'ਤੇ ਪਾ ਦਿੰਦੇ ਆ ਕਿ ਆਹ ਲੈ ਵੇ ਉੱਥੋਂ ਆਈਫੋਨ ਲੱਗ ਕੇ ਲੱਗਿਆ ਲਾਉਣ ਉੱਥੇ ਵਾਲਾ ਮੰਗਾ ਲੈਂਦਾ ਨਾ। ਅੱਛਾ ਇੱਥੇ ਵਾਲੇ ਵਿਚਾਰੇ ਕੰਮ ਕਰਦੇ ਆ, ਪਤਾ ਨਹੀਂ ਉਹਨਾਂ ਨੇ ਕਿਵੇਂ ਲੈਣਾ, ਉੱਥੇ ਵਾਲੇ ਨੂੰ ਹੁੰਦਾ ਆਈਫੋਨ 6 ਆ ਗਿਆ ਹੁਣ ਉਹ ਭੇਜੋ, ਉਹ ਕੱਲ ਨੂੰ ਆਉਣਾ ਤਾਂ ਇੱਕ ਦਿਨ ਪਹਿਲਾਂ ਹੀ ਫੋਨ ਕਰ ਦਿੰਦੇ ਆ ਤੂੰ ਪਾਰਸਲ ਕਰ ਦੇ। ਹਾਂ ਮੁਲਕ ਸਾਰੇ ਚੰਗੇ ਆ, ਕੈਨੇਡਾ ਅਮਰੀਕਾ ਬੜਾ ਅੱਛਾ, ਉੱਥੇ ਵੀ ਸ਼ੋਅ ਕਰਨ ਗਿਆ ਮੈਂ, ਆਸਟ੍ਰੇਲੀਆ ਬਹੁਤ ਸੋਹਣਾ, ਨਿਊਜ਼ੀਲੈਂਡ ਬਹੁਤ ਸੋਹਣਾ, ਇੰਗਲੈਂਡ 'ਚ ਬੜੇ ਪੰਜਾਬੀ ਆ, ਇੰਗਲੈਂਡ ਇਸ ਕਰਕੇ ਬਹੁਤ ਚੰਗਾ ਲੱਗਦਾ ਕਿਉਂਕਿ ਬਹੁਤ ਨੇੜੇ ਆ ਪੰਜਾਬ 'ਚ, ਛੇਤੀ ਆ ਜਾਈਦਾ ਸੀ ਇੱਥੇ। ਜਦੋਂ ਤੁਹਾਨੂੰ ਸਾਊਥ ਵਾਲ ਬਰਮਿੰਘਮ ਏਰੀਏ ਦੇ ਜਾਂਦੇ ਤੁਸੀਂ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੁੰਦਾ? ਪੰਜਾਬੀ ਸਾਰੇ ਪੰਜਾਬ ਮਹਾਰਾਜ, ਜਿੱਥੇ ਪਹੁੰਚ ਗਏ ਭੰਗਲ ਸਾਹਿਬ ਬਸ। ਫਿਰ ਤੁਸੀਂ ਨਾਲੇ ਇੰਗਲੈਂਡ ਪ੍ਰੋਪਰ ਦੇਖਿਆ ਵੀ ਹੈ, ਕਿਉਂਕਿ ਮੈਂ ਤੁਹਾਨੂੰ ਦੱਸਦਾ ਮੇਰਾ ਬਰਥਡੇ ਸੀ ਪਿੱਛੇ ਜੇ, ਤਾਂ ਮੈਂ ਕਿਹਾ ਸੀ ਯਾਰ ਇੱਦਾਂ ਦੀ ਚੀਜ਼ ਕਰੀਏ ਜੋ ਕਦੇ ਕੀਤੀ ਨਹੀਂ। ਤੂੰ ਕਿਹਾ ਪਿੱਛੇ ਦਾਰੂ ਵੀ ਪੀ ਲਈ ਮੁੰਡਿਆਂ ਨਾਲ, ਫਿਰ ਵੀ ਲਿਆ ਕਲੱਬਾਂ ਵੀ ਜਾਏ ਅਸੀਂ, ਪੱਬਾਂ ਵੀ ਜਾਏ, ਕਿਹੜੀ ਚੀਜ਼ ਨਹੀਂ ਕੀਤੀ। ਅਤੇ ਮੈਂ ਸੋਚਿਆ ਯਾਰ
ਕਦੇ ਲੰਡਨ ਨਹੀਂ ਦੇਖਿਆ, ਮੈਂ ਕਿਹਾ ਲੋਕਾਂ ਨੂੰ ਸਾਰੀ ਦੁਨੀਆ ਕਮਾਈ ਆਪ ਕਦੇ ਦੇਖਿਆ ਨੇ, ਮੈਂ ਕਿਹਾ ਲੰਡਨ ਦੇਖਣ ਗਿਆ ਉੱਧਰ, ਮੈਂ ਪਾਰਥੇ ਨੂੰ ਮੈਂ ਲੰਡਨ ਦੇਖ ਕੇ ਆਇਆ, ਮੈਂ ਕਿਹਾ ਯਾਰ ਇੱਥੇ ਤਾਂ ਬਹੁਤ ਚੀਜ਼ਾਂ ਦੇਖਣ ਵਾਲੀ ਅਸੀਂ ਦੇਖਿਆ ਨਹੀਂ, ਤੁਸੀਂ ਵੀ ਪ੍ਰੋਪਰ ਇੰਗਲੈਂਡ ਦੇਖਿਆ ਕਿ ਤੁਸੀਂ ਆਹੀ ਸੋਹੋ ਰੋਡ ਸਾਊਥ ਆਲ ਬ੍ਰੋਡਵੇ ਦੇਖ? ਨਹੀਂ ਨਹੀਂ ਮੈਂ ਅਜੇ ਤੋਂ ਮੈਂ ਸੱਚੀ ਨਹੀਂ ਮੈਂ ਦੇਖਿਆ, ਮੈਂ ਇੱਕ ਵਾਰੀ ਵੈਸੇ ਲੰਡਨ ਗਿਆ ਸੀਗਾ ਘੁੰਮਣ, ਹਾਂਜੀ, ਅਤੇ ਮੈਨੂੰ ਬਹੁਤ ਸੋਹਣਾ ਲੱਗਾ, ਅਤੇ ਜ਼ਿਆਦਾਤਰ ਬਸ ਇੱਦਾਂ ਆ ਕਿ ਆ ਕੇ ਆਹ ਸਵਾਲ ਹੋ ਜੀ, ਤੁਸੀਂ ਭਾਜੀ ਹੁਣੀ ਹੁਣ ਦੇਖੋ ਹੁਣ ਕਿੰਨੇ ਫਿੱਟ ਹੋਏ ਹੋ, ਹੁਣ ਇਹਨਾਂ ਨੂੰ ਤੁਸੀਂ ਲੰਡਨ ਘੁੰਮਾਓ? ਨਹੀਂ ਹੁਣ ਘੁੰਮਣਾ, ਮੈਨੂੰ ਕਿਸੇ ਨੇ ਪਛਾਣਨਾ ਨਹੀਂ, ਮੈਂ ਜਹਾਜ਼ 'ਚ ਵੀ ਆਇਆ, ਮੈਨੂੰ ਕਿਸੇ ਨੇ ਨਹੀਂ ਪਛਾਣਿਆ, ਪਛਾਣਿਆ ਬਿਲਕੁਲ ਨਹੀਂ ਪਛਾਣਿਆ, ਮੈਂ ਜਦੋਂ ਕਿਸੇ ਮੈਂ ਸ਼ੋਅ 'ਤੇ ਜਾਂਦਾ ਨਾ, ਹੁਣ ਇਹਨਾਂ ਦਿਨਾਂ 'ਚ ਮੈਂ ਅੱਧਾ ਘੰਟਾ ਪਰਫੋਰਮੈਂਸ ਕਰਕੇ ਅਤੇ ਫਿਰ ਮੈਨੂੰ ਆ ਕੇ ਮਿਲਣੇ ਸ਼ੁਰੂ ਹੁੰਦੇ ਲੋਕ, ਕਹਿੰਦੇ ਸਾਨੂੰ ਲੱਗਦਾ ਸੀ, ਮੈਂ ਥੋੜ੍ਹੇ ਦਿਨ ਪਹਿਲਾਂ ਇੱਕ ਮੇਲੇ 'ਤੇ ਗਿਆ ਅਤੇ ਉਹ ਪ੍ਰਬੰਧਕਾਂ ਤੋਂ ਮਗਰੋਂ ਫੋਨ ਆਇਆ, ਕਹਿੰਦੇ ਯਾਰ ਸਾਨੂੰ ਲੋਕ ਕਹਿੰਦੇ ਤੁਸੀਂ ਗਾਣੇ ਉਹਦੇ ਗਾ ਗਿਆ, ਬੰਦਾ ਕੌਣ ਸੀਗਾ, ਪੈਸੇ ਤੁਸੀਂ ਪੈਸੇ ਨਹੀਂ ਭਰੇ ਹੋਣੇ ਤੁਸੀਂ ਯਾਰ, ਉਹ ਆਇਆ ਨਹੀਂ, ਹੋਰ ਹੀ ਬੰਦਾ ਇੱਥੇ ਉਹਦੇ ਗਾਣੇ ਗਾ ਕੇ ਚੱਲ ਗਿਆ, ਤੁਹਾਡੇ ਇੱਦਾਂ ਵੀ ਹੁੰਦੀ ਆ? ਅੱਛਾ, ਮੈਂ ਜਿੱਥੇ ਮਰਜ਼ੀ ਫਰੀ ਜਾਵਾਂ ਕੋਈ ਚੱਕਰ ਨਹੀਂ, ਕੋਈ ਪਛਾਣਦਾ ਨਹੀਂ, ਹੁਣ ਐਨਕਾਂ ਪਾਉਣ ਦੀ ਲੋੜ ਨਹੀਂ, ਐਨਕਾਂ ਤਾਂ ਪਾ ਲੈਣਾ ਪਾ ਲਈਦੀ ਆ ਭਾਜੀ। ਤੁਸੀਂ ਜੋ ਤੁਹਾਡਾ ਮੇਨ ਮਕਸਦ ਹੈ ਇਸ ਦਾ ਜੀ, ਕਿ ਤੁਹਾਡੇ ਵਿਆਹ ਦੇ ਸ਼ੋਜ਼ ਐਂਡ ਤੁਹਾਡੀ ਬੁਕਿੰਗ ਆ ਵਗੈਰਾ, ਜੇ ਤੁਹਾਨੂੰ ਕਿਸੇ ਨੇ ਬੁੱਕ ਕਰਨਾ ਹੋਵੇ ਜਾਂ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ, ਕਿਸ ਤਰ੍ਹਾਂ ਕਰ ਸਕਦੇ ਜੀ? ਵੈਸੇ ਤਾਂ ਜਿਹੜਾ ਇੱਥੇ ਇੱਥੇ ਮੇਰੀ ਸਾਰੀ ਬੁਕਿੰਗ ਜਿਹੜੀ ਵਰਲਡਵਾਈਡ, ਵੈਸੇ ਤਾਂ ਮੇਰਾ ਵੀਰ ਕਰਦਾ ਅਮਰਜੀਤ ਧਾਮੀ, ਹਾਂਜੀ, ਏਐਸ ਧਾਮੀ, ਲੈਸਟਰ ਵਾਲੇ, ਲੈਸਟਰ ਵਾਲੇ, ਹਾਂਜੀ, ਅਤੇ ਉਹ ਉਹਨਾਂ ਦੀ ਫੇਸਬੁੱਕ 'ਤੇ ਵੀ ਉਹ ਐਕਟਿਵ ਰਹਿੰਦੇ, ਉਹਨਾਂ ਦੀ ਫੇਸਬੁੱਕ ਬਹੁਤ ਜ਼ਿਆਦਾ ਰਹਿੰਦੇ, ਹਾਂਜੀ ਬਹੁਤ ਜ਼ਿਆਦਾ, ਅਤੇ ਉਹਨਾਂ ਨਾਲ ਤੁਸੀਂ ਕੰਟੈਕਟ ਕਰ ਸਕਦੇ ਜਦੋਂ ਮਰਜ਼ੀ, ਜਿਹਨੇ ਵੀ ਜਿਹਨੂੰ ਬੁਕਿੰਗ ਲਈ। ਤੁਹਾਡੀ ਆਪਣੀ ਵੀ ਕੋਈ ਫੇਸਬੁੱਕ ਬਣੀ ਹੋ? ਮੇਰਾ ਹਾਂ ਹੈਗਾ, ਮੇਰਾ ਪੇਜ ਆਪ ਬੈਠੇ ਕਿਸੇ ਹੋਰ ਨੂੰ ਨਹੀਂ, ਮੇਰੇ ਕੋਲੇ ਹੀ ਆ, ਮੇਰਾ ਪੇਜ ਵੀ ਮੈਂ ਆਪ ਹੀ ਚਲਾਉਣਾ। ਅੱਛਾ ਠੀਕ ਹੈ, ਜੇ ਕੋਈ ਮੈਸੇਜ ਭੇਜਦਾ ਫਿਰ ਤੁਸੀਂ ਜਵਾਬ? ਬਿਲਕੁਲ, ਮੈਂ ਰਿਪਲਾਈ ਕਰਦਾ। ਅੱਛਾ ਹਾਂ, ਮੈਂ ਤੇ ਤੁਹਾਨੂੰ ਤੁਹਾਨੂੰ ਪਤਾ ਹੀ ਆ, ਜਦੋਂ ਇੱਥੋਂ ਜਿੰਨੇ ਵੀ ਫੋਨ ਜਾਂਦੇ, ਮੈਂ ਪਿਛਲੇ 15 ਸਾਲ ਤੋਂ ਇੱਕੋ ਹੀ ਨੰਬਰ ਰੱਖਿਆ ਹੋਇਆ, ਮੇਰਾ ਸਭ ਨੂੰ ਪਤਾ, ਜਦੋਂ ਵੀ ਕਿਸੇ ਦਾ ਫੋਨ ਜਾਂਦਾ ਤੇ ਮੈਂ ਆਪ ਹੀ ਆਨਸਰ ਕਰਦਾ ਉਹਨੂੰ, ਅਗਲੇ ਨੂੰ ਕਈ ਵਾਰੀ ਜਿਹੜਾ ਨਵਾਂ ਕਰਦਾ ਉਹਨੂੰ ਯਕੀਨ ਨਹੀਂ ਹੁੰਦਾ, ਅਗਲਾ ਕਹਿੰਦਾ ਨਛੱਤਰ ਭਾਈ ਨਛੱਤਰ ਗਿੱਲ ਦੀ ਆਵਾਜ਼ ਨਹੀਂ ਹੈਗੀ, ਉਹ ਮੈਂ ਕਹਿੰਦਾ ਯਾਰ ਮੈਂ ਹੀ ਬੋਲ ਰਿਹਾ, ਵੀ ਤੁਹਾਨੂੰ ਜੇ 4 ਬੰਦਿਆਂ ਦੇ ਕੋਲੋਂ ਫੋਨ ਹੋ ਕੇ ਆਵੇ ਹਨਾ, ਪਹਿਲਾਂ PA ਚੱਕੇ, ਫਿਰ ਉਹਦਾ ਭਰਾ ਚੱਕੇ, ਫਿਰ ਕੋਈ ਤੀਜੇ ਬੰਦੇ ਉਹਨੂੰ ਕਹੇ ਇੱਕ ਮਿੰਟ ਹੋਲਡ ਕਰਿਓ ਜੀ ਮੈਂ ਫੜਾਉਣਾ ਫੋਨ, ਜੇ ਇੱਦਾਂ ਚੱਲੇ ਫਿਰ ਯਕੀਨ ਆ ਜਾਂਦਾ। ਤੁਸੀਂ ਬਾਰੇ ਸ਼ੋਸ਼ੀਬਾਜ਼ੀ ਰੱਖੀ? ਮੈਂ ਕਰਦਾ ਨਹੀਂ, ਮੈਂ ਤੁਹਾਨੂੰ ਪਤਾ ਹੈ ਆਪਾਂ ਕਿੰਨੀ ਦੇਰ ਦੇ ਮਿਲ ਰਹੇ ਹਾਂ, ਮੈਂ ਕਦੇ ਨਹੀਂ, ਮੈਂ ਸ਼ੋਸ਼ੇਬਾਜ਼ੀ 'ਚ ਵਿਸ਼ਵਾਸ ਨਹੀਂ ਮੈਂ ਰੱਖਦਾ, ਕਿਉਂਕਿ ਪ੍ਰਮਾਤਮਾ ਨੇ ਤੁਹਾਡੇ 'ਤੇ ਕਿਰਪਾ ਕੀਤੀ, ਤੁਹਾਡੇ ਗਲੇ ਨੂੰ ਭਾਗ ਲਾਏ ਆ ਉਹਨੇ, ਮੈਂ ਕਦੇ ਮੇਰਾ ਜੋ ਹੇਅਰ ਸਟਾਈਲ ਪਹਿਲਾਂ ਸੀਗਾ ਉਹੀ ਹੋਣਾ ਹੈ, ਮੈਂ ਪਹਿਲਾਂ ਵੀ ਸ਼ੇਵ ਕਰਦਾ ਸੀ, ਵੱਧ ਗਏ ਮੇਰੇ ਵਾਲ, ਸਾਡੇ ਵਰਗੇ ਲੈ ਗਏ, ਤੁਹਾਡੇ ਵੀ ਕਰਾ ਦੇਣੇ ਠੀਕ, ਮੇਰੇ ਕਰਾ ਦੇਈ ਫਿਰ, ਮੈਂ ਵੀ ਹੁਣ ਥੋੜ੍ਹਾ ਕਰੀਏ ਐਲਬਮ ਇੱਕ ਅੱਧਾ ਤਾਂ ਕਰੀਏ, ਐਲਬਮ ਤਾਂ ਹੁਣ ਨਹੀਂ, ਸਿੰਗਲ ਹੀ ਕਰ ਲੈਣੇ ਸਿੰਗਲ ਦਾ ਰਿਵਾਜ ਆ ਗਿਆ ਸਿੰਗਲ। ਭਾਈ ਤੁਹਾਨੂੰ ਕੀ ਲੱਗਦਾ ਕਿ ਜੋ ਹੁਣ ਵੀਡੀਓਜ਼ ਚੱਲ ਰਹੀਆਂ ਉਹਦੇ ਨਾਲ ਤੁਹਾਡੇ ਦੇ ਉੱਤੇ ਪ੍ਰੈਸ਼ਰ ਪਿਆ ਕਿ ਭਾਜੀ ਹੁਣ ਸਿਹਤ ਸੁਹਤ ਘਟਾਉਣੀ ਪੈਣੀ ਥੋੜ੍ਹੀ ਆ, ਕਿ ਮਤਲਬ ਤੁਹਾਨੂੰ ਥੋੜ੍ਹਾ ਜਿੱਦਾਂ ਹੁਣ ਯੰਗ ਮੁੰਡੇ ਆਉਂਦੇ ਉਹਨਾਂ ਦੀ ਬੋਡੀਆਂ ਬੁੜੀਆਂ ਚੰਗੀਆਂ, ਕਈ ਦੇਖੀਏ ਬੰਦਾ ਯਾਰ ਬੜਾ ਫਿੱਟ ਆ, ਤੁਹਾਡੇ ਯਾਰ ਪ੍ਰੈਸ਼ਰ ਆਇਆ ਹੁਣ, ਜਿਹੜੇ ਪੁਰਾਣੇ ਜਿੱਦਾਂ ਤੁਸੀਂ ਦੱਸ ਰਹੇ ਆ ਉਹ ਥੋੜੇ ਹੈਲਥੀ ਸੀਗੇ, ਪੰਜਾਬੀ ਮੀਨਿੰਗ ਆਫ ਦਾ ਵਰਡ ਹੈਲਥੀ, ਹਾਂ, ਕਿ ਭਾਰੇ ਸੀਗੇ, ਤਾਂ ਹੁਣ ਉਹਨਾਂ ਨੂੰ ਵੀ ਥੋੜੇ ਰਿਅਲਾਈਜ਼ ਕਰਦਾ ਕਿ ਐਕਚੁਅਲੀ ਗਾਉਣ ਨਾਲ ਲੁੱਕ ਵੀ ਕਾਫੀ ਇੰਪੋਰਟੈਂਟ, ਬਹੁਤ ਜ਼ਰੂਰੀ, ਹੁਣ ਦੇਖਣ ਦੀ ਚੀਜ਼ ਰਹਿ ਗਈ, ਹੁਣ ਤਾਂ ਪਹਿਲਾਂ ਤਾਂ ਮਾਡਲ ਲੈ ਲੈਂਦੇ ਹੁੰਦੇ ਸੀਗੇ ਨਾ, ਨਾਲ ਮੇਲ ਮਾਡਲ ਵੀ ਨਾਲ ਲੈ ਲਈਦਾ ਸੀ, ਹੁਣ ਹਰ ਸਿੰਗਰ ਦੀ ਹੁੰਦੀ ਕਿ ਯਾਰ ਪੈਸੇ ਤਾਂ ਮੈਂ ਲਾ ਰਿਹਾ, ਹਾਂ, 3.5 ਮਿੰਟ 4 ਮਿੰਟ ਦਾ ਗਾਣਾ ਬਣਾ ਰਹੇ ਹਾਂ, ਪੈਸੇ ਮੈਂ ਲਾ ਰਿਹਾ ਤੇ ਪ੍ਰਮੋਟ ਕਿਸੇ ਹੋਰ ਨੂੰ ਕਰ ਰਹੇ ਹਾਂ, ਗਾਣਾ ਸਾਡਾ ਕਿਉਂ ਨਾ ਅਸੀਂ ਆਪਣੇ ਆਪ ਤੇ ਵਰਕ ਕਰਕੇ, ਥੋੜੇ ਜਿਹਾ ਆਪਣੇ ਆਪ ਨੂੰ ਫਿੱਟ ਕਰਕੇ, ਅਸੀਂ 3.5-4 ਮਿੰਟ ਕਿਉਂ ਨਾ ਚੈਨਲ ਤੇ ਰਹੀਏ, ਤਾਂ ਕਿ ਲੋਕਾਂ ਨੂੰ ਪਤਾ ਗਾਣਾ ਸਾਡਾ ਹੁੰਦਾ ਤੇ ਰੋਲ ਕੋਈ ਹੋਰ ਹੀ ਕਰ ਜਾਂਦਾ ਹੈ ਨਾ, ਉਹ ਹੁੰਦਾ ਕਿ ਪੈਸੇ ਵੀ ਯਾਰ ਅਸੀਂ ਖਰਚ ਰਹੇ ਹਾਂ, ਪ੍ਰਮੋਸ਼ਨ ਕਿਸੇ ਹੋਰ ਦੀ ਕਰ ਰਹੇ ਹਾਂ ਹਨਾ, ਤੇ ਤਾਂ ਕਰਕੇ ਥੋੜਾ ਭਾਈ ਤੁਹਾਨੂੰ ਦੇਖ ਕੇ ਕੁਛ ਲੋਕਾਂ ਨੇ ਕਿਹਾ ਵੀ ਕਿ ਹਾਂ ਭਾਜੀ ਤੁਸੀਂ ਭਾਰ ਬਹੁਤ ਘਟਾਇਆ, ਕਿਉਂ ਲਿਕਸ ਅਨਮ ਥੈਲਿੰਗ ਭਾਰ ਬਹੁਤ ਘਟਾਇਆ, ਮੈਂ
ਰੱਟੀ ਬਿਲਕੁਲ ਨਹੀਂ, ਮੈਂ ਪਿਛਲੇ 6 ਮਹੀਨੇ ਤੋਂ ਰੋਟੀ ਟੱਚ ਨਹੀਂ ਕੀਤੀ। ਕੋਈ ਬਿਲਕੁਲ ਰੋਟੀ, ਬਿਲਕੁਲ ਰੋਟੀ ਨਹੀਂ ਖਾਂਦਾ ਮੈਂ, ਚੌਲ ਚੂਲ, ਹਾਂ ਚੌਲ ਚੂਲ, ਪ੍ਰੋਟੀਨ ਮੈਂ ਲੈਣਾ ਜਿੰਨਾ ਹੋਵੇ। ਮੈਂ ਤੁਹਾਨੂੰ ਦੱਸਿਆ ਮੇਰਾ 4-5 ਦਿਨ ਤੋਂ ਮੇਰੇ ਨਾਲ ਪ੍ਰੋਟੀਨ, 4-5 ਦਿਨ ਤੋਂ ਮੇਰਾ ਧਾਮੀ ਤੇ ਮੇਰੇ ਨਾਲ ਹੀ ਹੈ। ਮੈਂ 4 ਦਿਨ ਤੋਂ ਉਹਨੂੰ ਵੀ ਨਹੀਂ ਖਾਣ ਦਿੱਤੀ, ਹੈ ਨਾ। ਉਹ ਕਹਿੰਦਾ ਤੂੰ ਜਾਣਾ ਕਰ, ਕਿਸੇ ਦਰਸੀ ਕਦੋਂ ਜਾਣਾ ਤੂੰ, ਮੈਂ ਤੇ ਮਰ ਜਾਣਾ 4 ਦਿਨ ਦੇ। ਮੈਂ ਕਿਹਾ ਕੋਈ ਨੀ, ਖਾ ਥੋੜਾ ਥੋੜਾ ਕਰਕੇ ਖਾ, ਜਿਹੜਾ ਸ਼ਾਮ ਨੂੰ ਫਿਰ ਚੱਕਦੇ ਨੇ 3-3 ਕਿਲੋ ਸਮਾਨ ਮੀਟ ਖਾਂਦੇ, ਜਿਹੜਾ ਉਹ ਥੋੜੀ ਘਟਾਓ, ਉਹ ਘਟਾਓ। ਭਾਜੀ ਬਹੁਤ ਖੁਸ਼ੀ ਹੋਈ ਕਿ ਤੁਸੀਂ ਆਏ ਆ, ਐਂਡ ਬਹੁਤ ਥੈਂਕ ਯੂ ਤੁਹਾਡਾ ਕਿ ਤੁਸੀਂ ਸਾਡੇ ਨਾਲ ਸੱਚੀ ਦਿਲ ਨਾਲ ਖੁੱਲੀਆਂ ਗੱਲਾਂ ਕੀਤੀਆਂ। ਕਿਉਂਕਿ ਕਈ ਇੰਟਰਵਿਊ ਤਾਂ ਹੁੰਦੇ ਕਿ ਚਲੋ ਅਸੀਂ ਮਾੜੇ ਐਕਟਿੰਗ ਹੀ ਕਰ ਰਹੇ ਹਾਂ, ਪਰ ਇਹ ਲਿਟਰਲੀ ਅਸੀਂ ਥੋੜ੍ਹਾ 5 ਮਿੰਟ ਲੇਟ ਵੀ ਹੋਏ ਸੀ, ਤਾਂ ਹੋਏ ਕਿਉਂਕਿ ਅਸੀਂ ਪਹੁੰਚੇ ਹੋਏ ਸੀ ਟ੍ਰੈਫਿਕ, ਅੱਜ ਬਹੁਤ ਜ਼ਿਆਦਾ ਟ੍ਰੈਫਿਕ ਸੀਗੇ। ਬਟ ਬਹੁਤ ਬਹੁਤ ਤੁਹਾਨੂੰ ਵਧਾਈ ਹੋਵੇ, ਸਿਰਫ ਕਾਲ ਕਰੀ ਦੀ ਹਰਜਾ ਭਾਜੀ ਆਉਣ ਲੱਗੇ ਅਸੀਂ, ਤੇ ਤੁਸੀਂ ਸਾਰੇ ਸਾਰੇ ਦੇ ਸਾਰੇ ਆਪਣੀਆਂ ਜਿਹੜੀਆਂ ਅਪੁਆਇੰਟਮੈਂਟ ਸਾਰੀਆਂ ਕੈਂਸਲ ਕਰਕੇ ਤੁਸੀਂ ਆਉਂਦਿਆਂ ਨੂੰ ਸਾਨੂੰ ਚੈਨਲ ਤੇ ਲਿਆ ਕੇ ਲੋਕਾਂ ਦੇ ਦਰਸ਼ਨ ਕਰਵਾ ਦਿੰਦੇ ਆ, ਇਹ ਬਹੁਤ ਵੱਡੀ ਗੱਲ ਹੈ। ਤੇ ਮੈਨੂੰ ਲੱਗਦਾ ਕਿ ਅਸੀਂ ਪਿਛਲੇ ਕਾਫੀ ਸਮੇਂ ਤੋਂ ਮਿਲਦੇ ਹਾਂ, ਤੇ ਉਹਦਾ ਕਾਰਨ ਇਹ ਵੀ ਹੈ ਕਿ ਜਦੋਂ ਬੰਦਾ ਸਾਫ ਦਿਲ ਆਪ ਹੁੰਦਾ ਤੇ ਦੂਜਾ ਵੀ ਸਾਫ ਦਿਲ ਹੁੰਦਾ ਨਾ, ਤੁਸੀਂ ਇੱਕ ਕਦਮ ਅਗਲੇ ਵੱਲ ਚੱਲ ਕੇ ਜਾਓ ਤੇ ਅਗਲਾ 4 ਕਦਮ ਆਵੇ, ਉਹ ਯਾਰੀ ਹੈ, ਹੈ ਨਾ। ਸੋ ਇਸ ਕਰਕੇ ਮੈਂ ਤੁਹਾਡਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਭਾਜੀ, ਥੈਂਕ ਯੂ ਵੈਰੀ ਮੱਚ। ਤੁਸੀਂ ਸੱਚੀ ਜੋ ਲੋਕ ਕਹਿੰਦੇ ਯਾਰਾਂ ਦੇ ਯਾਰ ਹੋ, ਤੇ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ, ਤਾਂ ਇੱਥੇ ਤੁਹਾਨੂੰ ਵਿਆਹ ਤੇ ਦੇਖੀਏ, ਤੇ ਅਸੀਂ ਵੀ ਕਹੀਏ ਕਿ ਵਿਆਹ ਦੇ ਮਾਹੌਲ 'ਚ ਭਾਜੀ ਸੈਡ ਸੌਂਗ ਸੁਣਾ ਦਿਓ, ਭੰਗੜੇ ਵਾਲੀ ਸੁਣਾਊਂਗਾ। ਓਕੇ ਜੀ, ਇਹ ਸੀਗੇ ਨਛੱਤਰ ਗਿੱਲ ਜੀ ਜੋ ਕਿ ਆਏ ਹੋਏ ਹਨ। ਜੇ ਫਿਰ ਤੁਸੀਂ ਉਹਨਾਂ ਨੂੰ ਮਿਲ ਸਕਦੇ ਹਾਂ ਇਸ ਟਾਮੀ ਨਾਲ, ਤੁਸੀਂ ਮੈਨੇਜਮੈਂਟ ਨਾਲ ਕੰਟੈਕਟ ਕਰ ਸਕਦੇ ਹਾਂ, ਅਤੇ ਉਹ ਜ਼ਰੂਰ ਇਹਨਾਂ ਨਾਲ ਤੁਸੀਂ ਹੌਸਲਾ ਦਿਓ, ਮਿਲੋ ਵੀ ਭਾਜੀ ਨਾਲ, ਗੱਲਬਾਤ ਵੀ ਕਰੋ, ਅਤੇ ਸਾਰੇ ਕਿੱਥੇ ਹੀ ਸਾਰੇ ਸਲਾਹਾਂ ਲਓ ਤੁਸੀਂ ਇਹਨਾਂ ਤੋਂ ਵੀ, ਇਹ ਵੀ ਸਲਾਹ ਤੁਹਾਨੂੰ ਦਊਗੇ ਕਿ ਇਟਲੀ ਕਿੱਦਾਂ ਨਹੀਂ ਜਾਣਾ। ਚਲੋ ਜੀ, ਮੈਂ ਤੁਹਾਨੂੰ ਮਿਲੂੰਗਾ ਫਰਾਈਡੇ, ਕੱਲ੍ਹ ਮੈਂ ਬਰਮਿੰਗਮ 'ਚ ਆ, ਤੁਹਾਨੂੰ ਜਿਹਨਾਂ ਨੇ ਆ ਕੇ ਮਿਲਣਾ ਮਿਲ ਸਕਦੇ, ਮੈਂ ਫਰਾਈਡੇ ਮਿਲੂੰਗਾ ਤੁਹਾਡੇ ਨਾਲ, ਫਿਰ ਅਸੀਂ ਕਰਾਂਗੇ ਮਾਰੀ ਮਾਰੀ ਤੁਹਾਡੇ ਵੀਜ਼ੇ ਲਵਾਵਾਂਗੇ ਕਿ ਜੀ ਸਾਨੂੰ ਦੱਸਾਂਗੇ ਜੀ ਕਿ ਆ ਕੱਚੇ ਪੱਕੇ ਕਿਸ ਤਰ੍ਹਾਂ ਹੁੰਦੇ ਆ। ਫਿਲਹਾਲ ਮੇਰੇ ਵੱਲੋਂ ਤਾਂ ਨਛੱਤਰ ਭਾਜੀ ਵੱਲੋਂ ਤੁਹਾਨੂੰ